ਤੇ ਤੇ ਲਾ ਕੇ ਵੀ ਦੇਖ ਰਹੇ ਇਹ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦਰਸ਼ਕੋ ਮੈਂ ਹਾਂ ਕਲਦੀਪ ਗੋਲਿਆ ਹਰ ਸਾਲ ਜੂਨ ਮਹੀਨਾ ਸ਼ੁਰੂ ਹੁੰਦਿਆਂ ਹੀ ਸਿੱਖਾਂ ਦੇ ਜ਼ਖਮ ਅੱਲੇ ਹੋ ਜਾਂਦੇ ਨੇ ਅੱਲੇ ਜ਼ਖਮਾਂ ਦਾ ਦਰਦ ਸਾਰੇ ਧਰਮਾਂ ਦੇ ਲੋਕ ਮਹਿਸੂਸ ਕਰਦੇ ਨੇ ਕਿਉਂਕਿ ਜੂਨ 1984 ਦੇ ਵਿੱਚ ਇੱਕ ਬਹੁਤ ਵੱਡਾ ਸਾਕਾ ਵਾਪਰਿਆ ਸੀ ਉਸ ਹੀ ਸਾਕਾ ਨੀਲਾ ਤਾਰਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਇਹ ਸਾਰੀ ਕਹਾਣੀ ਜੁੜੀ ਹੋਈ ਹੈ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦਰਬਾਰ ਸਾਹਿਬ ਕਿਸ ਤਰ੍ਹਾਂ ਜਾਂਦੇ ਨੇ ਕਿਸ ਤਰ੍ਹਾਂ ਉਹ ਮਹਿਤਾ ਚੌਂਕ ਜਾਂਦੇ ਨੇ ਕਿਸ ਤਰ੍ਹਾਂ ਉਹਨਾਂ ਨੂੰ ਪਿੰਡਾਂ ਪਿੰਡਾਂ ਵਾਲੇ ਕਿਉਂ ਜਾਣਿਆ ਜਾਂਦਾ ਹੈ ਉਹਨਾਂ ਦਾ ਪਰਿਵਾਰ ਕਿਸ ਤਰ੍ਹਾਂ ਸੀ ਉਹਨਾਂ ਦਾ ਬਚਪਨ ਕਿਸ ਤਰ੍ਹਾਂ ਸੀ ਉਹ ਇਸ ਲਹਿਰ ਨਾਲ ਕਿੱਦਾਂ ਗਏ ਕੀ ਕੁਝ ਹੋਇਆ ਇਹ ਸਭ ਕੁਝ ਜਾਣਨ ਲਈ ਅਸੀਂ ਅੱਜ ਉਹਨਾਂ ਦੇ ਭਰਾਤਾ ਕੈਪਟਨ ਹਰਚੰਨ ਸਿੰਘ ਜੀ ਕੋਲ ਪਹੁੰਚੇ ਹਾਂ ਸਾਡੇ ਨਾਲ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਦੇ ਵੱਡੇ ਭਰਾਤਾ ਨੇ ਜਿਨ੍ਹਾਂ ਨੇ ਆਰਮੀ ਦੇ ਵਿੱਚ ਲੰਮਾ ਸਮਾਂ ਸਵਾਵਾਂ ਨਿਭਾਇਆ ਸਾਡੇ ਨਾਲ ਨੇ ਕੈਪਟਨ ਹਰਚੰਦ ਸਿੰਘ ਜੀ ਸਭ ਤੋਂ ਪਹਿਲਾਂ ਖਾਲਸਾ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਗੱਲ ਕਰੀਏ ਤੁਸੀਂ ਸੰਗਤਾਂ ਤੋਂ ਕਿੰਨਾ ਸਮਾਂ ਜਿਹੜੇ ਵੱਡੇ ਹਾਂ ਮੈਂ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਤੇ ਅਪੀਲ ਕਰਦਾ ਕਿ ਅੱਜ ਜਿਹੜਾ ਇਹ ਪ੍ਰੋਗਰਾਮ ਟੈਲੀਵਿਜ਼ਨ ਹਮਦਰਦਵਾਰੇ ਮੇਰੇ ਕੋਲ ਆਏ ਆ ਪਹਿਲਾ ਮਹੀਨਾ ਦਾ ਹਾਰਦਿਕ ਸਵਾਗਤ ਕਰਦਾ ਜੀ ਆਇਆਂ ਕਹਿੰਦਾ ਸੰਤ ਜਰਨੈਲ ਸਿੰਘ ਜੀ ਖਾਲਸਾ ਦਾ ਜਨਮ 2 ਜੂਨ 1947 ਮਾਤਾ ਨਿਹਾਰ ਕੁੜੀ ਕੋ ਖਾਂ ਬਾਬਾ ਜਗਿੰਦਰ ਸਿੰਘ ਦੀ ਗਰਾਂ ਵਿਖੇ ਰੋਡੇਪੰਡ ਵਿੱਚ ਹੋਇਆ ਸੀ ਉਹ ਬਚਪਨ ਦੇ ਵਿੱਚ ਛੋਟੇ ਸਾਡੇ ਸੱਤਾਂ ਭਰਾਵਾਂ ਤੋਂ ਛੋਟੇ ਭਰਾ ਸਨ ਅਸੀਂ ਸੱਤ ਭਰਾ ਹਾਂ ਇੱਕ ਸਾਡੀ ਭੈਣ ਸੀ 인ਦਰਜੀਤ ਕਰੋ ਸਾਰਿਆਂ ਤੋਂ ਛੋਟੀ ਸੀ ਜੀ ਤਕਰੀਬਨ ਖੇਤੀਬਾੜੀ ਦੇ ਦੌਰਾਨ ਵਿੱਚ ਵੀ ਜਦੋਂ ਬਾਹਰ ਖੇਤੀ ਕਰਦੇ ਸੀ ਹਲਵਾਉਂਦੇ ਸੀ ਟਰੈਕਟਰ ਸੀ ਟਰੈਕਟਰ 57 58 ਵਿੱਚ ਲੈ ਲਿਆ ਸੀ ਉਦੋਂ ਭਰਾ ਸਾਰੇ ਇਕੱਠੇ ਸੀ ਤੇ ਪਿੰਡ ਵਿੱਚ ਸੀ ਤੇ ਜਦੋਂ ਹਲਵਾਉਂਦੇ ਜਾਂ ਟਰੈਕਟਰ ਚਲਾਉਂਦੇ ਤਾਂ ਭਾਗ ਮਹਾਰਾਜ ਦੇ ਨਾਲ ਲੈ ਜਾਂਦੇ ਬਾਹਰ ਤਾਂ ਉੱਥੇ ਹੀ ਮਹਾਰਾਜ ਦਾ ਪਾਠ ਕਰਦੇ ਹਰ ਮਹੀਨੇ ਉਹ ਸਹਿਜ ਪਾਠ ਉਹ ਬੰਦੇ ਸੀ ਨਤਨਿਆਂ ਤੋਂ ਇਲਾਵਾ ਸੁਖਮਨੀ ਸਾਹਿਬ ਜੋ ਬਾਣੀਆਂ ਤੋਂ ਸਾਰੀਆਂ ਸੁਣੀਆਂ ਉਹ ਵੀ ਪੜਦੇ ਸੀ ਫਿਰ ਉਹਨਾਂ ਨੇ ਇੱਕ ਦਿਨ ਕੀ ਕੀਤਾ ਕਿ ਮੇਰੀ ਪਰਜਾਈ ਜਿਹੜੀ ਮਥੋਂ ਛੋਟੇਪਰਾ ਵੀਰ ਸਿੰਘ ਦੀ ਸਿੰਘਣੀ ਅਜੇ ਵੀ ਹੈਗੀ ਆ ਉਹਨੂੰ ਕਿਹਾ ਕਿ ਪਿੰਡੋਂ ਰੋੜ ਖੇਤੋਂ ਤੇ ਛੋਟੇ ਕੰਡੇ ਹਰ ਬੰਸ ਕਰੋ ਦਾ ਨਾਂ ਹੈ ਤੇ ਉਹ ਕਹਿੰਦੇ ਜਲਦਾਰਾ ਕਿਉਂਕਿ ਉਹ ਜੈਲਦਾਰਾ ਕਹਿੰਦੀ ਸੀ ਚਰਨੈਲ ਸੋਨੂੰ ਜੈਲਦਾਰਾ ਰੋੜੇ ਤੇ ਰੋੜ ਤੇ ਕੰਡੇ ਕੀ ਕਰਨੇ ਕਹਿੰਦੇ ਤੂੰ ਪਤਲੇ ਨਰਮ ਕੰਡੇ ਲੈ ਆਈ ਤੇ ਚਲੋ ਰੋੜ ਲੈ ਆਈ ਤੇ ਲੈ ਕੇ ਤੇ ਚਰਨੈਲ ਸੋਨੇ ਸਾਡੇ ਇੱਕ ਰਸੋਈ ਬਣੀ ਸੀ ਉਦੋਂ ਉਦੋਂ ਘਰ ਸਾਰਿਆਂ ਦਾ ਇਕੱਠਾ ਹੀ ਸੀ ਤੇ ਉਹਦੇ ਵਿੱਚ ਉਹਨੇ ਵਿਛਾ ਕੇ ਬੋਰਾ ਥੱਲੇ ਰੋੜ ਤੇ ਕੰਡੇ ਤੇ ਉੱਤੇ ਇੱਕ ਚਾਦਰ ਜੀ ਵਿਛਾ ਲਈ ਇੱਕ ਪਾਸੇ ਹੋਰ ਖਿਆਸਵਿਸ਼ਾ ਲਿਆ ਕਹਿਣ ਲੱਗਾ ਹੁਣ ਤੁਸੀਂ ਆਰਾਮ ਕਰੋ ਰੋਟੀ ਬੰਨ ਫੜਾ ਦਿਆ ਕਰੋ ਜਲ ਪਾਣੀ ਫੜਾ ਦਿਆ ਕਰੋ ਤੇ ਮੇਰੇ ਨਾਲ ਨਾ ਕੋਈ ਗੱਲ ਕਰੋ ਤੇ ਨਾ ਕੋਈ ਬੋਤਾ ਮੇਰੇ ਨਾਲ ਗੱਲ ਕਰਨ ਵਾਸਤੇ ਆਵੇ ਤੇ ਉਹਨਾਂ ਨੇ ਘਰ ਵਿੱਚ ਸਾਰਿਆਂ ਨੂੰ ਸੰਦਸਤਾ ਨਾਲ ਦੀ ਨਾਲ ਇਹ ਵੀ ਕਹਤਾ ਕਿ ਮੈਂ ਤਾਂ ਸਾਰੇ ਪਖੰਡੀ ਕਰਦਾ ਤੇ ਮੇਰੀ ਗੱਲ ਬਾਤ ਕਹਿੰਨ ਦਾ ਸੰਦੀ ਲੋੜ ਨਹੀਂ ਉਹ ਜਦੋਂ ਪਾਠ ਕਰਦਾ ਕਰਦਾ ਨੀਂਦ ਆਉਂਦੀ ਸੀ ਤਾਂ ਉਹ ਉਸ ਉਰੇ ਤੇ ਬਹਿ ਜਾਂਦੇ ਸੀ ਜਿੱਥੇ ਰੋੜ ਤੇ ਕੰਡੇ ਆ ਸੋ ਉਰੇ ਤੇ ਬਹਿ ਕੇ ਮੈਂ ਸਮਝਦਾ ਕੁਝ ਦੇਣਾ ਬਾਈ-ਬਾਈ ਘੰਟੇ ਵੀ ਉਹਨਾਂ ਨੇ ਪਾਠ ਕੀਤਾ ਤੇ ਪ੍ਰਸ਼ਾਦਾ ਪਕਾ ਕੇ ਅੰਦਰ ਦੇ ਦੇਣਾ ਥਾੜੀ ਰੱਖ ਦੇਣੀ ਉਹਨਾਂ ਨੇ ਸ਼ੱਕੇ ਬਾਹਰ ਤੇ ਬੋਲਣਾ ਕਿਸੇ ਨਾਲ ਨਹੀਂ ਤੇ ਚੁੱਪ ਕਰਕੇ ਆਪਣੇ ਆਪ ਬਾਹਰ ਖੋਲਣਾ ਚਾਦਰ ਚਿੱਟੀ ਲੈ ਕੇ ਤੇ ਇਸ਼ਨਾਨ ਪਾਣੀ ਜੋ ਕਰਨਾ ਹੈ ਮਦਾਨ ਜਾਣਾ ਬਾਹਰ ਜਾ ਕੇ ਤੇ ਵਾਪਸ ਚਲੇ ਜਾਣਾ ਤੇ ਉਸ ਤੋਂ ਪਹਿਲਾਂ ਜਿਹੜੀ ਮਾਤਾ ਨੇ ਹਲ ਕੁਰਸੀ ਉਹਨੇ ਪੂਣੀਆਂ ਲੈ ਕੇ ਤੇ ਤੇਲ ਨਾਲ ਭਿਉ ਕੇ ਪੂਣੀਆਂ ਤੇ ਜਨੈਰਸ ਨੂੰ ਦੇ ਦੇਣੀਆਂ ਵੀ ਆ ਤੂੰ ਸਿਰ ਦੇ ਉੱਤੇ ਰੱਖ ਲੈ ਕਿਉਂਕਿ ਉਹਨਾਂ ਦੇ ਸਿਰ ਦੇ ਵਾਲ ਉਖੜ ਗਏ ਸੀ ਐਨੀ ਭਗਤੀ ਪਾਣੀ ਕੱਪੜ ਦੇ ਸੀ ਕੰਮ ਕਰਦੇ ਸੀ ਤਾਂ ਉਹ ਜਿਹੜੀਆਂ ਪੂਣੀਆਂ ਤੇਲ ਦੀਆਂ ਪੁੱਜੀਆਂ ਰੱਖਦੇ ਸੀ ਉਹ ਸ਼ਾਮ ਤੱਕ ਸੁੱਕ ਜਾਂਦੀਆਂ ਸੀ ਜੀ ਉਹ ਸਾਰਾ ਤੇ ਇਹ ਇਨਾ 40 42 ਦਿਨ ਇੱਥੇ ਸੰਤ ਬਾਬਾ ਕਰਪਾਲ ਸਿੰਘ ਦੇ ਗੁਰਦੁਆਰੇ ਹਜੂਰ ਸਾਹਿਬ ਕਾਫੀ ਥਾਂ ਤੇ ਉਹਨਾਂ ਨੇ ਇਹਨੇ ਇਹਨੇ ਦਿਨ ਪਾਠ ਕੀਤਾ ਤੇ ਭਗਤੀ ਇੰਨੀ ਜ਼ਿਆਦਾ ਹੋ ਗਈ ਕਿ ਲੋਕ ਉਹਨਾਂ ਦਾ ਪ੍ਰਭਾਵ ਸੰਤ ਬਣਨ ਤੋਂ ਪਹਿਲਾਂ ਮੰਨਣ ਲੱਗ ਪਏ ਸਾਡੇ ਪਰਿਵਾਰ ਵਿੱਚ ਸਾਡੀਆਂ ਸਿੰਗੜੀਆਂ ਹੋਰ ਸਾਡੇ ਭਰਾ ਸਾਡੇ ਆਂਢੇ ਗੁਆਂਢੀ ਸਾੰਤਾ ਜੀ ਬਣੇ ਨਹੀਂ ਸੀ ਤੇ ਇਹ ਚਰਚਾ ਹੋਣ ਲੱਗ ਪਈ ਵੀ ਜਿਹੜਾ ਜਨੈਰ ਸਵਾ ਇਹ ਪਾਠ ਬਹੁਤ ਕਰਦਾ ਹੈ ਤੇ ਜਿਹੜੀਆਂ ਸ਼ੁਰੂਤੀਆਂ ਤੁਸੀਂ ਗੱਲਾਂ ਸੁਣੀਆਂ ਸੀ ਵੀ ਮੈਂ ਤੋਂ ਪੁੱਛਿਆ ਸੀ ਬਚਪਨ ਵਿੱਚ ਕੀ ਸੀ ਉਹ ਬੜੇ ਸਾਦੇ ਸੁਭਾਅ ਦੇ ਸੀ ਮੇਲ ਜਲੋ ਮੇਲ ਜੋਲ ਕਰਨਾ ਇੱਕ ਦੂਜੇ ਨਾਲ ਖੇਡਣਾ ਔਰ ਦੂਜੀ ਗੱਲ ਉਹ ਫੱਟੀ ਬੜੀ ਪੜਾਉਂਦੇ ਸੀ ਸਕੂਲ ਦੇ ਵਿੱਚ ਉਹਦੀ ਉਹਨਾਂ ਦੀ ਆਦਤ ਸੀ ਅਸੀਂ ਤਾਂ ਕਰ ਸਲੇਟਾਂ ਪੜਾਉਂਦੇ ਹੁੰਦੇ ਸੀ ਫੱਟੀ ਤੋਂ ਪੜਾਉਂਦਾ ਮਤਲਬ ਆ ਐ ਫੱਟੀ ਰੱਖਦੇ ਨੇ ਦੂਜੇ ਨੇ ਐ ਮਾਰਨੀ ਉਤੋਂ ਤਾਂ ਉਹ ਤਕਰੀਬਨ ਫੱਟੀ ਜਾਂ ਤੋੜ ਦਿੰਦਾ ਸੀ ਜਾਂ ਆਪ ਦੀ ਤੋੜ ਕੇ ਲਿਆਉਂਦੇ ਸੀ ਤੇ ਅਸੀਂ ਬੜੇ ਹੈਰਾਨ ਵੀ ਐ ਫੱਟੀ ਤੋੜ ਲਿਆਉਂਦਾ ਤੇ ਫੇਰ ਅਕੇ ਚੰਗੇ ਮੋٹے ਫੱਟੇ ਦੀ ਫੱਟੀ ਬਣਾ ਕੇ ਉਹਨਾਂ ਨੂੰ ਦਿੱਤੀ ਤੇ ਉਹ ਫੱਟੀ ਲੈ ਕੇ ਜਿੱਥੇ ਫਿਰ ਪੜ੍ਹਾਉਣ ਤੇ ਉਹਨਾਂ ਦੀਆਂ ਫੱਟੀਆਂ ਤੋੜੀ ਜਾਣ ਤੇ ਇੱਕ ਦਿਨ ਇੱਕ ਮੁੰਡੇ ਨੇ ਕੋਈ ਗਲਤ ਫਲਤ ਬੋਲਤਾ ਤੇ ਜਨਰਸ ਉਹ ਕਹਿੰਦਾ ਤੂੰ ਬਹੁਤੀ ਗੱਲ ਨਾ ਕਰ ਉਹ ਨਾ ਉਟਿਆ ਉਹਨੇ ਇੱਕ ਲਫੇੜਾ ਮਾਰਿਆ ਉਹ ਮੈਨੂੰ ਦੱਸਿਆ ਵੀ ਉਹ ਬੁੜਕੇ ਜੇ ਨજર ਪੜਦੇ ਰਹੇ ਉਹ ਬੁਢਾ ਨਹੀਂ ਬੋਲਿਆ ਦੂਜੀ ਜਿਹੜੀ ਉਹਨਾਂ ਦੀ ਖੇਲ ਸੀ ਆਇਮ ਗੁਣਾ ਦੇ ਨਾਲ ਬਲੌਰ ਨੂੰ ਬਲੌਰ ਦੇ ਨਾਲ ਜਾਨੀ ਆੜੇ ਇੱਕ ਗੁੱਤੀ ਦੇ ਵਿੱਚ ਪਾ ਕੇ ਬਲੌਰ ਨਾਲ ਖੇਡਦੇ ਲੋਕ ਇੱਕ ਥੱਲੇ ਰੱਖ ਕੇ ਆਂ ਉਂਗਲ ਨਾਲ ਬਲੌਰ ਦਾ ਨਿਸ਼ਾਨਾ ਲਾਉਂਦੇ ਆ ਉਹ ਮੈਨੂੰ ਹੁਣ ਦੱਸਿਆ ਵੀ ਉਹ ਬਲੌਰ ਦਾ ਇਹ ਨਿਸ਼ਾਨਾ ਸੀ ਉਹਦਾ ਤੇਜ ਉਹਦੇ ਹਾਣੀ ਮੰਦੇ ਸੀ ਵੀ ਜੇ ਇਹ ਸਿੱਖਣਾ ਦਾ ਜਰਨੈਲਸ ਕੋਲੇ ਜਾਓ ਉਹ ਬਲੌਰ ਦਾ ਨਿਸ਼ਾਨਾ ਲਾਉਣ ਜਾਣਦਾ ਹੈ ਜੀ ਸੋ ਇਹ ਫਿਰਤੇ ਸੰਤਾਏ ਸੀ ਗਰਗਿਆਣੀ ਕਰਤਾਰ ਸਿੰਘ ਪਿੰਡ ਵਿੱਚ ਤੇ ਇੱਕ ਸਾਡੇ ਅਰਜਾਦਾ ਪਤੀ ਦੇ ਵਿੱਚ ਮੇਜਰ ਸਿੰਘ ਆ ਤੇ ਉਹਦੀ ਜਿਹੜੀ ਮਾਤਾ ਸੀ ਉਦੇ ਘਰੇ ਗਏ ਵੀ ਭਾਈ ਤੁਹਾਡੇ ਕੱਪੜੇ ਸੌਣ ਵਾਲੀ ਮਸ਼ੀਨ ਹੈਗੀ ਆ ਉਹ ਕਹਿੰਦੀ ਜੀ ਹੈਗੀ ਆ ਕਹਿੰਦੇ ਸਾਨੂੰ ਮਾਤਾ ਚਾਹੀਦੀ ਹੈ ਉਹ ਕਹਿੰਦੀ ਜਨੈਲਸਨ ਲੈ ਜਾ ਉਹ ਸਿੰਘਾਂ ਦਾ ਕੋਈ ਚੋਲੇ ਕੋਈ ਕਸ਼ਰੇ ਸੌਣਿਆ ਸੀ ਤੇ ਉਹ ਸਿਉ ਕੇ ਤੇ ਉਹ ਮਸ਼ੀਨ ਚੱਕੀ ਤੇ ਉਹ ਮਾਤਾ ਕੋਲ ਜਾ ਕੇ ਕਹਿੰਦੇ ਧੰਨਵਾਦ ਮਾਤਾ ਤੁਸਾਨੂੰ ਮਸ਼ੀਨ ਦਿੱਤੀ ਤੇ ਅਈ ਤੁਹਾਨੂੰ ਵਾਪਸ ਦੇ ਕੇ ਆਏ ਸੋ ਇਹ ਇਹ ਗੱਲਾਂ ਤਾਂ ਬਚਪੜ ਦੀਆਂ ਜਿਹੜੀ ਖੇਤੀ ਸੀ ਉਹ ਛੇ ਸੱਤ ਕਨਾਲਾਂ ਪੈੜੀ ਕਣਕ ਦੀ ਵਾਢੀ ਤੇ ਇਸ ਕੱਲੇ ਤੁਹਾਨੂੰ ਉਹਦਾ ਘਟ ਪਤਾ ਹੈ ਜਿਹੜੇ ਜਿਨ੍ਹਾਂ ਨੇ ਖੇਤੀ ਕਣਕਾ ਥਾਣਾ ਵਢੀ ਹੈ ਉਹਨਾਂ ਨੂੰ ਪਤਾ ਹੈ ਉਹ ਤਾਂ ਹੁਣ ਸੱਤ ਅੱਠ ਬੰਦੇ ਵਢਣਗੇ ਛੇ ਪੰਜ ਛੀ ਤਾਂ ਵੜਦੇ ਹੀ ਆ ਨਾ ਉਹਨੇ ਨੂੰ ਤੇ ਉਹ ਕੱਲੇ ਵੜਨਦੇ ਸੀ ਯਾਨੀ ਕੰਮ ਕਰਨ ਨੂੰ ਇੰਨੇ ਤਕੜੇ ਸੀ ਅਸੀਂ ਗੱਡੇ ਟਰਾਲੀਆਂ ਲਾਦੇ ਰਹੇ ਬਹੁਤ ਜ਼ਿਆਦਾ ਤਕੜੇ ਸੀ ਕਬਨੂੰ ਮੰਜਾ ਵਿਚਾਰ ਗਿਆ ਸਾਰਾ ਕਬ ਉਹਨੇ ਕੀਤਾ ਸੋ ਇਹ ਹੁਣ ਜਿਹੜੇ ਪਾਣੀ ਜਦੋਂ ਪੜੀ ਭਗਤੀ ਕੀਤੀ ਤੇ ਉਦੋਂ ਨਾਲ ਹੀ ਉਮਰ ਵੀ 17 18 60 ਸਾਲ ਦੇ ਕਰੀਬ ਚਲੀ ਗਈ ਤਾਂ ਇੱਥੇ ਸੰਤ ਗਿਆਨੀ ਗਵੈਚਨ ਸਿੰਘ ਸੀ ਜਿਹੜੇ ਭਿੰਡਰਾਂ ਵਾਲੇ ਉਹ ਦਮਦਮੇ ਟਕਸਾਲ ਦੇ ਬੋਖੀ ਸੀ ਮੇਰਾ ਮੇਰੇ ਪਿਤਾ ਜੀ ਦਾ ਉਹਨਾਂ ਨਾਲ ਬਹੁਤ ਬਲਾਪ ਸੀ ਉਹ ਸੇਵਾ ਕਰਦੇ ਸੀ ਜਿੰਨੇ ਦਿਨ ساتھ ਰਹਿੰਦੇ ਸੀ ਤੇ ਮੇਰੇ ਪਿਤਾ ਜੀ ਗੁਰਦੁਆਰੇ ਰਹਿੰਦੇ ਸੀ ਤਾਂ ਉਹ ਉਹਨਾਂ ਨੂੰ ਪ੍ਰਸ਼ਾਦਾ ਅਸੀਂ ਆਪਣੇ ਇੱਥੇ ਉਦੋਂ ਇਸ ਇਸ ਥਾਂ ਤੇ ਆ ਗਏ ਸੀ ਪਿੰਡੋਂ ਪ੍ਰਸ਼ਾਦਾ ਇੱਥੇ ਕੀਤਾ ਉਦੋਂ ਅਸੀਂ ਅੱਡ ਵੀ ਹੋ ਗਏ ਸੀ ਤੇ ਜਦੋਂ ਪ੍ਰਸ਼ਾਦੇ ਦਾ ਸ਼ੱਕੇ ਗਿਆਨੀ ਕ੍ਰਿਪਾ ਜੀ ਸੁਣਨ ਲੱਗੇ ਜੈਦਾਰਾ ਤੇਰੇ ਪੁੱਤਰ ਕਿੰਨੇ ਆ ਤੇ ਮੇਰੇ ਪਿਤਾ ਜੀ ਕਹਿਣ ਲੱਗੇ ਮਹਾਪਰਿਸ਼ਾਉ ਮੇਰੇ ਸਾਥ ਪੁੱਤਰ ਹੈ ਕਹਿੰਦੇ ਸਾਨੂੰ ਇੱਕ ਪੁੱਤਰ ਨੂੰ ਸਾਡੇ ਨਾਲ ਦੇ ਦਿਓ ਅਸੀਂ ਪੜਾਦ ਗਏ ਵਿਦਿਆ ਪੜਾਦ ਗੀਏ ਕਹਿਣ ਲੱਗੇ ਜੀ ਤੁਹਾਡੀ ਮਰਜ਼ੀ ਹੁਕਮ ਕਰੋ ਤਾਂ ਐਉਂ ਕਰਦੇ ਕਰਦੇ ਤਾਂ ਮੇਰੇ ਪਿਤਾ ਜੀ ਜਿੱਥੇ ਸੰਤ ਜਰਨੈਲ ਸਿੰਘ ਉਹਨਾਂ ਦੇ ਨਾਲ ਮੇਰਾ ਛੋਟਾ ਭਰਾ ਵੀਰ ਸਿੰਘ ਰਹਿੰਦਾ ਸੀ ਉਹਨੂੰ ਪੁੱਛਣ ਲੱਗੇ ਵੀ ਵੀਰ ਸਿਆ ਮਹਾ ਪਰਸ਼ੇ ਕਹਿੰਦੇ ਆ ਵੀ ਇੱਕ ਭਰਾ ਨੂੰ ਤੁਹਾਡੇ ਨੂੰ ਅਸੀਂ ਲੈ ਆ ਜਗੇ ਤੇ ਉਹਨੂੰ ਵਿੱਦਿਆ ਪੜਾ ਦਈਏ ਤੇ ਉਹ ਕਹਿਣ ਲੱਗੇ ਬਾਪੂ ਜੀ ਜੋ ਤੁਹਾਡੀ ਮਰਜ਼ੀ ਆ ਤੁਸੀਂ ਜੋ ਮਰਜ਼ੀ ਕਰੋ ਇਹ ਇਹਨੇ ਨੂੰ ਸੰਤ ਜੜੀ ਉਹ ਜਰਨਲ ਸਿਉ ਉਹ ਕੋਲੇ ਖੜੇ ਸੀ ਤੇ ਗਿਆਨੀ ਗਵਚਨ ਸੋ ਇਸ਼ਾਰਾ ਕਰਕੇ ਕਹਿੰਦੇ ਚੱਲ ਜਾਏ ਦਾਰਾ ਇਹਨੂੰ ਲੈ ਜਾਣੇ ਆ ਸੀ ਤੇ ਸੰਤ ਆਸ ਕੇ ਕਹਿੰਦੇ ਜੀ ਇਹ ਸਾਰਿਆਂ ਤੋਂ ਛੋਟੇ ਆ ਤੇ ਉਹ ਕਹਿੰਦੇ ਠੀਕ ਆ ਇਹਨੂੰ ਲੈ ਜਾਂਦੇ ਆ ਤੇ ਇਹਨੂੰ ਭੇਜ ਦਿਓ ਤੇ ਬਾਪੂ ਜੀ ਕਹਿਣ ਲੱਗੇ ਬਈ ਸਤ ਜੀ ਮੇਰੀ ਲੜਕੀ ਦੀ ਸ਼ਾਦੀ ਆ ਤੇ ਉਹ ਅਸੀਂ ਕਰਕੇ ਤੇ ਉਦੋਂ ਬਗਰੋਂ ਅਸੀਂ ਉਹ ਤੁਹਾਡੇ ਕੋਲ ਭੇਜ ਦਿਆਂਗੇ ਸੋ ਮੇਰਾ ਗੱਲ 65 ਵਿੱਚ ਜਿਹੜੀ ਮੇਰੀ ਭੈਣ 인ਦਰਜੀਤ ਕੌਰ ਹੈ ਉਹਨਾਂ ਦੀ ਸ਼ਾਦੀ ਅਸੀਂ ਹਾਰਡ ਮਹੀਨੇ ਦੇ ਵਿੱਚ ਕੀਤੀ ਤੇ ਉਸ ਤੋਂ ਮਗਰੋਂ ਸੰਤ ਜਰਨੈਲ ਸਿੰਘ ਜੀ ਗਿਆਨੀ ਗੁਰਬਚਨ ਸਿੰਘ ਜਥਾ ਮੁਹਾਲੀ ਗੁਰਦੁਆਰੇ ਦੇ ਮੁਹਾਲੀ ਦੇ ਕੋਲੇ ਗੁਰਦੁਆਰਾ ਨਾਬਾਸਾ ਉੱਥੇ ਸਾਰਾ ਜਥਾ ਆਇਆ ਸੀ ਤੇ ਸੰਤ ਜਰਨੈਲ ਜਰਨੈਲ ਸਹੋਣੀ ਗਿਆਨੀ ਗੁਰਬਚਨ ਸਿੰਘ ਦੀ ਕੋਲੇ ਉੱਥੇ ਪਹੁੰਚੀ ਪਹੁੰਚਣ ਤੋਂ ਮਗਰੋਂ ਉਹਨਾਂ ਨੇ ਉੱਥੇ ਵੀ ਬਾਣੀ ਪੜਨੀ ਸ਼ੁਰੂ ਕਰਤੀ ਸੰਤਾਂ ਨੇ ਉੱਚੇ-ਚੇਤ ਜਿਹੇ ਤੌਰ ਤੇ ਉਹਨਾਂ ਦਾ ਖਿਆਲ ਕੀਤਾ ਕਿ ਆਪ ਚੰਗੀਆਂ ਬਾਣੀ ਪੜਿਆ ਕਰ ਦਬਕੇ ਫਿਰ ਸੰਤਾਂ ਨੇ ਡਿਊਟੀ ਲਾਈ ਲੰਗਿਆਣੇ ਦੇ ਪ੍ਰੇਮੀ ਜੀ ਬਹੁਤ ਮੰਨੇ ਪ੍ਰਵੰਨੇ ਭਗਤ ਬੰਦੇ ਸੀਗੇ ਤੇ ਬਾਣੀ ਦੇ ਰਸье ਸੀ ਗਿਆਨੀ ਵੀ ਸੀ ਉਹਨਾਂ ਨੂੰ ਕਿਹਾ ਵੀ ਇਹਨੂੰ ਸੰਤਿਆ ਕਰੋ ਹੋਰ ਵੀ ਕਈ ਗਿਆਨੀਆਂ ਨੂੰ ਕਿਹਾ ਵੀ ਇਹ ਰੀ ਸੰਤਿਆ ਕਰੋ ਸੋ ਜਰਨੈਲ ਸਿੰਘ ਨੂੰ ਜਦੋਂ ਸੰਥਿਆ ਕਰਾਤੀ ਤੇ ਪੂਰਾ ਪਾਠ ਵੀ ਉਹਨਾਂ ਨੇ ਕਰ ਲਿਆ ਤਾਂ ਬਾਅਦ ਵਿੱਚ ਫਿਰ ਉਹ ਚੌਂਕੜੀ ਮਾਰ ਕੇ ਉੱਥੇ ਬਹਿ ਜਾ ਕਰਨ ਪਾਠ ਹੀ ਕਰੀ ਜਾਣਾ ਕੰਮ ਵਿਚ ਲੈਣ ਤੇ ਗਿਆਨੀ ਦੇ ਬਚਨ ਸੁਣ ਇਸ਼ਨਾਨ ਕਰਨ ਵੇਲੇ ਬੜਾ ਟਾਈਮ ਲੱਗਦਾ ਸੀ ਸਿੰਘਾਂ ਦਾ ਇਸ਼ਨਾਨ ਕਰਨ ਤੋਂ ਬਗਰ ਉਹ ਦਿਨ ਆਸ ਕੇ ਕਹਿੰਦੇ ਉਹ ਪਚੰਗਿਆ ਕੀ ਇੱਛਾ ਤੇਰੀ ਪੜੀ ਤੂੰ ਬਾਣੀ ਬਹੁਤ ਪੜਨਾ ਤੇਰੀ ਕੀ ਇੱਛਾ ਕਹਿੰਦੇ ਜੀ ਮੈਂ ਸੇਵਾ ਕਰਾਂ ਸੇਵਾ ਮੇਰੇ ਕਰਮਾਂ ਵਿਚ ਬਸ ਸੇਵਾ ਕਰਾਂ ਤੇ ਆਸ ਕਿ ਕਹਿੰਦੇ ਕੋਈ ਨਹੀਂ ਸੇਵਾ ਦਾ ਤੋਂ ਬਹੁਤ ਕਰਨੀ ਹੈ ਤਾਂ ਉਹ ਉਹ ਗੱਲਾਂ ਉਦੋਂ ਦੀਆਂ ਸਾਨੂੰ ਐਵੇਂ ਲੱਗਦੀਆਂ ਸੀ ਹੁਣ ਸਾਨੂੰ ਪਤਾ ਲੱਗਦਾ ਵੀ ਗੱਲਾਂ ਉਹ ਉਹ ਸਹੀ ਕੀਤੀਆਂ ਉਹਨਾਂ ਨੇ ਤੋਂ ਉਸ ਤੋਂ ਮਗਰੋਂ ਸੰਤਾਂ ਦੀ ਸ਼ਾਦੀ ਅਗਲੇ ਸਾਲ 88 ਵਿੱਚ ਹੋਣੀ ਸੀ ਤੇ ਫੇਰ ਸੰਤ ਉਹ ਆ ਗਏ ਤੇ ਸੰਤਾਂ ਦੀ ਸ਼ਾਦੀ ਅਸੀਂ ਪਿੰਡ ਬਲਾਸਪੁਰ ਵਿੱਚ ਕੀਤੀ ਬਲਾਸਪੁਰ ਵਿੱਚ ਇੱਕ ਟਰਾਲੀ ਸਾਡੀ ਸੀਗੀ ਆਪਦੀ ਟਰੈਕਟਰ ਦੀ ਤੇ ਇੱਕ ਬਾਗੇ ਪ੍ਰਾਨੇ ਦਾ ਕੋਈ ਬਾਲਸਾ ਸੀ ਉਹਦੀ ਉਹਦੀ ਗੱਡੀ ਸੀ ਛੋਟੀ ਜੀ ਅ ਅੱਧੀ ਕੇ ਪਾਸ ਪੌਣੀ ਕੇ ਪਾਸ ਤੇ ਉਹ ਉਹ ਅਸੀਂ ਲੈ ਗਏ ਤਾਂ ਇੱਥੋਂ ਬਾਅਦ ਅਸੀਂ ਬਲਾਸਪੁਰ ਪਿੰਡ ਵਿੱਚ ਗਏ ਤਾਂ ਉੱਥੇ ਇੰਤਜ਼ਾਮ ਪੰਚਾਇਤ ਦਾ ਤਾਂ ਸਾਲਾ ਵਿੱਚ ਮੈਂ ਦੇਖਿਆ ਮੈਨੂੰ ਉਹ ਪੁਰਦਾ ਨਹੀਂ ਬਹੁਤ ਵਧੀਆ ਉਹ ਨਜ਼ਰਾ ਬਣਾਇਆ ਹੋਇਆ ਹੈ ਅਲੱਗ-ਅਲੱਗ ਸੈੱਟ ਅਲੱਗ-ਅਲੱਗ ਵਧੀਆ ਥਾਂ ਬਣਾਇਆ ਤਾਂ ਅਸੀਂ ਫਿਰ ਉਹ ਘਰੇ ਆਨੰਦ ਕਾਰਜ ਕਰਨ ਲਈ ਗਏ ਉੱਥੇ ਤਾ ਬਾਬਾ ਸੁਚਾ ਸੌਂਦੀ ਜਿਹੜੀ ਲੜਕੀ ਪ੍ਰੀਤਮ ਕੌਰ ਤੇ ਉਹਦੇ ਨਾਲ ਇਹਨਾਂ ਦੀ ਸ਼ਾਦੀ ਹੋਣੀ ਸੀ ਜਰਨੈਲ ਸੋਹਰਾ ਦੀ ਤੇ ਜਦੋਂ ਅਸੀਂ ਗਏ ਤੇ ਆਨੰਦ ਕਾਰਜ ਹੋਣਾ ਸੀ ਤਾਂ ਜਿਹੜਾ ਮਹਾਰਾਜ ਦਾ ਸਰੂਪ ਸੀ ਜਿਹੜਾ ਤਖਤ ਪਉ ਸੀ ਉਹ ਗਰੰਥੀ ਨੇ ਕੰਧ ਦੇ ਨਾਲ ਲਾ ਲਿਆ ਪਿੱਛੇ ਤੇ ਸਾਰੀ ਬਰਾਤ ਆ ਕੇ ਬਹਿ ਗਈ ਤੇ ਜਰਨੈਲ ਸੋਹਣੀ ਤੇ ਪ੍ਰੀਤਮ ਕੌਰ ਜਿਹੜੀ ਸੰਤਾਂ ਦੀ ਸਿੰਘਣੀ ਸੀ ਇਹ ਦੋਨੇ ਬੈਠ ਗਏ ਤੇ ਜਦੋਂ ਹੁਕਮ ਨਾਵਾ ਉਹ ਫਾਇਲਣ ਲਗਾ ਤੇ ਹਕਮਨਾਵੇ ਤੋਂ ਮਗਰੋਂ ਸ਼ੁਰੂ ਕਰ ਲਗਾ ਲਾਵਾਂ ਤਾਂ ਜਨਹਿਰ ਸੋਣੀ ਖਬੇ ਸਜ ਦੇਖ ਕੇ ਉੱਠ ਕੇ ਉੱਠ ਖੜੇ ਹੋਏ ਤਾਂ ਬੜੇ ਹੈਰਾਨਗੀ ਜੀ ਹੋ ਗਈ ਥੋੜਾ ਜਿਹਾ ਸਨਾਟਾ ਜਿਹਾ ਸ਼ਾਗ ਵੀ ਇਹ ਕੀ ਗੱਲ ਹੈ ਮੁੰਡਾ ਹੀ ਵਿੱਚੋਂ ਉੱਠ ਖੜਿਆ ਤੇ ਕਹਿੰਦਾ ਭਾਈ ਜੀ ਤੇ ਮੈਂ ਇੱਕ ਪਰਕਰਮਿਆ ਕਰਨੀਆਂ ਤੇ ਤੁਸੀਂ ਤਖਤ ਪੁਸ਼ ਉਹਦੇ ਨਾਲ ਲਾਈ ਬੈਠੇ ਆ ਤੇ ਕਿਵੇਂ ਕਰਕੇ ਤਾਂ ਫੇਰ ਮਾਲਾ ਦੇ ਕੇ ਆਪ ਨਾਲ ਸੰਤਾਂ ਨੇ ਤਖਤ ਪੋਸ਼ ਅੱਗੇ ਕਰਾ ਕੇ ਨਾਲ ਸਿੰਘ ਲਾ ਕੇ ਤੇ ਉਹ ਅੱਗੇ ਕਰਾਏ ਤੇ ਆਪ ਪਿੱਛੇ ਹਟੇ ਇਹ ਗੱਲ ਮੈਂ ਤਾਂ ਦੱਸੀ ਹੈ ਇਹ ਬੜਾ ਖਾਸ ਤੇ ਕ੍ਰਿਟੀਕਲ ਟਾਈਮ ਹੁੰਦਾ ਹੈ ਕਿ ਜਿਹੜਾ ਬੱਚਾ ਬੱਚੀ ਦਾ ਵਿਆਹ ਹੈ ਉਹ ਮੇਰਾ ਖਿਆਲ ਨਹੀਂ ਕੋਈ ਇਹੋ ਜੇ ਟਾਈਮ ਤੇ ਵੀ ਜਨੈਰਸਾਂ ਤੋਂ ਕੋਈ ਹੋਰ ਵੀ ਕਿਸੇ ਨੇ ਇਹੋ ਜੀ ਗੱਲ ਕੀਤੀ ਹੋਵੇ ਤੇ ਕਿਉਂਕਿ ਉਸ ਟਾਈਮ ਤੇ ਬੜਾ ਉਹਦੇ ਲਈ ਮੁਸ਼ਕਲ ਹੁੰਦਾ ਬੋਲਣਾ ਕਰਨਾ ਸੋ ਇਹ ਵੀ ਇੱਕ ਬੜੀ ਜ਼ਰਤ ਮਰਜ਼ਾਦਾ ਵਾਲੀ ਗੱਲ ਸੀ ਜਿਹੜੀ ਉਹਨਾਂ ਨੇ ਕੀਤੀ ਫਿਰ ਜਦੋਂ ਅਸੀਂ ਵਿਆਹ ਕੇ ਘਰੇ ਲੈ ਕੇ ਆਏ ਉਹ ਤਾਂ ਉਹਨਾਂ ਨੇ ਪਹਿਲੇ ਦਿਨ ਜਦੋਂ ਰਾਤ ਨੂੰ ਰਹਿਣਾ ਸੀ ਆਮ ਸਾਡੀ ਮਰਜ਼ਾਦਾ ਸੀ ਲੋਕਾਂ ਦੀ ਕਿ ਜਦੋਂ ਲੜਕੀ ਆਉਂਦੀ ਹੈ ਤੇ ਇੱਕ ਇੱਕ ਦਿਨ ਉਹਨੂੰ ਬਾਹਰ ਲੈ ਜਾਂਦੇ ਜਾਂ ਪੇਕੀਓ ਚਲੀ ਜਾਂਦੀ ਹੈ ਇਹ ਆਮ ਲੋਕਾਂ ਦਾ ਰਵਾਇਜਾ ਬਣਿਆ ਸੀ ਪਰ ਉਹ ਸੰਤਾ ਨੇ ਕੀ ਕੀਤਾ ਕਿ ਪੰਜ ਪਿਆਰੇ ਪਹਿਲੇ ਤਿਆਰ ਕਰ ਲੇ ਅਗਲੇ ਦਿਨ ਇੱਕ ਪਹਿਲੇ ਦਿਨ ਨੇ ਅਗਲੇ ਦਿਨ ਅਮਰ ਸ਼ਕਾ ਕੇ ਸੰਤਾ ਨੇ ਪ੍ਰੀਤਮ ਕੌਰ ਨੂੰ ਤੇ ਫੇਰ ਉਹਦੇ ਨਾਲ ਜਿਹੜਾ ਗਰਸਦਾ ਸੀਗਾ ਜੀਵਨ ਸ਼ੁਰੂ ਕੀਤਾ ਸੋ ਉਸ ਤੋਂ ਮਗਰੋਂ ਫੇਰ ਜਦੋਂ ਸੰਤਾਂ ਦਾ ਵਿਆਹ ਹੋ ਗਿਆ ਤੇ ਕੁਝ ਦਿਨ ਸੰਤੇ ਥੇ ਰਹੇ ਤਾਂ ਬਾਅਦ ਵਿੱਚ ਸੰਤ ਫਿਰ ਜਥੇ ਚਲੇ ਗਏ ਤੇ ਜਥੇ ਚ ਜਾਂਦੇ ਸੀ ਤੇ ਵਾਪਸ ਆ ਜਾਂਦੇ ਸੀ ਤੇ ਜਦੋਂ ਜਾਂਦੇ ਸੀ ਉੱਥੇ ਸੇਵਾ ਕਰਕੇ ਤੇ ਜਦੋਂ ਸੀਜ਼ਨ ਹੁੰਦਾ ਸੀ ਕੰਮ ਦਾ ਘਰੇ ਉਦੋਂ ਕੰਮ ਕਰਨ ਵੀ ਆਉਂਦੇ ਸੀ ਕਿਉਂਕਿ ਇਹ ਪਰ ਅਲੱਗ-ਅਲੱਗ ਫੋਨ ਦੇ ਕਾਰਨ ਉਹ ਕੱਲਾ ਭਰਾ ਸੀ ਪੂਰਾ ਕਰਨੀ ਸੀ ਸਕਦਾ ਤੇ ਨਾਲ ਮਦਦ ਵਾਸਤੇ ਆਉਂਦੇ ਸੀ ਤੇ ਫਿਰ ਚਲੇ ਜਾਂਦੇ ਸੀ ਉਸ ਤੋਂ ਮਗਰੋਂ ਇਹ ਜਿਦਾ ਆਉਣਾ ਜਾਣਾ ਬਣਦਾ ਰਿਹਾ ਤੇ ਫਿਰ ਗਿਆਨੀ ਗੁਰਬਚਨ ਸਿੰਘ ਜੀ ਜਦੋਂ ਮੈਥੇ ਚਲੇ ਗਏ ਸੀ ਇੱਥੋਂ ਪਿੰਡਾਂ ਤੋਂ ਮੈਥੇ ਚਲੇ ਗਏ ਉੱਥੇ ਉਹਨਾਂ ਦਾ ਜਿਹੜਾ ਸ੍ਰੀ ਛਟ ਦਾ ਸੀ ਉਹਨਾਂ ਨੇ ਤੇ ਉਹਨਾਂ ਦੇ ਸ੍ਰੀ ਛਟਣ ਤੋਂ ਮਗਰੋਂ ਗਿਆਨੀ ਕਰਤਾਰ ਸਿੰਘ ਹੋਣੀ ਜਿਹੜੇ ਮੁਖੀ ਤਾਂ ਉਹ ਮੀਟਕਸਾਲ ਦੇ ਬੜੇ ਸੰਗਤ ਨੇ ਬਣਾਈ ਪਗੜੀ ਦਿੱਤੀ ਤੇ ਉਹ ਉੱਥੇ ਸੇਵਾ ਲੱਗੇ ਕਰਨ ਤਾਂ ਸੰਤ ਜਨੈਲ ਸਿੰਘ ਜੀ ਉਹਨਾਂ ਦੇ ਨਾਲ ਵੀ ਉਹਨਾਂ ਦੇ ਸੇਵਾ ਅਗੜਵਈਏ ਉਹਨਾਂ ਨਾਲ ਪਾਠ ਕਰਨਾ ਉਹਨਾਂ ਦੀ ਸੇਵਾ ਕਰਨੀ ਉਹ ਬਹੁਤ ਹਰਮਨ ਪਿਆਰੇ ਬਣ ਗਏ ਸੰਤ ਕਰਤਾਰ ਸਹੋਣਾਂ ਨੇ ਮਹਾਪ੍ਰਸ਼ਾ ਨੇ ਜਰਨੈਲ ਸਹੋਣਾਂ ਦਾ ਨਾਮ ਉਹ ਅਭਿਆਸੀ ਰੱਖ ਲਿਆ ਉਹ ਅਭਿਆਸੀਆ ਉਰੇਆ ਅਭਿਆਸੀਆ ਤੇ ਸਿੰਘ ਬੜੇ ਖਿਆਲ ਕਰਿਆ ਕਰਨ ਵੀ ਬੜੇ ਸਿੰਘ ਹੈ ਤੇ ਇਹਨੂੰ ਪਿਆਸੀ ਕਹਿੰਦੇ ਆ ਇਹ ਕੀ ਕਾਰਨ ਹੈ ਸੋ ਉਸ ਤੋਂ ਮਗਰੋਂ 7/20 ਦਾ ਗਿਆ ਤੇ ਸੰਤ ਘਰ ਸੀਗੇ ਚਨੈਲ ਸੋਣੀ ਘਰੇ ਸੀ ਤੇ ਸੰਤ ਗਿਆਨੀ ਗਿਆਨੀ ਮਹਾ ਪ੍ਰਸ਼ਾਦਾ ਕਰਤਾਰ ਸੋ ਐਕਸਟੈਂਟ ਹੋ ਗਿਆ ਤਾਂ ਜਦੋਂ ਐਕਸਟੈਂਟ ਹੋਇਆ ਤੇ ਪ੍ਰਸ਼ਾਦਾ ਇਸ਼ਾ ਕਰੇ ਸੀ ਕਰੇ ਤੇ ਜਦੋਂ ਇਹਨਾਂ ਨੇ ਸੁਣਿਆ ਇਹਨੂੰ ਬੜਾ ਝਟਕਾ ਲੱਗਾ ਜਣੀ ਆਏ ਹੋਇਆ ਵੀ ਪਤਾ ਨਹੀਂ ਇਹਨਾਂ ਨੂੰ ਕੀ ਅੰਦਰੋਂ ਉਸ ਮਸਹੂਸ ਹੋਇਆ ਇਹ ਨਾ ਜਾਨਾ ਤੇ ਰੋਟੀ ਪਾਸੇ ਰੱਖ ਕੇ ਥਾੜੀ ਤੇ ਇਕਦਮ ਇਹਨਾਂ ਨੇ ਚਾਲੇ ਪਾਤੇ ਸਾਡੇ ਕਾਲਜ ਤੋਂ ਉੱਥੋਂ ਰਾਤ ਨੂੰ ਟਰੱਕ ਲਿਆ ਤੇ ਉੱਥੇ ਜਾ ਕੇ ਹਸਪੀਟਲ ਚਲੇ ਗਏ ਕਿਆਨੀ ਕਰਤਾਰ ਸਿੰਘ ਜਿੱਥੇ ਐਡਮਿਟ ਸੀ ਉੱਥੇ ਪਾਰਟ ਕੀਤਾ ਉਹਨਾਂ ਦੇ ਕੋਲ ਕਈ ਦਿਨ ਰਹਿ ਉਸ ਤੋਂ ਮਗਰੋਂ ਉਹਨਾਂ ਨੇ ਸੀ ਛੱਡਤਾ ਜਦੋਂ ਸੀ ਛੱਡਤਾ ਤੇ ਬਾਅਦ ਵਿੱਚ ਗੁਜ਼ਰਤੀ ਗੱਲ ਸੀ ਕਿ ਚਰਚਾ ਹੋਈ ਵੀ ਹੁਣ ਕਿਹੜੇ ਸਿੰਘ ਨੂੰ ਲਾਇਆ ਜਾਵੇ ਤੇ ਆਮ ਗੱਲਾਂ ਚੰਨ ਲਾਪੀਆਂ ਵੀ ਜਿਹੜਾ ਜਨੈਰ ਸੋ ਪਿਆਸੀ ਹੈ ਉਹ ਬੜਾ ಪಾਠ ਕਰਦਾ ਉਹਨੂੰ ਲਾਇਆ ਜਾਵੇ ਕਈਆਂ ਬੰਦਿਆਂ ਦੀਆਂ ਵਿਚਾਰਾਂ ਚਲੀਆਂ ਹੋਰ ਵੀ ਗੱਲਾਂ ਬਾਤਾਂ ਹੋਈਆਂ ਆਖਰੀ ਦਿਨ ਜਿੱਦੇ ਫਿਰ ਬਹੁਤ ਵੱਡਾ ਇਕੱਠ ਹੋਇਆ ਉੱਥੇ ਹਜ਼ਾਰਾਂ ਨਹੀਂ ਮੈਂ ਕਹੂੰਗਾ ਵੀ ਸ਼ਾਇਦ ਜੇ ਲੱਖ ਕਵਾਂ ਤਾਂ ਕਿਉਂਕਿ ਗਿਣਤੀ ਤਾਂ ਮੈਂ ਕੀਤੀ ਨਹੀਂ ਬਹੁਤ ਵਿਸ਼ਾਲ ਇਕੱਠ ਸੀ ਜਾਦੇ ਇਕੱਠ ਸੀ ਸਾਰੀ ਲੀਡਰਸ਼ਿਪ ਸਾਰੇ ਸੰਤ ਸਮਾਜ ਸਾਰੇ ਮਹਾਪੁਰਸ਼ ਉੱਥੇ ਪਹੁੰਚੇ ਸੀ ਤੇ ਇਹ ਮੈਂ ਰੈਪਡ ਗੱਲ ਤਾਂ ਕਰ ਰਿਹਾ ਕਿ ਸਟੋਰੀ ਵੱਡੀ ਛੇਤੀ ਛੇਤੀ ਤੁਹਾਨੂੰ ਦੱਸਣੀ ਹੈ ਤਾਂ ਮੈਂ ਉਦੋਂ ਅੰਮਰਸਰ ਸੀ ਮੇਰੀ ਯੂਨਿਟ ਅੰਮਰਸਰ ਸੀ ਇਹ ਐਨਾ ਮੈਨੂੰ ਵੀ ਨਹੀਂ ਸੀ ਪਤਾ ਐਨਾ ਮੈਨੂੰ ਪਤਾ ਸੀ ਕਿ ਸੰਤ ਭਗਤੀ ਬਹੁਤ ਕਰਦੇ ਆ ਸੰਤ ਮੇਰੇ ਕੋਲੇ ਸੰਤ ਬਣਨ ਤੋਂ ਪਹਿਲਾਂ ਵੀ ਮੇਰੀ ਯੂਨਿਟ ਵਿੱਚ ਸੰਤ ਆਏ ਸੀ ਰਣਵੀਰ ਸਥਰਾਜ ਵਾਲਾ ਜਿਹੜਾ ਸੰਤਾਂ ਦੇ ਨਾਲ ਬਹੁਤ ਹਰਮਨ ਪਿਆਰਾ ਸੀ ਸ਼ਹੀਦ ਹੋ ਗਿਆ ਰਣਵੀਰ ਸਿੰਘ ਸਥਰਾਜ ਇਹ ਦੋਨੇ ਮੇਰੇ ਕੋਲ ਉੱਥੇ ਆਏ ਸੀ ਅਬਰਸਰ ਤੇ ਮੈਂ ਮੇਰੇ ਕੋਲ ਆ ਕੇ ਖਦਰ ਦੇ ਚੋਲੇ ਪਾਏ ਇਹਨਾਂ ਦੇ ਤੇ ਮੈਂ ਬੜਾ ਹੈਰਾਨ ਚਾ ਹੋ ਗਿਆ ਪਹਿਲਾਂ ਲੰਗਰ ਤੇ ਗਏ ਤੇ ਲੰਗਰ ਵਾਲੇ ਨੂੰ ਕਹਿੰਦੇ ਸਾਡਾ ਸਾਹਬ ਨਹੀਂ ਇੱਥੇ ਆਇਆ ਉਹ ਕਹਿੰਦੇ ਜੀ ਉਹ ਤਾਂ ਘਟ ਚਲੇ ਗਏ ਤੇ ਕਹਿੰਦੇ ਉਹ ਚਾਂਦਰਾਮ ਸੀ ਹੌਲਦਾਰ ਕਹਿੰਦਾ ਕੋਈ ਸ਼ੱਕ ਹੋਗੇ ਕਹਿੰਦੇ ਕੀ ਸ਼ਿਕਾਉਂਗੇ ਸ਼ੱਕ ਨਾਲ ਸਾਡੇ ਹੈ ਕੁਛ ਨਹੀਂ ਤੇ ਉਹ ਹੱਸ ਕੇ ਕਹਿੰਦਾ ਜੀ ਸਾਡੀਆਂ ਤਾਂ ਟੂਟੀਆਂ ਵੀ ਝੂਠੀਆਂ ਪਾਣੀ ਅਸੀਂ ਤੇ ਕਿਉਂ ਹੱਸਦੇ ਹੱਸਦੇ ਮੇਰੇ ਕੋਲ ਆ ਗਏ ਤੇ ਆ ਕੇ ਉੱਥੇ ਗੱਲਾਂ-ਬਾਤਾਂ ਕੀਤੀਆਂ ਤੇ ਯਾਨੀ ਇਹਦੇ ਸਾਦੇ ਸੀ ਤੇ ਉੱਥੋਂ ਚਲੇ ਗਏ ਸੀ ਸੋ ਜਦੋਂ ਫਿਰ ਇਹ ਇੱਕ ਇਹ ਮੈਨੂੰ ਪਤਾ ਹੀ ਨਹੀਂ ਕਿਉਂਕਿ ਮੈਂ ਉੱਥੇ ਰਹਿੰਦਾ ਸੀ ਟਾਈਮ-ਟਾਈਮ ਤੇ ਛੁੱਟੀ ਆਉਂਦਾ ਸੀ ਤੇ ਮੈਂ ਅਖਬਾਰ ਉਰਦੂ ਦਾ ਪੜ੍ਹਿਆ ਇੱਕ ਦਿਨ ਤੇ ਉਹ ਮੁੰਡਿਆਂ ਨੂੰ ਮੈਂ ਕਿਹਾ ਯਾਰ ਮੇਰਾ ਭਰਾ ਇੱਕ ਛੋਟਾ ਤੇ ਭਗਤੀ ਬੜੀ ਕਰਦਾ ਹੈ ਤੇ ਬਹੁਤ ਬਾਣੀ ਪੜਦਾ ਹੈ ਜਿਆਦਾ ਕਹਿੰਦੇ ਅੱਛਾ ਉਹ ਉਰਦੂ ਦੇ ਅਖਬਾਰ ਦੇ ਵਿੱਚ ਉਹਨਾਂ ਦੀ ਖਬਰ ਆਈ ਸੀ ਕਿ ਜਰਨੈਲ ਸਿੰਘ ਜਰਨੈਲ ਸਿੰਘ ਆ ਉਹਨਾਂ ਨੂੰ ਟਕਸਾਰ ਦੀ ਪਗੜੀ ਦੀ ਰਸਮ ਦਾ ਹੋ ਰਹੀ ਅੱਜ ਉਹ ਮੈਂ ਹੋਰ ਤੋਂ ਜਾਣਦਾ ਉਹ ਮੁੰਡਾ ਮੇਰੇ ਕੋ ਲੈ ਕੇ ਆ ਗਿਆ ਅਖਬਾਰ ਕਹਿੰਦਾ ਸਾਹਾ ਆ ਵੇਖੋ ਪੜੋ ਆ ਤੁਹਾਡਾ ਭਾਈ ਤਾਂ ਨਹੀਂ ਤੇ ਜਦੋਂ ਮੈਂ ਪੜਿਆ ਤੇ ਮੈਂ ਵੇਖ ਕੇ ਮੈਂ ਕਿਹਾ ਵੀ ਲੱਗਦਾ ਤਾਂ ਮੈਨੂੰ ਉਹ ਹੀ ਆ ਤੇ ਮੈਂ ਉਹ ਮੁੰਡੇ ਨੂੰ ਕਿਹਾ ਉਹ ਪਾਪਾ ਹੀ ਸੀ ਇੱਥੋਂ ਦਾ ਗੁਰਦੁਆਰੇ ਦਾ ਪਾਈ ਸਾਹਿਬ ਸੀ ਤੇ ਸਿੰਘ ਸੀ ਉਹ ਤੇ ਉਹ ਮੈਂ ਉਹਨੂੰ ਕਿਹਾ ਵੀ ਆਪਾਂ ਚੱਲ ਚੱਲ ਗਏ ਅਸੀਂ ਉੱਥੋਂ ਆਊਟ ਪਾਸ ਲਿਆ ਤੇ ਦੋਨੇ ਚੱਲ ਪਏ ਮੈਤੇ ਨੂੰ ਜਦੋਂ ਅਸੀਂ ਅੰਬਰਸਰ ਬੱਸ ਸਟੈਂਡ ਤੇ ਆਏ ਤੇ ਉੱਥੇ ਬੱਸਾਂ ਭਰੀਆਂ ਜਕਾਰੇ ਛੱਡੀਆਂ ਤੇ ਪਿੰਡ ਦੇ ਲੋਕ ਮੈਨੂੰ ਹੱਥ ਮਾਰਿਆ ਉੱਥੇ ਕਈਆਂ ਨੇ ਤੇ ਮੈਨੂੰ ਕਹਿੰਦੇ ਹਰਚਾਰ ਸਿਆ ਇਧਰ ਆ ਇਧਰ ਆ ਬਾਕੀ ਕਹਿੰਦਾ ਕਿੱਧਰ ਜਾ ਰਹੇ ਆ ਕਹਿੰਦੇ ਆਪਣੇ ਜਨੈਰ ਸੁਣੋ ਅੱਜ ਤਕਸਾਲ ਦੀ ਪਗ ਮਿਲਣੀ ਹੈ ਤਾਂ ਮੈਂ ਉਥੋਂ ਆਵਦੇ ਅਈ ਟੋਂਡੇ ਜਾਣੇ ਚਲੇ ਗਏ ਉੱਥੇ ਬਹੁਤ ਵੱਡਾ ਘਟਸੀ ਤੇ ਮੈਂ ਆਊਟਸਾਈਡ ਤੇ ਬਹਿ ਗਿਆ ਮੈਂ ਇਸ ਕਰਕੇ ਕਿ ਮੈਂ ਦੇਖਣਾ ਚਾਹੁੰਦਾ ਸੀ ਵੀ ਇਹ ਲੋਕ ਕੀ ਕਰਦੇ ਆ ਕਿੰਨੇ ਕੁ ਲੋਕ ਆ ਵਿੱਚ ਕੀ ਗੱਲਾਂ ਖੁੰਦੀਆਂ ਇਹ ਮੇਰਾ ਮੇਰੀ ਦਿਲਚਸਪੀ ਸੀ ਕਿਉਂਕਿ ਉਹਨਾਂ ਦੀ ਪੂਰਨਪੱਖ ਦੇਣੀ ਜਦੋਂ ਕੁਦਰਤੀ ਗੱਲ ਹੁੰਦੀ ਚਰਚਾ ਹੁੰਦੀ ਆ ਵਿੱਚੋਂ ਵਿੱਚੋਂ ਲੋਕ ਗੱਲਾਂ ਕਰਦੇ ਆ ਤਾਂ ਮੈਂ ਪਾਸੇ ਬੈਠਾ ਇੱਕ ਸੁਣ ਵੀ ਰਿਹਾ ਸੀ ਤੇ ਵੇਖ ਵੀ ਰਿਹਾ ਸੀ ਉਥੇ ਜਦੋਂ ਸੰਤ ਵਾਹ ਪਰਸ਼ਾਂ ਦਾ ਇਕੱਠ ਹੋਇਆ ਤੇ ਸੰਤ ਜਨੈਲ ਸਿਉ ਨੇ ਹੁਣ ਤੇ ਸ਼ਾਂਤੀ ਬੋਲੂਗਾ ਉਹਨਾਂ ਨੇ ਕਿਹਾ ਕਿ ਮੈਂ ਇਹਦੇ ਕਾਬਲ ਨਹੀਂ ਹੁਣ ਤੇ ਜਾਣ ਤੋਂ ਪਹਿਲਾਂ ਸੰਤ ਮਹਾਪੁਰ ਜਨੇਸੀ ਬਾਬਾ ਖੜਕ ਸਿੰਘ ਜੀ ਬਾਬਾ ਉਥਮ ਸਿੰਘ ਜੀ ਸਿਹੜੀ ਆੜੀ ਵਾਲੇ ਤਾਰਾ ਸਿਉ ਸਾਰੇ ਸੰਤ ਵਾਹ ਪਰਸ਼ ਪੰਜਾਬ ਦੇ ਬਾਬਾ ਠਾਕਰ ਸਿੰਘ ਜੀ ਮੈਂ ਇਹਦੇ layak ਨਹੀਂ ਕਾਫੀ ਆਪਦੇ ਆਪ ਨੂੰ ਜਾਣੀ ਛੋਟਾ ਮਹਿਸੂਸ ਕਰਦੇ ਸੀ ਵੀ ਮੈਂ ਕਾਬਿਲ ਨਹੀਂ ਤਾਂ ਉਹ ਸਾਰਾ ਕੁਝ ਸੁਣ ਕੇ ਕਹਣ ਲੱਗੇ ਵੀ ਤੈਨੂੰ ਅਸੀਂ ਇਹ ਹੁਕਮ ਕਰਦੇ ਆ ਤੇ ਤੈਨੂੰ ਇਹ ਇਹ ਸੇਵਾ ਕਰਨੀ ਪਊਗੀ ਤਾਂ ਫਿਰ ਉਹ ਇਹ ਸੁਣ ਕੇ ਕਹਿੰਦੇ ਜੀ ਠੀਕ ਹੈ ਇਹ ਗੱਲ ਵੱਡੀ ਆ ਪੰਡ ਵੱਡੀ ਆ ਹੁਣ ਤੁਸੀਂ ਮੇਰੇ ਨਾਲ ਯੋਗਦਾਨ ਸਹਾਇਤਾ ਕਰਕੇ ਮੇਰੇ ਸਿਰ ਤੇ ਹੱਥ ਰੱਖੋ ਇਹੋ ਜਿਹੀ ਗੱਲਾਂ ਕੀਤੀਆਂ ਸੋ ਜਦੋਂ ਸਟੇਜ ਦੇ ਉੱਤੇ ਆਏ ਤੇ ਬੋਲਣ ਲੱਗੇ ਕਿ ਮੈਂ ਸਨੋਪੇ ਤਾਂ ਲੋਕਾਂ ਨੇ ਬਹੁਤ ਦਿੱਤੇ ਪੱਗਾਂ ਦਿੱਤੀਆਂ ਸਿਰ ਦੇ ਉੱਤੇ ਆ ਵਡਾ ਪਹਾੜ ਬਣ ਗਿਆ ਜਾਨੀ ਕਾਫੀ ਜ਼ਿਆਦਾ ਜਿਵੇਂ ਟੋਕਰੇ ਨਾਲੋਂ ਵੀ ਜ਼ਿਆਦਾ ਲੱਗਦਾ ਸੀ ਕਿ ਪੱਗਾਂ ਬੰਨੀ ਜਾਂਦੇ ਫਿਰ ਥੱਲੇ ਟਿਆਰ ਨਾਲ ਲਿਆ ਸਾਰੀਆਂ ਪੱਗਾਂ ਨਹੀਂ ਸਕਦੀਆਂ ਸੀ ਸੋ ਮੈਂ ਮੇਰੇ ਨਾਲ ਦਾ ਕਹਿਣ ਲੱਗਾ ਵੀ ਚਲੋ ਆਪਾਂ ਚੱਲ ਗਏ ਆਪਣਾ ਟਾਈਮ ਹੋ ਗਿਆ ਮਰ ਨਹੀਂ ਹੈ ਅਜੇ ਚੱਲਣਾ ਨਹੀਂ ਭੇਜਾ ਮੈਨੂੰ ਸ਼ੱਕ ਪੈ ਗਈ ਕਿ ਹੁਣੇ ਪਾਰਸਾ ਕਰਦੇ ਆ ਪਾਰੇ ਸ੍ਰੀ ਤੇ ਨੇ ਵੱਡੇ ਘਾਟ ਚ ਕਿਤੇ ਲੈਕਚਰ ਰਹਿਣਾ ਕੀਤਾ ਨਹੀਂ ਤੇ ਇਹ ਕੀ ਬੋਲਣਗੇ ਇਹ ਇਹ ਸੁਣ ਕੇ ਇਹ ਇਹ ਗੱਲ ਮੇਰੇ ਦਿਲ ਚ ਆ ਗਈ ਤੇ ਮੈਂ ਬੈਠਾ ਰਿਆ ਤੇ ਜਦੋਂ ਉਹ ਉੱਠੇ ਤੇ ਭਾਈ ਮਰੀਕ ਸਵੱਗੇ ਆ ਤੇ ਸੰਤਾਂ ਦੇ ਅੱਜ ਤੀਰ ਫੜਿਆ ਤੇ ਨਾਲ ਹੋਰ ਸਿੰਘ ਬਾਬਾ ਠਾਕੁਰ ਸਿੰਘ ਸਾਰੇ ਖੜੇ ਆ ਤੇ ਉਹਨਾਂ ਨੇ ਸ਼ਬਦ ਪੜ ਕੇ ਜਦੋਂ ਸ਼ੁਰੂ ਕੀਤੀ ਆਪਦੀ ਸਪੀਚ ਤੇ ਮੈਂ ਫਿਰ ਆਪਦੇ ਨਾਲ ਦੇ ਉਹਨੂੰ ਕਹਤਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜੀ ਸ਼ਕਤੀ ਹੈ ਉਹ ਸਾਰੀ ਇੱਥੇ ਮਹਾਰਾਜ ਨੇ ਕਿਰਪਾ ਕਰਦੀ ਹੈ ਸੰਤ ਮਹਾਪੁਰਸ਼ਾਂ ਤੇ ਬਜਾਇਜਾਕਾਰ ਹੈ ਸੋ ਮੇਰੇ ਜਿਹੜੀ ਮਰਜੀ ਤਸੱਲੀ ਸੀ ਇਹ ਵੇਖ ਕੇ ਮੈਂ ਵਾਪਸ ਚਲਾ ਗਿਆ ਉੱਥੇ ਇਹ ਪੱਗ ਦੀ ਜਿਹੜੀ ਰਸਮ ਜਿਹੜੀ ਹੋ ਗਈ ਸੰਤਾਂ ਨੇ ਅਮਰਤ ਸਿਕਾਉਣਾ ਜਥੇ ਨੂੰ ਦੁਬਾਰਾ ਜਿੰਨੇ ਵੀ ਹਦਾਇਤਾਂ ਸਤਿਖਨ ਜਿੰਨੀ ਮਰਜ਼ਾ ਦਾ ਟਕਸਾਲ ਦੀ ਕਿਸ ਤਰੀਕੇ ਨਾਰਾਇਣਾ ਪਹਿਲਾਂ ਹੀ ਦੱਸਿਆ ਹੁੰਦਾ ਟਕਸਾਲ ਵਿੱਚ ਜਿਹੜਾ ਬੰਦਾ ਜਾਂਦਾ ਹੁਣ ਸਾਰੀ ਵਰਜਾਦਾ ਜਿਵੇਂ ਫੌਜ ਦੇ ਵਿੱਚ ਡਿਸਪਲਿਨ ਸਿਖਾਇਆ ਜਾਂਦਾ ਟਕਸਾਲ ਵਿੱਚ ਵੀ ਬਹੁਤ ਜ਼ਿਆਦਾ ਗੱਲਾਂ ਦਸਕੀਆਂ ਜਾਂਦੀਆਂ ਕਿ ਤੁਸੀਂ ਲੋਕਾਂ ਨਾਲੋਂ ਕਿਵੇਂ ਤਰੀਕੇ ਨਾਲ ਰਹਿਣਾ ਹੈ ਤੁਹਾਨੂੰ ਤੁਸੀਂ ਕਿਵੇਂ ਮਿਸਾਲ ਬਣਨਾ ਲੋਕਾਂ ਦੇ ਸਾਹਮਣੇ ਸਾਰੀਆਂ ਗੱਲਾਂ ਉਹਨਾਂ ਨੇ ਟਕਸਾਲ ਨੂੰ ਦੁਬਾਰਾ ਰਿਪੀਟ ਕੀਤੀਆਂ ਤੇ ਫਿਰ ਉਹਨਾਂ ਨੇ ਕਥਾ ਕਰਨੀ ਸ਼ੁਰੂ ਕਰਤੀ ਅੰਬਰ ਸਿਕਾਉਣਾ ਸ਼ੁਰੂ ਕਰਤਾ ਤੇ ਫਿਰ ਉਹਨਾਂ ਨੇ ਜੋ ਦੇਖਿਆ ਉਹ ਹੁਣ ਲੋਡ ਹੈ ਅੰਡਰ ਰੋਲਮੈਂਟ ਦੀ ਅੰਡਰ ਰੋਲਮੈਂਟ ਦਾ ਮਾਣਾ ਹੁੰਦਾ ਭਰਤੀ ਕਰਨੀ ਤੇ ਕਿਉਂਕਿ ਜਦੋਂ ਕੋਈ ਸੰਘਰਸ਼ ਚੱਲਦਾ ਹੈ ਜਾਂ ਕੋਈ ਲੜਾਈ ਚੱਲਦੀ ਹੈ ਬੰਦੇ ਸ਼ਹੀਦ ਹੋ ਜਾਂਦੇ ਆ ਆ ਬੁੱਢੇ ਹੋ ਜਾਂਦੇ ਪੈਨਸ਼ਨ ਚਲੇ ਜਾਂਦੇ ਆ ਤਾਂ ਅੰਡਰ ਰੋਲਮੈਂਟ ਤਾਂ ਹਰੇ ਕੌਮ ਨੂੰ ਕਰਨੀ ਪੈਂਦੀ ਆ ਪਰਿਵਾਰਾਂ ਵਿੱਚ ਵੀ ਨਵੇਂ ਬੱਚੇ ਆਉਂਦੇ ਬੁੱਢੇ ਮਰ ਜਾਂਦੇ ਆ ਸੋ ਉਸ ਗੱਲ ਨੂੰ ਮੁੱਖ ਰੱਖ ਕੇ ਆ ਸੰਤਾ ਨੇ ਪਹਿਲ ਕਾਜ਼ਮੀ ਇਹ ਕੀਤੀ ਕਿ ਅਨਰੋਲਮੈਂਟ ਕੀਤੀ ਜਾਵੇ ਕਿ ਟਕਸਾਲ ਦੇ ਵਿੱਚ ਭਰਤੀ ਕਿਸੇ ਜਾਣ ਟਕਸਾਲ ਦੀ ਮਰਜ਼ਾਦਾ ਮੁਤਾਬਕ ਚਲਾਈ ਜਾਣ ਉਸ ਅਨਰੋਲਮੈਂਟ ਨੂੰ ਮੁੱਖ ਰੱਖ ਕੇ ਉਹਨਾਂ ਨੇ ਆਲ ਇੰਡੀਆ ਸਿਕ ਸਟੂਡੈਂਟ ਫੈਡਰੇਸ਼ਨ ਦੀ ਸਥਾਪਨਾ ਕੀਤੀ ਜੀ ਦਾ ਪ੍ਰਧਾਨ ਭਾਈ ਅਮਰੀਕ ਸਿੰਘ ਨੂੰ ਬਣਾਇਆ ਗਿਆ ਜਿਹੜੇ ਕਿ ਸੰਤ ਗਿਆਨੀ ਕਰਤਾਰ ਸਿੰਘ ਦੇ ਮਹਾਨ ਸੁਪੁੱਤਰ ਯੋਧੇ ਬਹਾਦਰ ਪੜੇ ਲਿਖੇ ਸੋਨਹਾਰ ਤੇ ਸੁਨੱਖੇ ਨੌਜਵਾਨ ਸੀ ਉਹਨਾਂ ਨੂੰ ਉਹਨਾਂ ਨੇ ਉਹਦਾ ਪ੍ਰਧਾਨ ਬਣਾਇਆ ਤੇ ਉਹਦੀ ਡਿਊਟੀ ਲਈ ਲੈ ਭਾਈ ਹੁਣ ਤੋਂ ਆਪ ਦੀ ਪ੍ਰਧਾਨਗੀ ਦੇ ਥੱਲੇ ਸਾਰੀ ਆਪਦੀ ਹੋਰ ਪਾਰਟੀ ਬਣਾ ਲਾ ਤੇ ਆਰਗੇਨਾਈਜ਼ ਕਰ ਤੇ ਉਹਨਾਂ ਨੇ ਫਿਰ ਐਸ ਵਧੀਆ ਢੰਗ ਨਾਲ ਕੰਮ ਕੀਤਾ ਕਿ ਸਾਰਿਆਂ ਜ਼ਿਲਾਂ ਦੇ ਵਿੱਚ ਉਹਨਾਂ ਨੇ ਆਰਗੇਨਾਈਜ਼ ਕੀਤੀ ਸਾਰਿਆਂ ਕਾਲਜਾਂ ਸਕੂਲਾਂ ਦੇ ਵਿੱਚ ਮੁੰਡੇ ਨੌਜਵਾਨ ਪਰਚੀ ਕਰ ਲੇ ਤੇ ਸੈਮੀਨਾਰ ਕਰਨੇ ਸ਼ੁਰੂ ਕਰ ਦਿੱਤੇ ਤੇ ਆਪ ਤਾਂ ਕਿਉਂਕਿ ਪੜ੍ਹੇ ਲਿਖੇ ਸੀ ਉਹ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਉਹਨਾਂ ਨੇ ਇੰਨੀ ਨਿਹਾਰ ਬਦਲਤੀ ਇਸ ਤੋਂ ਪਹਿਲਾਂ ਉਹਨਾਂ ਦੇ ਪਿਤਾ ਜੀ ਨੇ ਸਾਡੇ ਪੰਜਾਬ ਦੀ ਛੱਤੀ ਨਗਰ ਕੀਰਤਨ ਕੱਢ ਕੇ ਪੰਜਾਬ ਨੂੰ ਜਗਾਤਾ ਸੀ ਕਿ ਤੁਸੀਂ ਕੀ ਕਰਨਾ ਤੇ ਤੁਹਾਡੇ ਨਾਲ ਕੀ ਕੋਈ ਸ਼ੋਰ ਰਿਹਾ ਉਹਨਾਂ ਨੇ ਆਪ ਦੀ ਮਿਸਾਲ ਪਹਿਲਾਂ ਪੇਸ਼ ਕਰਤੀ ਸੀ ਬਾਬਾ ਕਰਤਾਰ ਸਿੰਘ ਜੀ ਨੇ ਤੇ ਭਾਈ ਅਮਰੀਕ ਸਿੰਘ ਜੀ ਨੇ ਸਾਰੇ ਸਕੂਲਾਂ ਵਿੱਚ ਜਾ ਕੇ ਮੁਲਾਪ ਕਰਕੇ ਤੇ ਇਹ ਕੰਮ ਸ਼ੁਰੂ ਕਰਤਾ ਜਦੋਂ ਸੰਤ ਚਰਨੈਲ ਸਿੰਘ ਨੇ ਫਿਰ ਨਾਲ ਜਾ ਕੇ ਪ੍ਰੋਗਰਾਮ ਕਰਨੇ ਸ਼ੁਰੂ ਕਰਤੇ ਵੱਡੇ ਵੱਡੇ ਕਾਠ ਸ਼ੁਰੂ ਕਰਤੇ ਤੇ ਉਹ ਸਕੂਲਾਂ ਦੇ ਕਾਲਜਾਂ ਦੇ ਨੌਜਵਾਨ ਵੀ ਨਾਲ ਚੱਲਣ ਲੱਗ ਪਏ ਤਾਂ ਇੰਨਾ ਜੋਸ਼ ਭਰਿਆ ਗਿਆ ਕਿ ਜਦੋਂ ਸੰਤ ਚਲਦੇ ਸੀ ਤੇ ਜੇ ਕਿਸੇ ਦੀ ਦਾੜ੍ਹੀ ਕਟਾਈ ਸੀ ਤਾਂ ਉਹ ਨੌਜਵਾਨ ਸੋਚਦਾ ਸੀ ਬਸ ਥੋੜੇ ਦਿਨਾਂ ਚਿੱਤੇ ਲਾ ਕੇ ਨਾ ਧੋ ਕੇ ਦਾੜ੍ਹੀ ਵਧਾ ਕੇ ਤੇ ਅਮਰਤੀ ਸ਼ੱਕ ਲੈਣਾ ਇਹ ਇਹ ਗੱਲਾਂ ਮੈਂ ਕੋਈ ਬਨਾਵਟੀ ਨਹੀਂ ਕਰਦਾ ਇਹ ਮੈਂ ਆਖੀ ਦੇਖੀਆਂ ਗੱਲਾਂ ਆ ਤੇ ਜਿਹੜੀ ਕੋਈ ਲੜਕੀ ਸੀ ਬੀਬੀ ਸੀ ਲੰਗਾ ਸਿਰ ਲੜਕੀਆਂ ਤੇ ਨੌਜਵਾਨ ਤੱਕੇ ਦਾ ਨੰਗਾ ਸਿਰ ਨਹੀਂ ਸੀ ਹੁੰਦਾ ਜੇ ਹੁੰਦਾ ਸੀ ਤਾਂ ਤੁਰੰਤ ਢੱਕ ਲੈਂਦੇ ਸੀ ਪੱਗਾਂ ਬੰਨਦੇ ਸੀ ਬੇਬੀਆਂ ਚੁੰਨੀਆਂ ਲੈ ਲੈਂਦੀਆਂ ਸੀ ਤੇ ਅਮਰਤਪਾਣ ਇੰਨੇ ਲੋਕਾਂ ਨੇ ਕਰਨਾ ਸ਼ੁਰੂ ਕਰਤਾ ਕਿ ਜਿੱਥੇ-ਜਿੱਥੇ ਸੰਥਾਂ ਦਾ ਜਥਾ ਜਾਂਦਾ ਅਮਰਤ ਸੈਂਕੜਿਆਂ ਦੀ ਗਿਣਤੀ 'ਚ ਲੋਕਾਂ ਨੂੰ ਰਿਸ਼ਕ ਲੈਂਦੇ ਔਰ ਉਹਦੇ ਵਿੱਚ ਕਈ ਜਥੇ ਪੰਜਾਬ ਦੇ ਵਿੱਚ ਲੱਗੇ ਜਿਹੜੇ ਅਮਰਿਸ਼ ਕਾਉਣ ਲੱਗੇ ਉਹਦੇ ਵਿੱਚ ਆ ਜਿਹੜੇ ਚੈਨਲ ਵਾਲੇ ਹਮਦਰਦ ਵਾਲੇ ਇਹਨਾਂ ਦਾ ਵੀ ਬਹੁਤ ਯੋਗਦਾਨ ਹੈ ਕੋਹਲੀਏ ਦਾ ਜੱਥਾ ਤਾਂ ਹੁਣ ਤੱਕ ਵੀ ਮਸ਼ਹੂਰ ਹੈ ਇੱਥੋਂ ਦੇ ਜਥੇ ਵੀ ਅਮਰਤ ਸੰਚਾਰ ਹੋਣ ਵੀ ਕਰ ਰਹੇ ਸੋ ਜਦੋਂ ਇੰਨਾ ਜ਼ਿਆਦਾ ਅਮਰਤ ਪਾਣ ਹੋਇਆ ਤੇ ਨੌਜਵਾਨ ਜਿਹੜੇ ਸੀ ਕਾਲਜਾਂ ਦੇ ਵਿੱਚ ਸਕੂਲਾਂ 'ਚ ਤੇ ਪ੍ਰਿੰਸੀਪਲ ਐਡਵੋਕੇਟ ਜਰਨਲ ਉਹ ਇੰਨੇ ਛੇਤੀ ਪ੍ਰਭਾਵਿਤ ਹੋਏ ਕਿ ਇਹ ਇਹ ਸਾਡੇ ਕੋਲੋਂ ਸਮਝਾਉਣ ਦੇ ਬਾਵਜੂਦ ਇਹ ਨੌਜਵਾਨੀ ਨਸੂਤ ਆਈ ਇਹ ਕੀ ਹੈ ਕੀ ਕਾਰਨ ਹੈ ਤੇ ਜਿਹੜੇ ਕਾਲਜ ਸੀ ਉਹਨਾਂ ਤੇ ਮੈਂ ਆਗ ਦੇਖਿਆ ਰੋਡਿਆਂ ਵਾਲਾ ਕਾਲਜ ਮਸ਼ਹੂਰ ਸਮਝਿਆ ਜਾਂਦਾ ਹੈ ਇੱਥੇ ਲਿਖਿਆ ਸੀ ਸ਼ੁਭ ਕਰਮਣ ਤੇ ਕਾਬੂ ਨਾ ਟਰੂੰ ਕਾਲਜਾਂ ਦੇ ਉੱਤੇ ਨਾਰੇ ਲਿਖਤੇ ਤੇ ਫਤਿਹ ਬੁਲਾਉਣ ਲੱਗ ਪਏ ਯਾਨੀ ਚੰਗੀਆਂ ਗੱਲਾਂ ਪਾਠ ਕਰਨ ਲੱਗ ਪਏ ਤੇ ਜਿਹੜੇ ਸਕੂਲ ਦੇ ਪ੍ਰਿੰਸੀਪਲ ਸੀ ਉਹ ਵੀ ਇਸੇ ਪਾਸੇ ਨੂੰ ਟੜੇ ਜਦੋਂ ਇਹ ਜਵਾਨੀ ਨੂੰ ਸਾਰੀ ਨੂੰ ਇਹਨਾਂ ਤਿਆਰ ਵਰਤਿਆਰ ਕਰ ਲਿਆ ਤੇ ਇਹਨਾਂ ਦੀ ਚੜ੍ਹਤ ਆ ਗਈ ਬਹੁਤ ਜ਼ਿਆਦਾ ਜਿਹੜੀ ਸਰਕਾਰ ਆ ਸਾਡੀ ਉਹ ਤਖਤ ਦੇ ਨਾਲ ਸਿੱਖੀ ਸਰੂਪਨਾ ਪਤਾ ਨਹੀਂ ਪਹਿਲਾਂ ਤੋਂ ਲੈ ਕੇ ਜਦੋਂ ਦਾ ਸਾਡਾ ਦੇਸ਼ ਇਹ ਆਜ਼ਾਦ ਹੋਇਆ ਹੈ ਜੰਗਰੇ ਜਾਂ ਮੁਸਲਮਾਨਾਂ ਵੇਲੇ ਵੀ ਕਿਉਂ ਆਖ ਹੈ ਉਹ ਇਹ ਸਿੱਖਾਂ ਦੇ ਉੱਤੇ ਜੋ ਸ਼ੁਰੂ ਤੋਂ ਲੈ ਕੇ ਇਹ ਤਖਤ ਦੇ ਨਾਲ ਇਹ ਕਿਉਂ ਕਰਦੇ ਆ ਤੇ ਉਹਨਾਂ ਨੂੰ ਇਸ ਗੱਲ ਦੀ ਬੜੀ ਚਿੰਤਾ ਹੋਗੀ ਕਿ ਉੱਥੇ ਇੱਕ ਨੌਜਵਾਨ ਹੈ ਉਹ ਨੌਜਵਾਨਾਂ ਨੂੰ ਇਕੱਠਾ ਕਰਕੇ ਤੇ ਇਹ ਬੜੀ ਆਰਗੇਨਾਈਜ਼ ਕਰ ਰਿਹਾ ਤੇ ਬੜਾ ਉਹਨਾਂ ਦੀ ਪੂਰੀ ਅੱਖ ਪਰ ਉਹ ਇਹ ਚਾਹੁੰਦੇ ਸੀ ਕਿ ਉੱਥੇ ਜਾਣ ਦਾ ਢੰਗ ਤਰੀਕਾ ਕੀ ਹੈ ਯਕਦਾਮ ਸੀ ਉੱਥੇ ਜਾ ਕੇ ਸੰਤ ਦੇ ਸੰਤ ਨੂੰ ਕੁਝ ਕਰ ਨਹੀਂ ਸਕਦੇ ਕਿਉਂਕਿ ਉੱਥੇ ਸਰਕਾਰਾਂ ਤਾਂ ਉਹ ਚੁੱਪ ਕਰਕੇ ਵਾਚ ਕਰਦੇ ਰਹੇ ਦੇਖਦੇ ਰਹੇ ਉਸ ਤੋਂ ਮਗਰੋਂ ਜਦੋਂ ਸੰਤਾ ਨੇ ਇਹ ਫਿਰੋਨਾਂ ਨੇ ਖੋਰ ਤਰੀਕਾ ਸੋਚਿਆ ਕਿ ਸੰਤਾ ਨੂੰ ਕੰਡਮ ਕਰਨ ਲਈ ਕੋਈ ਏਜੰਸੀ ਤਿਆਰ ਕੀਤੀ ਜਾਵੇ ਸੋ ਜਿਹੜਾ ਨਰਕ ਧਾਰੀ ਗ੍ਰਵਚਨਾ ਹੈ ਕਿਉਂਕਿ ਉਹ ਤਾਂ ਆਪਦੇ ਵਰ ਨੂੰ ਨਰੰਗਕਾਰੀ ਕਹਿੰਦਾ ਸੀ ਪਰ ਉਹ ਨਰਕਤਾਰੀ ਸੀ ਕਿਉਂਕਿ ਉਹਨੇ ਕੰਮ ਨਰਕਤਾਰੀਆਂ ਵਾਲਾ ਕੀਤਾ ਉਹਦੇ ਨਾਲ ਲੋਕ ਬੜੇ ਸੀ ਤੇ ਨਰਕਤਾਰੀ ਗੁਰਬਚਨੇ ਨੇ ਇਹ ਸਰਕਾਰ ਨਾਲ ਮਿਲ ਕੇ ਅੰਮ੍ਰਿਤਸਰ ਅੰਮ੍ਰਿਤਸਰ ਇਹ ਵਿਸਾਖੀ ਆਲੇ ਦਾ 1978 ਦੀ ਵਿਸਾਖੀ ਨੂੰ ਅੰਮ੍ਰਿਤਸਰ ਇੱਕ ਪ੍ਰੋਗਰਾਮ ਦੇ ਰੱਖਿਆ ਵੇਖੋ ਇਹਨਾਂ ਦੀ ਤਰਤੀਬ ਕੀ ਹੈ ਵਿਸਾਖੀ ਨੂੰ ਪ੍ਰੋਗਰਾਮ ਰੱਖ ਲਿਆ ਕਿ ਲੋਕ ਘਟ ਕਰਨਗੇ ਤੇ ਜਿਹੜਾ ਹਮਲੇ ਦਾ ਉਹ ਵੀ ਗਰੁੱਪ ਅਰਜਨ ਪਾਸ਼ਾ ਜ਼ਾਦਾਨ ਤੇ ਇਹਦਾ ਮਤਲਬ ਇਹ ਹੈ ਕਿ ਸਾਨੂੰ ਮਾਰਨ ਦਾ ਹੀ ਪ੍ਰੋਗਰਾਮ ਇਹਨਾਂ ਨੇ ਰੱਖੇ ਹੋਏ ਸੀ ਤਾਂ ਉਹਦੇ ਵਿੱਚ ਉਹਨੇ ਜਲੂਸ ਕੱਢਿਆ ਨਰਕਤਾਰੀ ਨੇ ਇੱਕ ਵੱਡੀ ਗੱਡੀ ਤੇ ਬੈਠ ਕੇ ਤੇ ਜਿਹੜੀਆਂ ਪੋਥੀਆਂ ਸੀ ਪੈਰਾਂ ਚ ਰੱਖ ਕੇ ਆਪਦੇ ਘਰ ਵਾਲੀ ਵਾ ਕੇ ਕਹਿੰਦਾ ਮੈਂ ਸੱਤ ਸਤਾਰੇ ਸਾਜੂਗਾ ਮੈਂ ਅਮਰਤ ਪਾਣ ਕਰੂੰਗਾ ਯਾਨੀ ਮਰਜਾਦਾ ਦੇ ਉਲਟ ਤੇ ਸਾਨੂੰ ਟੁੰਮਣ ਵਾਲੀਆਂ ਗੱਲਾਂ ਜਿਨ੍ਹਾਂ ਨੂੰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਸੀ ਉਹ ਆਪ ਦੀ ਗੱਲ ਜੋ ਮਰਜੀ ਕਰਦਾ ਵੀ ਮੈਂ ਐ ਕਰੂੰਗਾ ਜੇ ਐ ਕਰੂੰਗਾ ਜਦੋਂ ਸਾਡੀ ਮਰਜਾਦਾ ਦੇ ਖਿਲਾਫ ਗੱਲ ਕੀਤੀ ਤਾਂ ਉਹ ਕਾਫੀ ਲੋਕਾਂ ਨੂੰ ਬੁਰੀ ਲੱਗੀ ਤਾਂ ਉਹਦੀ ਜਿਹੜੀ ਰਿਪੋਰਟ ਹੈ ਉਹ ਸੰਤਾ ਨੂੰ ਆ ਕੇ ਜਰਨਲਿਸਟਾਂ ਨੂੰ ਕਿਸੇ ਨੇ ਦੇਤੀ ਵੀ ਉਹਨੇ ਜਲੂਸ ਕੱਢਿਆ ਤੇ ਬਹੁਤ ਭਾਰੀ ਤਦਾਦ ਇਕੱਠਾ ਹੈ ਉਹਨਾਂ ਕੋਲ ਥਿਆਰ ਹੈ ਤਾਂ ਉਹ ਉੱਥੇ ਚੱਲ ਰਹੇ ਅੰਮ੍ਰਿਤਸਰ ਦੇ ਵਿੱਚ ਤੇ ਆਹ ਗੱਲ ਸੰਤ ਬੜੇ ਗੰਭੀਰਤਾ ਨਾਲ ਇਸ ਗੱਲ ਨੂੰ ਸੋਚਣ ਲੱਗ ਪਏ ਵੀ ਇਹ ਤਾਂ ਮਾੜੀ ਗੱਲ ਹੈ ਚਲੋ ਸੰਤ ਕਹਿੰਦੇ ਵੀ ਲੜਾਈ ਤੋਂ ਕੀ ਲੈਣਾ ਆਪਾਂ ਇਸ ਟਾਈਮ ਤੇ ਕੋਈ ਲੋੜ ਨਹੀਂ ਆਪਾਂ ਕੋਈ ਨਹੀਂ ਸੋਚਦੇ ਸੰਤ ਸੋਚਣ ਲੱਗ ਪਏ ਤਾਂ ਉਹਨੇ ਕੀ ਕੀਤਾ ਕਿ ਰੇਲਵੇ ਸਟੇਸ਼ਨ ਦੇ ਉੱਤੇ ਗੁਰਦੁਆਰਾ ਜਿੱਥੇ ਹੁਣ ਬੀ ਬਲਾਕ ਨੂੰ ਕਹਿੰਦੇ ਜਿੱਥੇ ਸੰਖੀਦ ਹੋਈ ਸੀ 13 ਤਾਂ ਉੱਥੇ ਉਹਨੇ ਕੱਟ ਕੀਤਾ ਸੀ ਬਹੁਤ ਵੱਡਾ ਬਹੁਤ ਵੱਡਾ ਕੱਟ ਸੀ ਤਾਂ ਉੱਥੇ ਉਹਨੇ ਜਦੋਂ ਕੱਟ ਕੀਤਾ ਤੇ ਸਪੀਚ ਕਰਨੀ ਸ਼ੁਰੂ ਕਰਤੀ ਉਦੋਂ ਪਹਿਲਾਂ ਉਹਨੇ ਕਿਹਾ ਸੀ ਵੀ ਹਥਿਆਰ ਲੈ ਕੇ ਆਇਓ ਹਥਿਆਰ ਲਾਇਸੈਂਸ ਸੀ ਸੀ ਕਿਸੇ ਕੋਲ ਕੁਝ ਸੀ ਕੋ ਤਲਵਾਰ ਸੀ ਲੋਕ ਲੈ ਕੇ ਆਏ ਤੇ ਉਹ ਜਦੋਂ ਕੰਮ ਸ਼ੁਰੂ ਹੋ ਗਿਆ ਤੇ ਸੰਤਾ ਨੇ ਸੋਚਿਆ ਵੀ ਹੁਣ ਇੱਕ ਤਰੀਕਾ ਬਣਾਇਜੀ ਸੰਤਾ ਨੇ ਇੱਕ ਟਮੇਟੀ ਗੱਠ ਕੀ ਥੀ ਉਹਦੇ ਵਿੱਚ ਭਾਈ ਫੌਜਾ ਸਿੰਘ ਜੀ ਖੰਡ ਕੀਰਤਨ ਜਥੇ ਦੇ ਸੀ ਭਾਈ ਰਣਬੀਰ ਸਿੰਘ ਥਰਾ ਸੀ ਹੋਰ ਕਈ ਸਿੰਘ ਸੀ ਤੇ ਉਹ ਕਮੇਟੀ ਤੋਂ علاوہ ਵੀ ਕੋਈ ਸਿੰਘ ਚਲੇ ਗਏ ਕੁਝ ਜ਼ਖਮੀ ਵੀ ਹੋਏ ਉੱਥੇ ਔਰ ਉਹ ਕਮੇਟੀ ਨੂੰ ਇਹ ਕਿਹਾ ਕਿ ਤੁਸੀਂ ਜਾ ਕੇ ਉਹਨਾਂ ਨੂੰ ਇਹ ਕਹੋ ਵੀ ਭਾਈ ਤੁਸੀਂ ਆਪ ਦੀ ਗੱਲ ਕਰੋ ਪਰ ਸਾਡੀ ਮਰਜ਼ਾ ਦਾ ਟਕਸਾਲ ਦੇ ਗੁਰੂਆਂ ਦੇ ਖਿਲਾਫ ਇਹ ਗੱਲ ਨਾ ਕਰੋ ਤੁਸੀਂ ਆਪ ਦਾ ਜੋ ਮਰਜ਼ੀ ਕਰੋ ਸਾਡੀ ਤੁਹਾਡਾ ਲੜਾਈ ਨਹੀਂ ਉਹ ਜਿਹੜੇ ਸਿੰਘ ਸੀ ਉਹਨਾਂ ਕੋਲੇ ਕੋਈ ਮਾਰੂ ਸਰ ਜਿਹੜਾ ਕਰਪਾਨ ਹੋ ਸਕਦੀ ਹੈ ਉਹਨਾਂ ਦੇ ਹੱਥ ਚੋਵੇਂ ਜਿਹੜੀ ਆਮ ਅਸੀਂ ਰੱਖਦੇ ਆ ਉਹਨਾਂ ਨੇ ਜਾ ਕੇ ਜਦੋਂ ਉੱਥੇ ਗਏ ਤੇ ਗੇਟ ਦੇ ਜਿਹੜਾ ਉਹਨਾਂ ਦੇ ਦੋ ਉੱਥੇ ਸੰਤਰੀ ਖੜੇ ਸੀਗੇ ਬਾਡੀਗਾਰਡ ਲੈ ਲਓ ਉਹਨਾਂ ਨੇ ਜਦੋਂ ਕਿਹਾ ਵੀ ਭਾਈ ਜਾ ਕੇ ਸਟੇਜ ਤੇ ਕਹੋ ਵੀ ਤੁਸੀਂ ਆਪਦੀਆਂ ਗੱਲਾਂ ਕਰੋ ਇਹ ਨਹੀਂ ਗੱਲ ਕਹਿਣ ਦੀ ਧੇਰ ਸੀ ਉਹਨਾਂ ਨੇ ਸੁਣਿਆ ਘੱਲਤਾ ਵੀ ਪਿੰਡਰਾਂ ਵਾਲੇ ਦੇ ਬੰਦੇ ਇੱਥੇ ਆਏ ਆ ਤੇ ਸਾਨੂੰ ਇਹ ਕਹਿ ਰਹੇ ਆ ਇਹ ਜਦੋਂ ਜਾ ਕੇ ਸਟੇਜ ਤੇ ਗਿਆ ਤੇ ਉਤਰੋ ਡਰੰਕਾਰੀ ਨਹੀਂ ਉਥੇ ਉੱਠ ਕੇ ਕਿਸੇ ਬੰਦੇ ਨੇ ਕਹਿਤਾ ਵੀ ਹੁਣ ਪਿੰਡਰਾਂ ਵਾਲਾ ਬੰਦਾ ਕੋਈ ਵੀ ਆਇਆ ਹੁਣ ਬਚ ਕੇ ਨਾ ਜਾਵੇ ਤਾਂ ਉਥੇ 11 ਵੈਸੇ ਟੋਟਲ 13 ਸਿੰਘ ਜਿਹੜੇ ਆ ਉਹ ਸ਼ਹੀਦ ਹੋਏ 13 ਸਿੰਘ ਸ਼ਹੀਦ ਕਰ ਦਿੱਤੇ ਉਥੇ 13 ਔਰ 13 ਸ਼ਹੀਦ ਕਰਕੇ ਤੇ ਜਦੋਂ ਫਿਰ ਇਹ ਪਾਣਾ ਵਰਤ ਗਿਆ ਤੇ ਦੂਰੋ ਦੂਰੀ ਪੰਡਾਲ ਪੰਡੂਰ ਦੇ ਵਿੱਚ ਉੱਥੇ ਲੜਾਈ ਕੀ ਹੋਣੀ ਸੀ ਬੰਦੇ ਤਾਂ ਉਹਦੇ ਸੀ ਤੇ ਜਦੋਂ ਸੰਤਾਂ ਨੂੰ ਪਤਾ ਲੱਗਾ ਸੰਤ ਸੰਤਾਂ ਨੇ ਫਿਰ ਬੰਦੇ ਆਪਦੇ ਘੱਲ ਕੇ ਤੇ ਜਿਹੜੀਆਂ ਡੱਡ ਬਾਟੀਆਂ ਸੀ ਉਹ ਕੁਦਰਤੀ ਜਦੋਂ ਇੱਕ ਕਲੈਸ਼ ਦਾ ਡਰ ਸੀ ਵਿਆਹ ਹੋ ਰਿਹਾ ਤੇ ਸਾਨੂੰ ਵੀ ਸਨੇਹ ਪਹੁੰਚ ਗਏ ਸੀ ਇੱਥੋਂ ਪਿੰਡੋਂ ਟਰੱਕ ਤੇ ਬੰਦੇ ਗਏ ਸੀ ਤੇ ਦਾਸ ਵੀ ਉੱਥੇ ਸੀ ਆ ਜਦੋਂ ਇਹ ਇਹ ਸਾਰਾ ਕੁਝ ਹੋਣ ਤੋਂ ਮਗਰੋਂ ਡੈਡ ਬਾਡੀਆਂ ਚਾਕੇ ਗੁਰੂ ਰਾਮਦਾਸ ਰਾ ਕਿਉਂਕਿ ਜਿਹੜੇ ਉਸ ਟਾਈਮ ਦੇ ਬੰਦੇ ਸੀ ਨਾ ਉੱਥੇ ਗਏ ਉਹਨਾਂ ਨੂੰ ਪਤਾ ਹੈ ਗੁਰੂ ਰਾਮਦਾਸ ਰਾ ਦੇ ਅੱਗੇ ਉਹ ਸਾਰੀਆਂ ਡੈਡ ਬਾਡੀਆਂ ਲਿਆ ਕੇ ਰੱਖਤੀਆਂ ਸੀ ਤਾਂ ਉਹ ਜਦੋਂ ਲਿਆ ਕੇ ਰੱਖੀਆਂ ਤੇ ਸਾਰਾ ਕੁਝ ਉਧਰ ਕਾਠ ਵੀ ਬਹੁਤ ਜ਼ਿਆਦਾ ਹੋ ਗਿਆ ਤੇ ਸੰਤਾਂ ਨੇ ਉੱਥੇ ਇੱਕ ਕਾਠ ਵੀ ਕੀਤਾ ਮਜੀ ਸਾਹਿਬ ਭਈ ਭਾਈ ਉਮਰਾ ਰੰਗਲ ਨੂੰ ਕਿਹਾ ਵੀ ਤੁਸੀਂ ਇਹਨੂੰ ਇਹ ਜਿਹੜਾ ਕੰਮ ਹੈ ਪਹਿਲਾਂ ਯਾਨੀ ਅਜੇ ਹੋਇਆ ਨਹੀਂ ਇਸ ਵੀ ਇਹਨੂੰ ਸੁਭਾਲੋ ਤੁਸੀਂ ਰੋਲਾ ਰਪਾਣਾ ਪਵੇ ਤੇ ਇਹ ਇਹ ਕੰਮ ਆੜਾ ਹੈ ਉਮਰਾ ਰੰਗਲ ਕਹਿਣ ਲੱਗਾ ਜੀ ਮੇਰੇ ਕੋਈ ਵਸ ਨਹੀਂ ਉਹ ਮਾਲ ਮੰਤਰੀ ਸੀ ਮੈਂ ਤਾਂ ਪਟਵਾਰੀ ਬਦਲੀ ਜਾਂ ਹੋਰ ਕੋਈ ਗੱਲ ਸਰਦ ਮੇਰੇ ਕੋਈ ਵਸਤੀ ਗੱਲ ਨਹੀਂ ਸੋ ਸੰਤ ਕਹਿੰਦੇ ਚੰਗਾ ਚਲੋ ਉਹ ਜਿਹੜਾ ਅ ਸ਼ਿਸ਼ਕਾਰ ਕਰਨਾ ਸੀ ਉਹਦੇ ਵਿੱਚ ਫੋਰਸ ਪੀਅਰਸ ਆਫ ਸੀਆਰਪੀਐਫ ਤੇ ਪੁਲਿਸ ਫੌਜ ਬਹੁਤ ਜ਼ਿਆਦਾ ਉਹਦੇ ਵਿੱਚ ਬਥਰੋ ਲੋਕ ਆ ਗਏ ਪੰਜਾਬ ਗਵਰਨਮੈਂਟ ਨੇ ਇਕੱਠੇ ਕਰਕੇ ਭੇਜੇ ਡਿਊਟੀ ਤੇ ਤੇ ਸੰਤਾਂ ਨੇ ਇੱਕ ਟਰੱਕ ਦੇ ਉੱਤੇ ਸਟੇਜ ਬਣਾਈ ਬਹੁਤ ਉੱਚੇ ਤੇ ਆਪ ਹੋਰੇ ਤੇ ਬਹਿ ਗਏ ਤੇ ਕਾਠ ਹੀ ਨਾ ਜ਼ਿਆਦਾ ਹੋ ਗਿਆ ਆਪਣੇ ਪਿੰਡਾਂ ਨੇੜਿਆਂ ਦੇ ਲੋਕ ਚਲੇ ਗਏ ਅਸੀਂ ਵੀ ਉੱਥੇ ਸੀ ਸੰਤ ਕਹਿਣ ਲੱਗਿਓ ਪੁਲਿਸ ਵਾਲਿਓ ਫੌਜ ਵਾਲਿਓ ਤੁਸੀਂ ਪਿੱਛੇ हट ਜਾਓ ਹੁਣ ਸ਼ਿਕਾਰ ਦੇ ਟਾਈਮ ਤੇ ਤੁਸੀਂ ਕੁਝ ਨਾ ਕਰੋ ਇਹ ਕੰਟਰੋਲ ਹੀ ਹੋਣਾ ਤੁਹ ਤੋਂ ਨਕਸਾ ਹੋਂ ਅਸੀਂ ਆਪੇ ਕਰਾਂਗੇ ਫਿਰ ਅਸੀਂ ਇੱਕ ਲੰਬੇ ਲੰਬੇ ਬਾਸ ਹੱਥਾਂ ਜਿ ਫੜ ਕੇ ਪਾਸੀ ਸੜਕ ਦੇ ਖੜ ਗਏ ਤੇ ਬਹੁਤ ਜ਼ਿਆਦਾ ਘੱਟ ਸੀ ਤੇ ਸ਼ਿਸ਼ਕਾਰ ਫਿਰ ਜਦੋਂ ਅਸੀਂ ਜਾ ਰਹੇ ਸੀ ਤੇ ਇੱਕ ਪੁਲਿਸ ਦੀ ਥਾਣੇ ਦਾ ਹੁੰਦਾ ਸੜਕ ਦੇ ਉੱਤੇ ਸੱਜੇ ਹੱਥ ਚੌਕੀ ਜੀ ਉਹਦੇ ਉੱਤੇ ਕੋਈ ਉੱਥੇ ਫਲੈਸ਼ ਹੋ ਗਿਆ ਤੇ ਉੱਥੇ ਗੋਲੀ ਮਾਰ ਕੇ ਇੱਕ ਮੁੰਡੇ ਦੇ ਗੋਲੀ ਵੱਜੀ ਉਹ ਮੈਂ ਦੇਖੀ ਕਿ ਹਾਂ ਲੋ ਦੀ ਤਾਰ ਟੁੱਟੀ ਜਿ ਵਗਦੀ ਹੁੰਦੀ ਆ ਪੈ ਰਹੇ ਸੀ ਪਰ ਉਹ ਜਦੋਂ ਖੀਦ ਹੋ ਗਿਆ ਚੱਕ ਲਿਆ ਸੰਤਾ ਨੇ ਇੱਕ ਉੱਥੇ ਬੋਲਿਆ ਵੀ ਜੇ ਕੋਈ ਇੱਥੇ ਰੋੜਾ ਮਾਰੂ ਉਹ ਮੇਰੇ ਵੱਜੂ ਜੇ ਕੋਈ ਗਾਲ ਕੱਢੋਂਗੇ ਉਹ ਵੀ ਮੈਨੂੰ ਕੱਢੋਂਗੇ ਜੇ ਕੋਈ ਨੁਕਸਾਨ ਹੋ ਗਿਆ ਹੁਣ ਇਦੋਂ ਮਗਰੋਂ ਜੇ ਕੋਈ ਬੰਦਾ ਹੋਰ ਇੱਥੋਂ ਲੜਦਾ ਸ਼ੀਤ ਹੁੰਦਾ ਕਿਸੇ ਨਾ ਜਗਾ ਉਹ ਬਿਲਕੁਲ ਨਹੀਂ ਮੰਨੀ ਜਾਊ ਗੱਲ ਯਾਨੀ ਕਾਫੀ ਸਖਤੀ ਨਾਲ ਆਵਦੇ ਬੰਦਿਆਂ ਨੂੰ ਵੀ ਤੇ ਉਹਨਾਂ ਨੂੰ ਵੀ ਚੇਤਾਵਨੀ ਦਿੱਤੀ ਇਹ ਇੱਕ ਡਿਸਪਲਿਨ ਸੀ ਤੇ ਹਜ਼ਾਰਾਂ ਲੱਖਾਂ ਬੰਦਾ ਇਕੱਠਾ ਕਰਕੇ ਤੇ ਸ਼ਾਂਤੀ ਨਾਲ ਉਥੇ ਸ਼ਿਸ਼ਕਾਰ ਉਹਨਾਂ ਨੇ ਉਹ ਕਰਤਾ ਔਰ ਉਸ ਤੋਂ ਮਗਰੋਂ ਇਹਨਾਂ ਨੇ ਫਿਰ ਇੱਕ ਮੰਜੀ ਸਾਹਿਬ ਵੱਡਾ ਇਕੱਠ ਹੋਇਆ ਬਹੁਤ ਵੱਡਾ ਇਕੱਠ ਉਹਦੇ ਵਿੱਚ ਇਹਨਾਂ ਨੇ ਅਨਾਣ ਕੀਤਾ ਸੰਤ ਜਨੈਲ ਸਿੰਘ ਨੇ ਮੇਰੇ ਨਾਲ ਆਈਪੀਐਸ ਟਿੱਲੋਂ ਜਿਹੜਾ ਕਿ ਉਦੋਂ ਮੇਜਰ ਸੀ 55 ਇੰਜੀਨੀਅਰ ਰੇਜਮੰਡ ਦਾ ਉਹ ਅਸੀਂ ਬਾਰਡਰ ਤੇ ਲੱਗੇ ਸੀ ਉਦੋਂ ਤੇ ਉਹ ਰਸ਼ੀਆ ਦੇ ਵਿੱਚ ਕੋਰਸ ਵੀ ਕਰਕੇ ਆ ਸੀ ਚੜਾਈ ਕਰ ਗਿਆ ਹੁਣ ਉਹ ਵੀ ਮੇਰੇ ਨਾਲ ਸੀ ਤਾਂ ਸੰਤ ਕਹਿਣ ਲੱਗੇ ਵੀ ਮੇਰੇ ਤੇ ਇਹ ਬੋਝ ਹੈ ਜਿਹੜੇ ਇਹ ਸੰਸ਼ੀਦ ਹੋਇਆ ਮੇਰੇ ਤੇ ਵੱਡਾ ਭਾਰ ਹੈ ਤੇ ਮੈਂ ਇਹਨੂੰ ਇਹ ਜ਼ਿੰਮੇਵਾਰ ਮੰਨਦਾ ਹੈ ਕਿ ਮੇਰੇ ਤੇ ਮੈਂ ਇਹਦਾ ਜਾਂ ਤਾਂ ਗਵਰਨਮੈਂਟ ਨੂੰ ਸਜ਼ਾ ਦੇਵੇ ਕੋਈ ਕੇਸ ਚ ਨਾਵੇ ਸਜ਼ਾ ਦੇਵੇ ਤੇ ਜੇ ਨਹੀਂ ਤਾਂ ਮੈਂ ਇਹਦਾ ਸਿਰ ਵੱਢ ਕੇ ਇੱਥੇ ਲਾਉਂਗਾ ਇਹ ਇਹ ਕਾਨੂੰਨਬੰਦ ਬਿਆਨ ਹੈ ਉਹਨਾਂ ਨੇ ਉੱਥੇ ਦਿੱਤੇ ਤੇ ਉਹ ਜਿਹੜਾ ਮੇਰੇ ਨਾਲ ਅਫਸਰ ਸੀ ਮੇਜਰ ਕਹਿੰਦਾ ਯਾਰ ਆਹ ਮੁੰਡਾ ਤਾਂ ਬੜੇ ਕ੍ਰਾਂਤੀਕਾਰੀ ਹੈ ਉਹਨੂੰ ਨਹੀਂ ਪਤਾ ਵੀ ਇਹ ਕੌਣ ਹੈ ਮੇਰਾ ਭਰਾਇਆ ਕੀ ਹੈ ਤਾਂ ਉਹ ਨਾਲ ਦਾ ਮੁੰਡਾ ਕਹਿੰਦਾ ਜੀ ਇਹ ਇਹ ਤਾਂ ਤੁਹਾਡੇ ਸਾਹ ਦਾ ਭਾਈ ਹੈ ਤਾਂ ਉਹ ਮੈਨੂੰ ਕਹਿੰਦਾ ਵੀ ਆਪਾਂ ਮਿਲ ਕੇ ਚੱਲਗੇ ਹੁਣ ਮੈਂ ਨਹੀਂ ਹੁਣ ਨਹੀਂ ਮਿਲਣਾ ਸੀ ਅੱਖਾਂ ਦੇਖੀਆਂ ਕਿ ਉਹ ਜੀ ਅੱਖਾਂ ਲਾਲ ਹੋ ਕੇ ਕੀ ਸੰਘਰਸ਼ ਹੈ ਉਹ ਤਾਂ ਤਿਆਰੀ ਕਰ ਰਿਹਾ ਚਲੋ ਅਸੀਂ ਫਤਿਹ ਬੁਲਾਈ ਤੇ ਅਸੀਂ ਉੱਥੋਂ ਆ ਗਏ ਤੇ ਉਹਨਾਂ ਨੇ ਇਹ ਕੰਮ ਜਿਹੜਾ ਯਾਨੀ ਹੋਰ ਲੈਕਚਰ ਸ਼ੁਰੂ ਕਰਤਾ ਹੁਣ ਇੱਥੇ ਇੱਕ ਕਲੈਸ਼ ਪੈ ਗਿਆ ਕਲੈਸ਼ ਕੀ ਦੋ ਤਰ੍ਹਾਂ ਨਾ ਪਿਆ ਨਰਕਧਾਰੀ ਇਹਨਾਂ ਦਾ ਪੈਣਾ ਸੀ ਸੈਂਟਰ ਤੇ ਸਰਕਾਰ ਨਾਲ ਵੀ ਕਲੈਸ਼ ਹੋ ਗਿਆ ਤੇ ਪੰਜਾਬ ਦੀ ਸਰਕਾਰ ਨਾਲ ਵੀ ਹੋ ਗਿਆ ਕਿਉਂਕਿ ਉਸ ਟਾਈਮ ਤੇ 13 ਬੰਦਿਆਂ ਨੂੰ ਮਾਰ ਕੇ ਉਹਦਾ ਕਮਾਂਡਰ ਨਰਕਧਾਰੀ ਤੇ ਉੱਥੋਂ ਚੜਿਆ ਜਾਵੇ ਤੇ ਨਾ ਕੋਈ ਉਥੇ ਉਹਨੂੰ ਫੜੇ ਨਾ ਕੋਈ ਰੈਸਟ ਕਰੇ ਤਾਂ ਕੁਦਰਤੀ ਗੱਲ ਹੈ ਕਿ ਜਿਹੜਾ ਬੰਦੇ ਦੇ ਜਿਹਦੇ ਸ਼ਹੀਦ ਹੋਏ ਆ ਜਿਸ ਸੰਪਰਦਾ ਦੇ ਸਿੰਘ ਉਹਨੂੰ ਸਤਾਉਣਾ ਹੀ ਹੈ ਸੋ ਉਹਦੇ ਕਾਰਨ ਸੰਤਾਂ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਵੀ ਇਹ ਤਾਂ ਮੇਲ ਹੀ ਭੋਗਦਾ ਹੈ ਸੋ ਚਲੋ ਉਸ ਤੋਂ ਬਾਅਦ ਕੋਈ ਹੋਰ ਤੇ ਕੇਸ ਨਹੀਂ ਚਲਿਆ ਤੇ ਸੰਤ ਵੀ ਆਪਦੀ ਕਾਰਵਾਈ ਸ਼ੁਰੂ ਕਰਦੇ ਰਹੇ ਔਰ ਕਈ ਇਹੋ ਜਿਹੇ ਪ੍ਰੋਗਰਾਮ ਸੰਤਾਂ ਦੇ ਨਾਲ ਕਨੈਸ਼ ਹੋਇਆ ਚੰਦੋਖਲਾਂ ਦੇ ਵੇ ਸੰਤਾਂ ਦੇ ਕਿਰਾ ਪਾਲਿਆ ਬਹੁਤ ਜ਼ਿਆਦਾ ਫੋਰਸ ਲਾਤੀ ਉਹਨਾਂ ਨੂੰ ਮਾਰਨ ਦੀ ਖਾਤਰ ਉੱਥੋਂ ਆਗੇ ਬੰਬੇ ਤੋਂ ਚੱਲ ਕੇ ਆਜ ਗਏ ਫਿਰ ਇਹਨਾਂ ਨੇ ਸ਼ੁਰੂ ਕਰਤਾ ਸੰਤ ਕਰਾਮਾਤੀ ਹੈ ਸੰਤ ਦਰਬਾਰ ਸਾਹਿਬ ਵੀ ਇਸ਼ਾਨ ਕਰਦੇ ਆ ਸੰਤ ਮਹਿਤੇ ਵੀ ਇਹ ਗੱਲ ਆ ਇਹਨਾਂ ਨੇ ਇੱਕ ਰੱਬ ਵੱਲੋਂ ਹੀ ਸ਼ਕਤੀ ਹੁੰਦੀ ਆ ਕੋਈ ਦਿਖਾਉਂਦਾ ਤਾਂ ਹੁੰਦਾ ਹੀ ਨਹੀਂ ਸ਼ਕਤੀ ਤੇ ਇਸ ਕਰਕੇ ਸੰਤਾਂ ਦੇ ਜਿਹੜੇ ਭਾਸ਼ਣ ਸੀ ਉਹ ਇਹ ਕਹਿੰਦੇ ਹੁੰਦੇ ਸੀ ਕਿਉਂਕਿ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਹੈ ਕਿ ਸੰਤ ਇਤਿਹਾਸ ਸਾਹਿਬ ਦਾ ਆਪ ਹੀ ਬਣਾ ਗਈ ਹੁਣ ਕੋਈ ਉਹਨਾਂ ਬਦਲ ਨਹੀਂ ਸਕੂਗਾ ਕਿਉਂਕਿ ਜੋ ਸਪੀਚਾਂ ਸੰਤ ਕਰਕੇ ਚਲੇ ਗਏ ਉਹ ਉਸ ਪੂਚਾਂ ਕਰਤੀਆਂ ਜਿਹੜੀਆਂ ਆਉਣ ਵਾਲੇ ਸਮੇਂ ਦੀਆਂ ਗੱਲਾਂ ਸੀ ਉਸ ਸਪੀਚਾਂ ਸੰਤਾਂ ਨੇ ਕਰਤੀਆਂ ਲੋਕਾਂ ਨੇ ਲਿਖ ਲੀਆਂ ਤੇ ਨੌਜਵਾਨਾਂ ਨੂੰ ਪਤਾ ਸੋ ਇਹ ਸਾਰਾ ਕੁਝ ਜਿਦੋਂ ਚੱਲਦਾ ਰਿਹਾ ਚੱਲਦਾ ਰਿਹਾ ਗੱਲ ਨਾ ਹੀ ਹਟੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਚੋਣ ਆਈ ਤਾ ਇਥੇ ਸੰਤ ਗੰਗਾ ਨਗਰ ਵੱਨੋਂ ਆਉਨੇ ਸੀ ਤੇ ਮੈਂ ਉਦੋਂ ਕਰੇ ਸੀ ਛੁੱਟੀ ਆਇਆ ਸੀ ਤੇ ਸਿੰਘ ਨੇ ਕਹਿਣ ਲੱਗੀ ਵੀ ਸੰਤ ਮਹਾਪੁਰਜ ਜਨੈਲ ਸੁਣੀ ਆਏ ਆ ਤੇ ਮੈਂ ਕੋਈ ਨਹੀਂ ਬਾਰ ਖੋਲ ਦਿਓ ਤੇ ਉਹ ਆ ਕੇ ਮੇਰੇ ਕੋਲ ਮੈਨੂੰ ਜਰਾ ਪ੍ਰੇਮ ਕਰਦੇ ਸੀ ਮੇਰੇ ਨਾਲ ਜਾਨਾ ਜਾਂ ਭਾਈ ਜਾਂ ਫੁੱਜੀ ਕਹਿੰਦੇ ਸੀ ਮੈਨੂੰ ਤੇ ਮੈਂ ਕਿਸੀ ਸ਼ਰਾਨ ਕਰੀ ਜਾਂਦਾ ਹੀ ਤੇ ਮੈਂ ਕਿਹਾ ਮਹਾਪਰਸ਼ੋ ਬਹਿ ਜਾਓ ਬਹਿ ਜਾਓ ਆਪਾਂ ਗੱਲਬਾਤ ਕਰਦੇ ਆ ਤੇ ਉਹ ਨਾ ਆ ਕੇ ਆ ਕੇ ਮੈਂ ਕਹਾਂ ਜੀ ਆਕੀਬ ਆ ਪਾਈ ਫਿਰਦੇ ਆ ਪਚਾੜ ਪਾਈ ਫਿਰਦੇ ਰੋਣਾ ਪਾਈ ਫਿਰਦੇ ਕਾਲੀਆਂ ਨਾਲ ਅੱਜ ਕਾ ਕਹਿੰਦੇ ਦੱਸ ਕਿਵੇਂ ਕਿਵੇਂ ਮਟਾਇਆ ਜਾਵੇ ਰੋਣਾ ਮੈਂ ਕਹਾਂ ਜੀ ਸ਼ਰੋਮਣੀ ਕਮੇਟੀ ਹੈਗੀ ਐ ਤੇ ਨਾਲ ਮਿਲ ਕੇ ਕਰ ਲਓ ਮੈਨੂੰ ਆ ਗਏ ਵੀ ਮੈਂ ਰਾਏ ਦਿੱਤੀ ਸੀ ਵੀ ਸ਼ਰੋਮਣੀ ਕਮੇਟੀ ਦੇ ਜਿਹੜੇ ਵੈਬਰ ਹੈ ਉਹ ਅਮਰਤਾਰੀ ਹੋਣ ਪਰਿਵਾਰ ਕਪਸ਼ੋਕੜ ਉਹਨਾਂ ਦਾ ਅਮਰਤਾਰੀ ਹੋਵੇ ਤੇ ਅੱਜ ਕਾ ਕਹਿੰਦੇ ਉਹ ਕਹਿੰਦੇ ਵੀ ਸਾਡੇ ਕੋਲ ਤਾਂ ਇੰਨੇ ਬੰਦੇ ਹੈ ਨਹੀਂ ਤੇ ਮੈਂ ਕਹਾਂ ਜੀ ਮੈਂ ਬੰਦੇ ਦੇ ਦਿੰਨਾ ਉਹ ਆ ਦੇ ਭਰੇ ਤਾਂ ਇਹ ਤਾਂ ਹੋ ਨਹੀਂ ਸਕਣਾ ਉਹ ਸੋ ਗੱਲ ਮੈਂ ਸਮਾਪਤ ਕਰਾਂ ਕਿ ਸੰਤਾ ਨੇ ਭਾਈ ਅਮਰੀਕ ਸਿੰਘ ਨੂੰ ਮਿੱਤੇ ਜਿਹੜੀ ਰਿਆ ਰਿਆ ਸੀਟ ਹੈ ਰਗੇ ਵਾਲੀ ਜਿੱਥੇ ਉਮਰਾਂ ਨੰਗਲ ਦਾ ਪਿੰਡ ਚੰਨਣਕੇ ਵੀ ਨੇੜੇ ਹੀ ਹੈ ਤਾਂ ਉਹ ਸੀਟ ਤੇ ਭਾਈ ਅਮਰੀਕ ਸਿੰਘ ਨੂੰ ਖੜਾ ਕਰਤਾ ਸੀ ਤਾਂ ਇਹ ਨਾ ਦਾ ਫਰਜੇ ਬਣਦਾ ਸੀ ਵੀ ਸਾਰੀਆਂ ਸੀਟਾਂ ਦਾ ਛੱਡੋ ਤੇ ਬਾਬਾ ਕਰਤਾਰ ਸਿੰਘ ਮਹਾਪੁਰਸ਼ਾਂ ਦਾ ਸੁਪੁੱਤਰ ਮਹਾਨ ਯੋਧਾ ਭਾਈ ਮਰੀਕ ਸਿੰਘ ਆਲ ਇੰਡੀਆ ਸੈਕਸ਼ਨ ਫੈਡਰੇਸ਼ਨ ਦਾ ਪ੍ਰਧਾਨ ਉਹ ਖੜਾ ਕੀਤਾ ਵੀ ਅਸੀਂ ਉਹਨੂੰ ਮੰਨ ਲਈਏ ਇਹਨਾਂ ਨੇ ਉਮਰਾ ਨਗਰ ਨੂੰ ਖੜਾ ਕਰਤਾ ਉਮਰਾ ਨਗਰ ਨੂੰ ਖੜਾ ਕਰਕੇ ਇਹਨਾਂ ਨੇ ਸਾਰੀ ਲੀਡਰਸ਼ਿਪ ਉੱਥੇ ਭੇਜੀ ਤੇ ਸੰਤਾ ਨੇ ਇਥੋਂ ਪਿੰਡੋਂ ਵੀ ਪਾਸੋਂ ਬੰਦੇ ਬੁਲਾ ਲਏ ਤੇ ਉੱਥੇ ਮੈਂ ਮੈਂ ਵੀ ਪਹੁੰਚ ਗਿਆ ਉੱਥੇ ਕਿਉਂਕਿ ਉਹ ਜੇ ਟਾਈਮ ਤੇ ਮੈਂ ਜਾ ਵੜਦਾ ਸੀ ਤੇ ਜਦੋਂ ਇੱਕ ਪਿੰਡ ਸੀਗਾ ਉਹ ਕਹਿੰਦੇ ਜੀ ਅਸੀਂ ਬੂਥ ਨਹੀਂ ਲਗੜ ਦੇਣਾ ਤੇ ਸਾਡੇ ਪਿੰਡ ਦੇ ਬੰਦੇ ਕਹਿੰਦੇ ਵੋਟ ਪਾਇਓ ਨਾ ਪਾਇਓ ਬੂਥ ਨਹੀਂ ਕੋਈ ਰੋਕ ਸਕਦਾ ਉਹ ਜਿਹਨੇ ਰੋਕਣਾ ਇਹ ਵਿਛਾ ਕੇ ਧਰੀ ਤੇ ਬਹਿ ਕੇ ਆਉਣਾ ਕਿਨੇ ਸੀ ਉੱਥੇ ਸੋ ਉੱਥੇ ਵੋਟ ਪਈ ਤੇ ਉੱਥੇ ਮੈਨੂੰ ਏਡੀ ਸੀ ਮਿਲਿਆ ਮੈਨੂੰ ਕਹਿੰਦਾ ਰੋਡੇ ਸਾਹਿਬ ਕਿਉਂਕਿ ਮੇਰੀ ਆਉਣੀ ਜਾਣੀ ਉਦੋਂ ਥੋੜੀ ਜੀ ਮੈਂ ਆਉਂਦਾ ਸੀ ਜਾਣ ਪਰ ਸਾਡੇ ਵੀ ਜਾਣਦੇ ਸੀ ਥੋੜੇ ਅਫਸਰ ਵੀ ਜਾਣਦੇ ਸੀ ਤਾਂ ਕਹਾਂ ਲੱਗੇ ਬਾਬੇ ਜਿੱਤਣਗੇ ਜੇ ਇਮਾਨਦਾਰੀ ਨਾਲ ਵੋਟਾਂ ਪੈਗੀਆਂ ਤੇ ਮੈਂ ਕਿਹਾ ਇਮਾਨਦਾਰੀ ਤਾਂ ਤੁਸੀਂ ਰੱਖਣੀ ਹੈ ਕਹਿੰਦਾ ਪਰ ਲੱਗਦਾ ਨਹੀਂ ਤੇ ਉਹ ਉਹ ਕੀ ਹੋਇਆ ਕਿ ਜਦੋਂ ਵੋਟਾਂ ਪਈਆਂ ਆ ਦਾੜੀਆਂ ਵਾਲੇ ਜਿਹੜੇ ਗੁਰਸਿੱਖੀ ਐ ਖੜੇ ਰੌਲਾ ਪਾ ਰਹੇ ਐ ਤੇ ਕਲੀਨ ਸ਼ੇਪ ਲੋਕ ਲਾਈਨਾਂ 'ਚ ਲੱਗੇ ਤੇ ਵੋਟਾਂ ਪਾ ਰਿਆ ਤੇ ਸਾਰੀਆਂ ਸੂਚੀਆਂ ਪਾੜ ਕੇ ਨਵੀਆਂ ਵੋਟਾਂ ਬਣਾਤੀਆਂ ਤੇ ਫੇਰ ਵੀ 30 ਕੱਤੀਆਂ ਪਿੰਡਾਂ 'ਚ ਮਹਾਪੁਰ ਜਿੱਤੇ ਤੇ ਜਿਹੜਾ ਰੇਜੀ ਹਾਲ ਦੇ ਪਿੰਡ ਸੀ ਤੇ ਉਹਦੇ ਵਿੱਚ ਥੋੜੀਆਂ ਵੋਟਾਂ ਤੇ ਮਤਲਬ ਸੰਤੋਂ ਤੋਂ ਹਰ ਗਏ ਤਾਂ ਜਦੋਂ ਇਹ ਰਿਪੋਰਟ ਜਾ ਕੇ ਇਹ ਪਹਿਲਾ ਜਿੱਤ ਦੀ ਰਿਪੋਰਟ ਆਈ ਤਾਂ ਨੌਜਵਾਨਾਂ ਨੇ ਖੁਸ਼ੀ ਵਿੱਚ ਲਸਾਂਸੀ ਥਿਆਰਾ ਦਾ ਉੱਥੇ ਫੈਰ ਕਰਤੇ ਤੇ ਸੰਤਾ ਨੇ ਮਨਾ ਕੀਤਾ ਫੈਰ ਨਾ ਕਰੋ ਤੇ ਜਦੋਂ ਇਹ ਰਿਪੋਰਟ ਆਈ ਵੀ ਨਹੀਂ ਥੋੜੀਆਂ ਵੋਟਾਂ ਦੇ ਹਰ ਗਏ ਤੇ ਕਾਫੀ ਜਿਆਦਾ ਮਜੂਸ ਹੋ ਸੈਂਕ ਜਿਹੜੇ ਕਈ ਆ ਬੈਗੇ ਤੇ ਸੰਤਾਂ ਨੇ ਇੱਕਦਮ ਰੋਹ ਵਿੱਚ ਆ ਕੇ ਕਿਹਾ ਸਾਰੇ ਇਕੱਠੇ ਹੋਵੋ ਮਾੜੀ ਜੀ ਖੁਸ਼ੀ ਹੋਈ ਤਾਂ ਫੈਰ ਕਰਤੇ ਤੇ ਇਹ ਆ ਆ ਮਾੜੀ ਜੀ ਹੋਣ ਹੋ ਗਈ ਗੱਲ ਤੇ ਟੱਲੇ ਹੋ ਗਏ ਇਹ ਇਹ ਜਿੱਤਾਂ ਹਾਰਾਂ ਦੇ ਨਾਲ ਆਪਣਾ ਹੀ ਕੰਮ ਹੈ ਯਾਨੀ ਮੈਨੂੰ ਇਹ ਗੱਲ ਯਾਦ ਹੈ ਕਿ ਬੜੀ ਰੋਹੀ ਗੱਲ ਸੀ ਕਿ ਜਿਹੜਾ ਸਿਗੁਰ ਸਿੱਖ ਹੈ ਉਹ ਕਦੇ ਵੀ ਉਹ ਜੀ ਗੱਲ 'ਚ ਨਹੀਂ ਆਉਂਦਾ ਨਾਉ ਗਾਮੀ ਦੇ ਵਿੱਚ ਜ਼ਿਆਦਾ ਮਜੂਜ਼ ਕਰੇ ਨਾਉ ਵੱਡੀ ਵਡਿਆਈ ਸ਼ਾਲਾ ਮਾਰੇ ਸੋ ਉਸ ਤੋਂ ਮਗਰੋਂ ਕਲੈਸ਼ ਹੋਰ ਵੱਧ ਗਿਆ ਫਿਰ ਜਦੋਂ ਸੰਤਾਂ ਦੀ ਚੜ੍ਹਤ ਨੂੰ ਦੇਖ ਕੇ ਜਿਹੜੇ ਪੰਜਾਬ ਸਰਕਾਰ ਦੇ ਲੋਕ ਸੀ ਇਹਨਾਂ ਨੇ ਕਿਹਾ ਵੀ ਹੁਣ ਕੋਈ ਗੱਲ ਨਹੀਂ ਬਣਨੀ ਜਿਹੜਾ ਨਹਿਰ ਦਾ ਮੋਰਚਾ ਸੀ ਐ ਐਸਵਾਈਐਲ ਨਹਿਰ ਆ ਜਿਹੜੀ ਜਿਹਦਾ ਅਜੇ ਤੱਕ ਵੀ ਰੌਲਾ ਚੱਲਦਾ ਹੈ ਤਾਂ ਉਹ ਫਿਰ ਇਹਨਾਂ ਨੇ ਸੋਚਿਆ ਵੀ ਸੰਤ ਜਰਨੈਲ ਸਿੰਘ ਨੂੰ ਆਪਣਾ ਨਾਲ ਲਿਗੀ ਕਿਉਂਕਿ ਜਰਨੈਲ ਸੇ ਹੋਰ ਮਹਾ ਪਰੇਸ਼ਾਨੇ ਉਦੋਂ ਆਪਣਾ ਵੀ ਇੱਕ ਮੋਰਚਾ ਲਾਤਾ ਸੀ ਕਿ ਭਾਈ ਮਰੀਕ ਸਿੰਘ ਭਾਈ ਥਾਰਾ ਸਿੰਘ ਤੇ ਹੋਰ ਸਿੰਘਾਂ ਨੂੰ ਇਹਨਾਂ ਨੇ ਫੜ ਲਿਆ ਸੀ ਤੇ ਸੰਤਾਂ ਨੇ ਕਿਹਾ ਸੀ ਭਾਈ ਇਹਨਾਂ ਨੂੰ ਤੁਸੀਂ ਛੱਡੋ ਤੇ ਜੇ ਨਹੀਂ ਛੱਡੋਗੇ ਤਾਂ ਇਹਦੇ ਨਤੀਜੇ ਕੋਈ ਚੰਗੇ ਨਹੀਂ ਨਿਕਲਣਗੇ ਸਾਨੂੰ ਫਿਰ ਇਹਦਾ ਕੁਝ ਕਰਨ ਪਊ ਸੋ ਇਹ ਜਦੋਂ ਗੱਲ ਉਹਨਾਂ ਨੇ ਵੀ ਦੇਖੀ ਇਹ ਸ਼ਰੋਮਣੀ ਅਕਾਲੀ ਦਲ ਨੇ ਤਾਂ ਉਹਨਾਂ ਨੇ ਸੋਚਿਆ ਵੀ ਆਪਾਂ ਇਕੱਠੇ ਹੋ ਕੇ ਸੰਘਰਸ਼ ਚਲਾਈਏ ਤਾਂ ਗੁਰਚਰਨ ਸਿੰਘ ਜੀ ਟੌੜਾ ਜਿਹੜੇ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਸੀ ਉਹਨਾਂ ਨੇ ਸੰਤਾਂ ਨਾਲ ਗੱਲ ਕੀਤੀ ਤੇ ਸੰਤਾਂ ਨੂੰ ਇਹ ਗੱਲ ਤੇ ਰਜ਼ਾਮੰਦੀ ਕਰ ਲਈ ਕਿ ਆਪਾਂ ਇੱਕ ਸਾਂਝਾ ਮੋਰਚਾ ਲਾਈਏ ਤੇ ਸੰਤ ਕਹਿੰਦੇ ਵੀ ਜਿਹੜਾ ਪੰਜਾਬ ਦੇ ਹਿੱਤ ਲਈ ਕੌਮ ਦੇ ਹਿੱਤ ਲਈ ਹੈ ਤੇ ਮੈਂ ਤਾਂ ਤਿਆਰ ਐ ਇਹ ਇਸ ਗੱਲ ਨੂੰ ਆਪਾਂ ਸਾਂਝਾ ਕਰ ਲਈਏ ਸੋ ਉਹਨਾਂ ਨੇ ਨਾਲ ساری ਰੈ ਲਾ ਕੇ ਅਰਚੰਦ ਸਿੰਘ ਲੰਗੋਵਾਲ ਦੇ ਨਾਲ ਲਾ ਕੇ ਕਾਲੀਦਰਨਾ ਮੀਟਿੰਗ ਕਰਕੇ ਫੈਸਲਾ ਕਰ ਲਿਆ ਕਿ ਠੀਕ ਹੈ ਤਾਂ ਫਿਰ ਸੰਤਾਂ ਨੂੰ ਗੁਰੂ ਨਾਨਕ ਨਵਾਸ ਵਿੱਚ ਲਿਆਂਦਾ ਗਿਆ ਜਿੱਥੇ ਕਿ ਇੱਕ ਵੀ ਕਬਰਾ ਉੱਥੇ ਲੈਣਾ ਮੁਸ਼ਕਲ ਹੁੰਦਾ ਸੀ ਸੰਤਾਂ ਦੇ ਆ ਬੰਦਿਆਂ ਨੂੰ ਤਾਂ ਉੱਥੇ ਐਡੀ ਵੱਡੀ ਗਿਣਤੀ ਦੇ ਜਿਹੜੇ ਸਿੰਘ ਸੀ ਉਹਨਾਂ ਦੇ ਕਬਰੇ ਖਾਲੀ ਕਰਕੇ ਤੇ ਸੰਤ ਜਨੈਲ ਸਿੰਘ ਜੀ ਨੂੰ ਉੱਥੇ ਲਿਆਂਦਾ ਗਿਆ ਤਾਂ ਸੰਤ ਜਨੈਲ ਸਿੰਘ ਜੀ ਵਾਹ ਤੇ ਇੱਕ ਜਿਹੜਾ ਸਪੈਸ਼ਲ ਕਮਰਾ ਸੀ ਉਹ ਕੁਦਰਤੀ ਰੱਖਣਾ ਸੀ ਉਹਨਾਂ ਨੇ ਇੱਕ ਤੋ ਦੇ ਵਿੱਚ ਉਹਨਾਂ ਦੇ ਜਿਹੜੇ ਸੇਵਾਦਾਰ ਸੀ ਇੱਕ ਦੋ ਬਾਕੀ ਸਿੰਘ ਹੋਰ ਪਾਸੇ ਸੀਗੇ ਤੇ ਇਹ ਜਦੋਂ ਕਟੇ ਹੋ ਕੇ ਮੋਰਚਾ ਚਲਾਇਆ ਤਾਂ ਕਹਿੰਦੇ ਵੀ ਮੋਰਚਾ ਜਿਹੜਾ ਇਹਦਾ ਇਹ ਧਰਮਜੋਤ ਮੋਰਚਾ ਆਪਾਂ ਇਹਦਾ ਨਾਮ ਰੱਖਣਾ ਤੇ ਸੰਤ ਕਹਿਣ ਲੱਗੇ ਵੀ ਧਰਮਜੋਤ ਮੋਰਚਾ ਤਾਂ ਨਹਿਰ ਤੇ ਕੱਲੀ ਦੇ ਨਾਲ ਤਾਂ ਕਿਵੇਂ ਰੱਖਿਆ ਜਾਊ ਨਹਿਰ ਦਾ ਨਾਮ ਸਬੰਧ ਫਿਰ ਧਰਮਜੋਤ ਮੋਰਚੇ ਨਾਲ ਤਾਂ ਬੰਡਣੀ ਕਿਉਂਕਿ ਉੱਥੇ ਸਿੱਖੋਂ ਉਧਰ ਵੀ ਹੈਗੇ Rajasthan Haryana ਚ ਚਾਹੇ ਕੋਈ ਹੋਵੇ ਸਿੱਖ ਹੋਵੇ ਹਿੰਦੂ ਹੋਵੇ ਤਾਂ ਪਾਣੀ ਤਾਂ ਕੁਝ ਵੀ ਹੋਵੇ ਸਾਰਿਆਂ ਨੂੰ ਲੋੜ ਹੈ ਤੇ ਇਸ ਕਰਕੇ ਧਰਮਯੋਧ ਮੋਰਚੇ ਲਈ ਫਿਰ ਇੱਕ ਤਾਂ ਭਾਈ ਮਰੀਕ ਸਿੰਘ ਭਾਈ ਥਾਰਾ ਸਿੰਘ ਤੇ ਇੱਕ ਅੰਮਰਸਰ ਸਾਹਿਬ ਨੂੰ ਪਵਿੱਤਰ ਕਰਾਰ ਦੇਣਾ ਅਨੰਦਪੁਰ ਦਾ ਮਤਾ ਪੰਜਾਬੀ ਬੋਲ ਦੇ ਰਾਕੇ ਇਹ ਸਾਰਾ ਜਿਹੜਾ ਅਨੰਦਪੁਰ ਦੇ ਮਤੇ ਦੀਆਂ ਮੱਦਾ ਸੀਗੀਆਂ ਇਹ ਸਾਰੀਆਂ ਨੂੰ ਲਿਖ ਕੇ ਇਹ ਫਿਰ ਧਰਮਯੋਧ ਮੋਰਚਾ ਦਾ ਨਾਂ ਇਹਨੂੰ ਦਿੱਤਾ ਗਿਆ ਔਰ ਇਹ ਜੋ ਚਰਾਇਆ ਤੇ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੋਇਆ ਜੋਸ਼ ਆਇਆ ਲੋਕਾਂ ਦੇ ਮਨ 'ਚ ਵੀ ਹੁਣ ਵੱਡੀ ਗੱਲ ਬਣ ਗਈ ਐ ਸਾਰਾ ਪੰਥ ਇਕੱਠਾ ਹੋ ਗਿਆ ਸੰਤ ਜਨੈਲ ਸਿੰਘ ਜੀ ਗੁਰੂ ਨਾਨਕ ਨਵਾਸ ਹੁੰਦੇ ਸੀ ਤੇ ਸਮੁੰਦਰੀ ਹਾਲ ਦੇ ਵਿੱਚ ਇਹ ਆਪਣੇ ਲੰਗੋਵਾਲ ਸਾਹਿਬ ਭਾਈ ਅਰਚੰਦ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਲੰਗੋਵਾਲ ਜੀ ਉਹ ਹੁੰਦੇ ਸੀ ਸਮੁੰਦਰੀ ਹਾਲ 'ਚ ਇਹ ਅਲੱਗ-ਅਲੱਗ ਇਹਨਾਂ ਦੀ ਜਿਹੜੇ ਰਹਿਣ ਦਾ ਜਗ੍ਹਾ ਸੀਗੀ ਤੇ ਜਦੋਂ ਸਟੇਜ ਲੱਗਦੀ ਸੀ ਇਹ ਸਾਰੇ ਇਕੱਠੇ ਹੋ ਕੇ ਉਦੋਂ ਲੀਡਰਸ਼ਿਪ ਤੇ ਡਿਕਟੇਟਰ ਜਿਹੜੇ ਸੀ ਮੋਰਚੇ ਦੇ ਇਹ ਲੰਗਵਾਰ ਸਾਹਿਬ ਨੂੰ ਬਣਾ ਲਿਆ ਤੇ ਸੰਤ ਜਿਹੜੇ ਨਾਲ ਲੱਗੇ ਉਹਨਾਂ ਦੇ ਤਾਂ ਇਹ ਸਟੇਜ ਤੇ ਜਦੋਂ ਜਾਂਦੇ ਸੀ ਤੇ ਸੰਤ ਭਾਸ਼ਣ ਜਦੋਂ ਕਰਦੇ ਸੀ ਤੇ ਲੋਕ ਸੁਣਦੇ ਸੀ ਤੇ ਨੌਜਵਾਨ ਤਾਂ ਪਹਿਲਾਂ ਹੀ ਸੰਤਾਂ ਦੇ ਮਗਰ ਬਹੁਤ ਜ਼ਿਆਦਾ ਸੀ ਤੇ ਜਦੋਂ ਸੰਤ ਲੈਕਚਰ ਕਰਨ ਤੇ ਜਕਾਰੇ ਲੋਕ ਛੱਡਣ ਤੇ ਸੰਤ ਕਹਿੰਦੇ ਭਾਈ ਹੁਣ ਫਰਜ਼ੀਆ ਲਿਸਟਾਂ ਨਹੀਂ ਬਣਾਉਣੀਆਂ ਹੁਣ ਜਿਹੜੇ ਮਰਜੀ ਵੜੇ ਆ ਉਹਨਾਂ ਦੀਆਂ ਲਿਸਟਾਂ ਫਰਜ਼ੀਆਂ ਨਹੀਂ ਬਣਾਉਣੀਆਂ ਮਰਜੀ ਵੜਿਆਂ ਦੀਆਂ ਲਿਸਟਾਂ ਉਹਨਾਂ ਦੀਆਂ ਬਣਾਉਣੀਆਂ ਜਿਹੜੇ ਮਰਜੀ ਵੜੇ ਹੋਣ ਤੇ ਸਿੰਘੋ ਐਵੇਂ ਫੋਕੇ ਨਾਰੇ ਨਾ ਲਾਇਓ ਜਿਹੜੀ ਗੱਲ ਇਥੋਂ ਤੁਹਾਨੂੰ ਹੁਕਮ ਹੋਇਆ ਪ੍ਰਧਾਨ ਸਾਹਿਬ ਦਾ ਉਹ ਗੱਲ ਆਪਾਂ ਨੂੰ ਕਰਨੀ ਪਊ ਸੋ ਮੋਰਚਾ ਜਿਹੜਾ ਗਰਮ ਹੋ ਗਿਆ ਮੋਰਚੇ ਦੇ ਵਿੱਚ ਬੰਦੇ ਜਾਣ ਲੱਗ ਪਏ ਇੱਕ ਐਕਸੀਡੈਂਟ ਵੀ ਉਦੋਂ ਰੇਲ ਦਾ ਹੋਇਆ ਸੀ ਤਰਨ ਤਾਰਨ ਕੋਲੇ ਉਹਦੇ ਸੰਖੀਰ ਵੀ ਹੋਏ ਸੀ ਕੁਝ ਸੋ ਉਹ ਜਦੋਂ ਮੋਰਚਾ ਚੱਲਿਆ ਤੇ ਸੰਤਾਂ ਦੀ ਜਿਹੜੀ ਸੁਪੀਰ ਸੁਣ ਸੁਣ ਕੇ ਉਹ ਉਥੋਂ ਦੇ ਅੰਮ੍ਰਿਤਸਰ ਦੇ ਤੇ ਹੋਰ ਬੰਦੇ ਐਨੇ ਦਿਲਚਸਪੀ ਦੇ ਨਾਲ ਸੰਤਾਂ ਨੂੰ ਮੰਨਣ ਲੱਗੇ ਸੰਤਾਂ ਵੱਲ ਆਕਰਸ਼ਿਤ ਹੋ ਗਏ ਕਿ ਉਹ ਸੰਤਾਂ ਕੋਲੇ ਜਾਣ ਲੱਗ ਪਏ ਜਿਦੋਂ ਸੰਤ ਗੁਰੂ ਨਾਨਕ ਨਵਾਸ ਹੁੰਦੇ ਸੀ ਭਾਸ਼ਣ ਤੋਂ ਮਗਰੋਂ ਜਾਂ ਪਹਿਲਾਂ ਤਾਂ ਲੋਕ ਤਾਂ ਲੜੀਵਾਰ ਸੰਤਾਂ ਨੂੰ ਦਰਸ਼ਨ ਕਰਨ ਵਾਸਤੇ ਜਾਂਦੇ ਸੀ ਤੇ ਮੈਂ ਆਪ ਇੱਕ ਦਿਨ ਗਿਆ ਤੇ ਲੰਗੋਵਾਲ ਸਾਹਿਬ ਜੀ ਪਰਦਾਨ ਸਾਹਿਬ ਬੈਠੇ ਸੀ ਤੇ ਉਹਨਾਂ ਦੇ ਨਾਲ ਇੱਕ ਨਿੰਗ ਸਿੰਘ ਨਾਂ ਦਾ ਤਾਂ ਮੈਨੂੰ ਪਤਾ ਨਹੀਂ ਉਹ ਉਹਨਾਂ ਦਾ ਸ਼ਾਇਦ ਉੱਥੇ ਬਾਡੀਗਾਰਡ ਹੁੰਦਾ ਸੀ ਜਾਂ ਨੇੜੇ ਸੀ ਨਿੰਗ ਸਿੰਘ টাইਪ ਦਾ ਬੰਦਾ ਸੀ ਤੇ ਉਹ ਦੋਵੇਂ ਬੈਠੇ ਸੀ ਤੇ ਮੈਂ ਇਹ ਸੋਚਿਆ ਵੀ ਇੰਨਾ ਸੰਘਾਰਿਸ਼ਾ ਹੈ ਤੇ ਇੱਥੇ ਬੰਦਾ ਕੋਈ ਨਹੀਂ ਤਾਂ ਇਹਦਰ ਲਗਾਤਾਰ ਤਾਂ ਤਾਲਾ ਲਗਾ ਸੀ ਜਿੱਦੋਂ ਪਰ ਸੰਤਾ ਨੇ ਕਿਹਾ ਭਾਈ ਇਹ ਜਿਹੜਾ ਹੁਣ ਫੈਸਲਾ ਹੈ ਨਾ ਇਹ ਹੁਣ ਭੇਲੀ ਬੁੱਕੜ 'ਚ ਨਹੀਂ ਪੜਨਣੀ ਸਮਝ ਗਿਆ ਨਾ ਗੱਲ ਪਹਿਲੀ ਬੁੱਕੜ ਚੋਂ ਦਾ ਮਤਲਬ ਹੀ ਕੋਈ ਤਾਂ ਸਮਝੋਤੇ ਨਹੀਂ ਕਰਨੇ ਕੌਮ ਦੇ ਸਾਹਮਣੇ ਸਮਝੋਤੇ ਹੋਣੇ ਆ ਤੇ ਗੱਲ ਪੂਰੀ ਮਣਾ ਕੇ ਗੱਲ ਬਣਨੀ ਤੇ ਇਹ ਜਿਹੜੇ ਲੋਕ ਸਿਆਸੀ ਹੈ ਇਹਨਾਂ ਨੂੰ ਤਾਂ ਪਤਾ ਹੈ ਇਹਨਾਂ ਨੇ ਤਾਂ ਇਹ ਮਰਨ ਬਰਾਉਣ ਨੂੰ ਜਿਆਦਾ ਨਹੀਂ ਚਾਹਦੇ ਇਹ ਤਾਂ ਰਾਜ ਭਾਗ ਦੀ ਜਿਆਦਾ ਇੱਛਕ ਹੁੰਦੇ ਆ ਇਹਨਾਂ ਨੂੰ ਕੌਮ ਨਾਲ ਜਾਂ ਕਿਸੇ ਮੱਝ ਨਾਲ ਕੋਈ ਜਿਆਦਾ ਲਗਾਓ ਨਹੀਂ ਹੁੰਦਾ ਸੋ ਇਹਨਾਂ ਨੇ ਸੋਚਿਆ ਵੀ ਇਹ ਤਾਂ ਲੋਕ ਹੀ ਇੱਥੇ ਰੌਣ ਲੱਗ ਪਏ ਤੇ ਕਿਤੇ ਇਹ ਨਾ ਹੋਵੇ ਇਹ ਇਹ ਤਾਂ ਉਲਟ ਕੰਮ ਕਰ ਲਿਆ ਸੋ ਸੰਤਾਂ ਨੇ ਜਦੋਂ ਸਪੀਚਾਂ ਕੀਤੀਆਂ ਤੇ ਇਹਨਾਂ ਨੂੰ ਉਹ ਚੰਗੀਆਂ ਨਹੀਂ ਲੱਗੀਆਂ ਤੇ ਕਹਿਣ ਲੱਗੇ ਜੀ ਤੁਸੀਂ ਥੋੜੇ ਆਂ ਠੰਡੀਆਂ ਸਪੀਚਾਂ ਆਏ ਲੋਕ ਲਾਉਣੇ ਆ ਕਰਨੇ ਵੋ ਕਰਨੇ ਆ ਸੰਤ ਕਹਿੰਦੇ ਭਾਈ ਮੈਂ ਕੋਈ ਸਪੀਚ ਦੀ ਮਾੜੀ ਗੱਲ ਨਹੀਂ ਕਰਦਾ ਤੱਥਾਂ ਦੇ ਆਧਾਰਤ ਕਰਦਾ ਜੇ ਕੋਈ ਸਾਨੂੰ ਮਾਰਨ ਦੀ ਧਮਕੀ ਦਿੰਦਾ ਤਾਂ ਮੈਂ ਉਹਨੂੰ ਕਹਿਣਾ ਵੀ ਨਹੀਂ ਤੁਸੀਂਾਨੂੰ ਮਾਰ ਨਹੀਂ ਸਕੇਗਾ ਜੇ ਮਾਰੇਗਾ ਤੇ ਰਿਜ਼ਲਟ ਇਹ ਹੋਊ ਮੈਨੂੰ ਗੋੜੀ ਨਹੀਂ ਚਲਾਉਂਦਾ ਮੈਂ ਉਹਨਾਂ ਨੂੰ ਵਾਰਨਿੰਗ ਦਿੰਦਾ ਕਿ ਸਾਡੇ ਨਾਲ ਜੇ ਤੁਸੀਂ ਐ ਕੀਤਾ ਤੇ ਅਸੀਂ ਐ ਕਰਦੇ ਹਾਂਗੇ ਸੋ ਇਹੋ ਜੀਆਂ ਗੱਲਾਂ ਕਰਕੇ ਚਲੋ ਜੀ ਉਥੋਂ ਕਲੈਸ਼ ਵਧ ਗਿਆ ਤੇ ਹੁਣ ਇੱਥੇ ਮੈਂ ਗੱਲ ਦੱਸਣੀ ਚਾਹੁੰਨਾ ਹੈ ਕਿ ਦਿੱਲੀ ਜਿਹੜੀ ਹੈ ਉਹ ਤਾਕਤ 'ਚ ਬੈਠੀ ਸੀ ਕਿ ਸੰਤਪਿੰਡਰਾਂ ਵਾਲਾ ਜਿਹੜਾ ਹੈ ਉਹ ਇਨਾ ਹਾਵੀ ਹੋ ਗਿਆ ਪੰਜਾਬ ਦੇ ਵਿੱਚ ਕਿ ਉਹ ਸਾਡੇ ਲਈ ਪੰਜਾਬ ਲਈ ਤਾਂ ਹੈ ਹੀ ਖਤਰਾ ਤੇ ਸਾਡੇ ਲਈ ਵੀ ਖਤਰਾ ਨਾ ਬਣੇ ਕਿਉਂਕਿ ਏਜੰਸੀਆਂ ਜਾਂ ਜਿਹੜੇ ਇਹ ਚੁਗਲਖੋਰ ਲੋਕ ਆ ਉਹਨਾਂ ਨੂੰ ਦੱਸਦੇ ਸੀ ਕਿ ਪਿੰਡਰਾਲੇ ਦੇ ਨਾਲ ਨੌਜਵਾਨੀ ਨਾਲ ਲੱਗੀ ਹੈ ਹੋ ਸਕਦਾ ਤੁਹਾਨੂੰ ਵੀ ਆ ਕੇ ਪਿੰਡਰਾਲਾ ਨਾ ਕੈਪਚਰ ਕਰ ਲਿਆ ਸੋ ਉਹ ਹੁਣ ਕੋਈ ਬਹਾਨਾ ਚਾਉਂਦੇ ਸੀ ਸੋ ਉਹਨਾਂ ਨੇ ਫਿਰ ਬਹਾਨਾ ਜਦੋਂ ਉਹਨਾਂ ਨੂੰ ਮਿਲਿਆ ਉਹਨਾਂ ਨੇ ਸਾਡੀ ਲੀਡਰਸ਼ਿਪ ਨੂੰ ਵੀ ਇਤਸ਼ਾਦ ਕਰਤਾ ਕਿ ਦੇਖੋ ਜੀ ਇਹ ਗਰਮਖੇ ਵਾਲੀ ਦੇ ਬੰਦੇ ਆਏ ਇਹ ਐ ਕਰਦੇ ਜੋ ਕਰਦੇ ਨੁਕਸਾਨ ਹੋਊਗਾ ਦੇਸ਼ ਦਾ ਉਹ ਹੋਊਗਾ ਉਹ ਹੋਊਗਾ ਸੋ ਇੱਥੇ ਮਿਸ ਅੰਡਰਸਟੈਂਡਿੰਗ ਪੈ ਗਈ ਸਾਡੇ ਕਾਲੀਆਂ ਨੂੰ ਜਦੋਂ ਕਿ ਨਹੀਂ ਪਹਿਣੀ ਚਾਹੀਦੀ ਸੀ ਸੰਤਾਂ ਦੇ ਭਾਸ਼ਣੇ ਹੁੰਦੇ ਸੀ ਉਹ ਅਕਾਲੀਓ ਮੈਂ ਕਾਲੀਆਂ ਦਾ ਪੁੱਤਰ ਹਾਂ ਪਰ ਆੜਾ ਕੱਢਦੇ ਹੋ ਕਾਲੀ ਨਹੀਂ ਜੇ ਮੈਂ ਕੋਈ ਵਜ਼ੀਰ ਬਣਾ ਜਾਂ ਕੋਈ ਪ੍ਰਧਾਨ ਬਣਾ ਮੁੱਖ ਮੰਤਰੀ ਬਣਾ ਤਾਂ ਤੁਹਾਡੀਆਂ ਜੁੱਤੀਆਂ ਮੇਰਾ ਸਿਰ ਇਥੋਂ ਤੱਕਰ ਵੀ ਸੰਤ ਸ਼ਬਦ ਬੋਲ ਦਿੰਦੇ ਸੀ ਜਦੋਂ ਕਿ ਮੇਰਾ ਖਿਆਲ ਆ ਵੀ ਇੰਨੇ ਸ਼ਬਦ ਕੋਈ ਆਪ ਦੇ ਲਈ ਬੋਲ ਨਹੀਂ ਸਕਦਾ ਤੇ ਮੇਰੀ ਜਵਾਨ ਵੀ ਮਹਿਸੂਸ ਕਰਦੀ ਵੀ ਕਿਉਂ ਬੋਲਾਂ ਸੋ ਉਹਨਾਂ ਦਾ ਮਤਲਬ ਸੀ ਕਿ ਮੈਂ ਤਾਂ ਕੌਮ ਲਈ ਤੇ ਗੁਰੂ ਨਾਨਕ ਮਿਸ਼ਨ ਲਈ ਮੈਂ ਕੰਮ ਕਰ ਰਿਹਾ ਹਾਂ ਤੁਸੀਂ ਪਿੰਡੇਖੇ ਚ ਜਾਓ ਪਰ ਉਹਨਾਂ ਨੂੰ ਇਹ ਗੱਲ ਜਚੀ ਨਹੀਂ ਹੁਣ ਦੇਖੋ ਕਿਸੇ ਪਿੰਡ ਵਿੱਚ ਪੁਲਿਸ ਉਦੋਂ ਆਉਗੀ ਜਦੋਂ ਪਿੰਡ ਦਾ ਬੰਦਾ ਕੋਈ ਡਾਇਰੀ ਦੇਊਗਾ ਕੋਈ ਐਫ ਆਈ ਆਰ ਰਿਪੋਰਟ ਦਰਜ ਕਰਾਊਗਾ ਐਵੇਂ ਪੁਲਿਸ ਨਹੀਂ ਆਉਂਦੀ ਕਿਸੇ ਵੀ ਦੇਸ਼ ਦੀ ਫੌਜ ਕਿਸੇ ਪ੍ਰਾਂਤ ਵਿੱਚ ਉਦੋਂ ਆਉਂ ਜਦੋਂ ਪ੍ਰਾਂਤ ਦੀ ਜਿਹੜੀ ਮੁੱਖ ਮੰਤਰੀ ਹੈ ਜਾਂ ਸਰਕਾਰ ਹੈ ਉਹ ਹਰੀ ਚੰਡੀ ਦੇਊਗੀ ਤੇ ਬਣਾਊਗੀ ਹੁਣ ਇੱਥੇ ਗੁੱਸਾ ਕਰਨ ਕਰਨਗੇ ਲੋਕ ਇਹ ਐਵੇਂ ਆ ਨਹੀਂ ਸਕਦੀ ਇਹ ਦੁਪਹਿਲਾ ਨਹੀਂ ਆਈ ਸੋ ਇੱਥੋਂ ਸੰਕੇਤ ਮਿਲਿਆ ਕਿ ਹੁਣ ਸਾਡੇ ਵਸ ਦੀ ਗੱਲ ਨਹੀਂ ਸਾਡੇ ਵਸੋਂ ਬਾਹਰ ਹੈ ਅਸੀਂ ਕੁਝ ਨਹੀਂ ਕਰ ਸਕਦੇ ਤੇ ਕੁਝ ਗੱਲਾਂ ਗੁਪਤ ਸੀ ਜਿਹੜੀਆਂ ਚਿੱਠੀਆਂ ਰਾਈਆਂ ਨਾਲ ਲਿਖ ਕੇ ਭੇਜੀਆਂ ਕਿ ਜੋ ਗੱਲਾਂ ਅਸੀਂ ਤੁਹਾਨੂੰ ਉੱਥੇ ਕਹੀਆਂ ਸੀ ਉਹੀ ਕਰੋ ਕਿਉਂਕਿ ਜਦੋਂ ਹੁਣ ਪੁਰਾਣੀ ਗੱਲ ਹੋ ਗਈ ਉਦੋਂ ਬੜੀਆਂ ਗੱਲਾਂ ਸਾਡੇ ਹੱਥ ਵਿੱਚ ਸੀਗੀਆਂ ਸੋ ਜਦੋਂ ਇਹ ਗੱਲ ਉਹਨਾਂ ਨੂੰ ਮਿਲੀ ਤਾਂ ਉਹਨਾਂ ਨੇ ਪਲਾਨ ਕਰ ਲਿਆ ਪਲਾਨ ਉਹ ਤੋਂ ਪਹਿਲਾਂ ਹੀ ਸਰਕਾਰ ਦਾ ਚਕਰੋਤੇ ਤੇ ਹੋਰ ਥਾਵਾਂ ਤੇ ਕੀਤਾ ਹੋਇਆ ਸੀ ਕਿ ਜੇ ਸੰਤ ਪਿੰਡਰਾਲਾ ਵਾਲੇ ਨੂੰ ਆਪਾਂ ਫੜਨਾ ਹੈ ਤਾਂ ਕਿਹੜਾ ਤਰੀਕਾ ਜਦੋਂ ਕਿ ਸੰਤ ਪਿੰਡਰਾਲਾ ਸਟੇਜਾਂ ਤੇ ਇਹ ਕਹਿ ਰਿਹਾ ਸੀ ਬਾਰ-ਬਾਰ ਕਿ ਜੇ ਕਿਸੇ ਨੇ ਮੈਨੂੰ ਅਰੈਸਟ ਕਰਨਾ ਹੈ ਤਾਂ ਮੈਨੂੰ ਦੱਸੋ ਮੈਂ ਉੱਥੇ ਆ ਜੰਨਾ ਤਾਂ ਫੇਰ ਤਾਂ ਕੋਈ ਜ਼ਰੂਰਤ ਨਹੀਂ ਸੀ ਮੇਰਾ ਖਿਆਲ ਇਹੋ ਜੀ ਗੱਲ ਕਰਨ ਦੀ ਤਾਂ ਪਰ ਜਦੋਂ ਸੰਤ ਗੁਰੂ ਨਾਨਕ ਨਵਾਸ ਚ ਬੈਠੇ ਸੀ ਉਦੋਂ ਤੋਂ ਲੈ ਕੇ ਬਾਹਰ ਨਹੀਂ ਗਏ ਤੋਂ ਉਹਨਾਂ ਨੇ ਕਿਹਾ ਵੀ ਕਿਸ ਤਰੀਕੇ ਨਾਲ ਸੰਤਾਂ ਨੂੰ ਕੈਪਚਰ ਕੀਤਾ ਜਾਵੇ ਜਾਂ ਫੜਿਆ ਜਾਵੇ ਉਹਨਾਂ ਨੇ ਫਿਰ ਇੱਕ پلان ਬਣਾ ਕੇ ਬਹੁਤ ਵੱਡੀ ਤਿਆਰੀ ਜਿਹੜੀ ਪਹਿਲਾਂ ਹੀ ਕਰ ਲਈ ਹੋਈ ਸੀ ਉਹ ਕਰ ਲਈ ਮੈਂ ਉਦੋਂ ਜਲੰਧਰ ਸ਼ਹਿਰ ਦੇ ਵਿੱਚ 61 ਇੰਜੀਨੀਅਰ ਰੈਜਮੈਂਟ ਦਾ ਸੂਬੇਦਾਰ ਮੇਜਰ ਸੀ ਜਦੋਂ ਇੱਕ ਐਕਸਰਸਾਈ ਚੱਲੀ ਐਕਸਰਸਾਈ ਜਿਹੜੀ ਹੁੰਦੀ ਸਕੀਮ ਚੱਲਦੀ ਤੁਹਾਨੂੰ ਪੰਜਾਬੀ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈ ਜਦੋਂ ਸਕੀਮ ਚੱਲਦੀ ਆਪਣੇ ਕਿਵੇਂ ਖੇਤਾਂ ਵਿੱਚ ਆ ਕੇ ਬੈਂਦੇ ਆ ਉਹ ਉਹਨੂੰ ਲੜਾਈ ਬਗੈਰ ਫੈਰ ਤੋਂ ਉਹਨੂੰ ਲੜਾਈ ਸਮਝਿਆ ਜਾਂਦਾ ਇੱਕ ਪਾਸੇ ਐਨੀਮੀ ਦਸ਼ਮ ਹੁੰਦਾ ਦੂਜੇ ਪਾਸੇ ਦੂਜੀ ਫੌਜ ਹੁੰਦੀ ਆ ਟਕਰਾ ਕਰਦੀ ਆ ਉਹ ਸਾਰੇ ਪੁਆਇੰਟ ਨੋਟ ਹੁੰਦੇ ਆ ਉਹ ਐਕਸਰਸਾਈ ਹੁੰਦੀ ਐ ਇਹਨਾਂ ਨੇ ਇੱਕ ਐਕਸਰਸਾਈ ਚਲਾਈ ਇਹ ਇਸ ਬਾਹਨੇ ਕਿ ਲੋਕਾਂ ਨੂੰ ਪਤਾ ਨਾ ਲੱਗੇ ਵੀ ਸਾਨੂੰ ਮਾਰਨ ਵਾਸਤੇ ਫੌਜ ਆ ਰਹੀ ਹੈ ਜਾਂ ਸਤਪਿੰਡਰਾਂ ਨੂੰ ਫੜਨ ਆ ਤੇ ਆ ਰਹੀ ਉਹਦੇ ਵਿੱਚ ਕਾਫੀ ਜ਼ਿਆਦਾ ਡਿਵੀਜ਼ਨ ਡਿਵੀਜ਼ਨ ਦੀ ਨਫਰੀ 12-15 ਹਜ਼ਾਰ ਹੁੰਦੀ ਹੈ ਇੱਕ ਡਿਵੀਜ਼ਨ ਦੀ ਔਰ ਲਗਾਤਾਰ ਇਹ ਕਈ ਡਿਵੀਜ਼ਨ ਫੌਜ ਰੇਲਾਂ ਤੇ ਲਿਆ ਕੇ ਤੇ ਹੋਰ ਗੱਡੀਆਂ ਤੇ ਲਿਆ ਕੇ ਇਹਨਾਂ ਨੇ ਤਾਰੀ ਪੰਜਾਬ ਵਿੱਚ ਉਹਦੀ ਜਿਹੜੀ ਵੰਟ ਹੈ ਡਿਸਟ੍ਰਿਬਿਊਸ਼ਨ ਹੈ ਔਰ ਡੇਰਾ ਬਾਬਾ ਨਾਨਕ ਤੋਂ ਲੈ ਕੇ ਪੂਰੇ ਪੱਟੀ ਜਿੱਨਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਉੱਥੇ ਲਾਈ ਗਈ ਸਿੱਧੀ ਔਰ ਹਰਮੰਦਰ ਸਾਹਿਬ ਦੇ ਵਿੱਚ ਜਿਹੜੀ ਦੂਜੀ ਫੌਜ ਸੀ ਕਾਫੀ ਤਦਾਦ ਵਿੱਚ ਇੱਕ ਕੋਰ ਕਮਾਂਡਰ ਗौरी शंकर ਸੀ ਲੈਫਟਨੈਂਟ ਜਨਰਲ ਉਹਦੇ ਔਰ ਉਹ ਨਾ ਕੇ ਤੇ ਕੋਈ ਯੂਨਿਟਾਂ ਉਹਨਾਂ ਨੇ ਉੱਥੇ ਪੱਕੀਆਂ ਲਾਈਆਂ ਕਿ ਤੁਸੀਂ ਇਹ ਕੰਮ ਕਰਨਾ ਸਾਰੀ ਬਰੀਫਿੰਗ ਕੀਤੀ ਗਈ ਲਾਉਣ ਤੋਂ ਮਗਰੋਂ ਜਦੋਂ ਸਾਰਾ ਇਹ ਪਲਾਨ ਕਰ ਲਿਆ ਉਹਨਾਂ ਨੇ ਤਾਂ ਬਾਅਦ ਵਿੱਚ ਉਹਨਾਂ ਨੇ ਹਮਲਾ ਕਰਤਾ ਹਮਲਾ ਕਰ ਕਰ ਦਿੱਤਾ ਕਾਫੀ ਜਿਹੜਾ ਪਹਿਲਾ ਹਮਲਾ ਕੀਤਾ ਤਿਆਰੀ ਇਹ ਸੀ ਪਹਿਲਾ ਪਲਾਣੇ ਸੀ ਕਿ ਉੱਥੇ ਜਾਵਾਂਗੇ ਕੋਈ ਐਡਾ ਹੁਣ ਤੇ ਕਰ ਹੋ ਜਾ ਨਹੀਂ ਆਇਆ ਬਹਾਦਰ ਕਿ ਇੰਨੀਆਂ ਇੰਨੀਆਂ ਰੈਫਲਾਈ ਨਹੀਂ ਫੌਜ ਨੂੰ ਦੇਖ ਕੇ ਤੇ ਜਾ ਕੇ ਕਹੇ ਜੀ ਮੈਂ ਤਾਂ ਤੁਹਾਡੇ ਨਾਲ ਲੜੂੰਗਾ ਉਹ ਤਾਂ ਵੇਖ ਕੇ ਦੋ ਚਾਰ ਫਾਇਰ ਜਦੋਂ ਹੋਏ ਤੇ ਉਹ ਆਜੂਗਾ ਕੋਈ ਅਸੀਂ ਗੱਲ ਨਹੀਂ ਕਿਉਂਕਿ ਇਹ ਪੱਖਿਆਂ ਦੇ ਥੱਲੇ ਬੈਠ ਕੇ ਪਲਾਨ ਕਰਦੇ ਐ ਤੇ ਕਰਦੇ ਉਹ ਐ ਜਿਹੜੇ ਲੜਾਈ ਦੇ ਦਰਮਿਆਨ ਵਿੱਚ ਰਫਨਾ ਸੱਟ ਕੇ ਮੈਂ ਤਾਂ ਫੌਜ ਚ ਰਿਆ ਜਿਹੜੇ ਮੈਦਾਨੇ ਜੰਗ ਵਿੱਚ ਰਫਨਾ ਸੱਟ ਕੇ ਪਿੱਛੇ ਭਜਦੇ ਆ ਜਰਨਲ ਕੌਲ ਵਰਗੇ ਜੋ ਚైనా ਨਾਲ ਲੜਾਈ ਲੱਗੀ ਸੀ ਫੋਰਡ ਵੀਚਨ ਦਾ ਕਮਾਂਡਰ ਸੀ ਜਰਨਲ ਕੌਲ ਉਹ ਮੈਂ ਪੁੱਛਣਾ ਚਾਹੁੰਦਾ ਸਰਕਾਰ ਤੋਂ ਭੱਜ ਕੇ ਫੌਜ ਤੇਜਪੁਰ ਕਿਉਂ ਆਈ ਸੀ ਇਹ ਮੈਂ ਗੱਲ ਵਿੱਚੋਂ ਤਾਂ ਕਰਦੀ ਕਿ ਤੁਹਾਡੀ ਫੌਜ 562 ਦੇ ਵਿੱਚ ਚైనా ਦੇ ਨਾਲ ਲੜਾਈ ਲੱਗੀ ਮੈਂ ਫੌਜ ਸੀ ਕਿ ਉਹ ਭੱਜ ਕੇ ਤੇਜਪੁਰ ਕਿਉਂ ਆ ਗਈ ਸੀ ਤੇ ਉਧਰ ਜਨਰਲ ਬਿਕਰਮ ਸਿੰਘ ਸੀ ਲਦਾਖ ਦੇ ਵਿੱਚ ਮੈਂ ਇਹ ਸਾਈਡ ਤੇ ਸੀ ਮੈਂ ਲੈ ਲਦਾਖ ਵਾਲਾ ਸੀ ਉਧਰ ਪਿੱਛੇ ਕਿਉਂ ਨਹੀਂ ਆਈ ਉਧਰ ਜਨਰਲ ਬਿਕਰਮ ਸਿੰਘ ਸੀ ਇਹਨਾਂ ਨੇ ਕੁਝ ਆਰਮੀ ਜਿਹੜੀ ਹੈ ਬਾਰਡਰ ਤੇ ਤੇ ਬਾਕੀ ਆਰਮੀ ਜਿਹੜੀ ਹੈ ਜਲੰਧਰ ਸ਼ਹਿਰ ਦੇ ਆਸ-ਪਾਸੇ ਤੇ ਕੁਝ ਯੂਨਿਟਾਂ ਜਿਹੜੀਆਂ ਪੱਕੇ ਤੌਰ ਤੇ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਪਹਿਲੀ ਸਟੇਜ ਤੇ ਰੱਖੀਆਂ ਸੀ ਵੀ ਚਲੋ ਛੋਟੇ ਜਿਹੇ ਤਰੀਕੇ ਨਾਲ ਕਰ ਲਾਂਗੇ ਉਹਦੇ ਵਿੱਚ ਮਰਦਾਸ ਯੂਨਿਟ ਗੜਵਾਲ ਤੇ ਟੈਨ ਗਾਰਡ ਇਹ ਤਿੰਨ ਬਟਾਲੀਆ ਨਾਲ ਉਹਦੇ ਵਿੱਚ ਉਹਨਾਂ ਨੇ ਉੱਥੇ ਰੱਖੀਆਂ ਸੀ ਤਾਂ ਉਹ ਜਦੋਂ ਹਮਲਾ ਹੋਇਆ ਤੇ ਉਧਰ ਜਿਹੜਾ ਪੂਰਾ ਪਲਾਨ ਸੀ ਪਹਿਲਾਂ ਉਹਨਾਂ ਨੇ ਅਨਾਉਂਸਮੈਂਟ ਕੀਤੀ ਕਿ ਜੀ ਤੁਸੀਂ ਆ ਜਾਓ ਤੁਹਾਨੂੰ ਅਸੀਂ ਬਹੁਤ ਆਫਰਾਂ ਕੀਤੀਆਂ ਤੁਹਾਨੂੰ ਸਭ ਕੁਝ ਦੇਵਾਂਗੇ ਅਸੀਂ ਬਾਹਰ ਭੇਜ ਦਿਆਂਗੇ ਤੁਹਾਨੂੰ ਰਾਜਪਾਕ ਦੇਵਾਂਗੇ ਕਾਫੀ ਕੁਝ ਤੇ ਸੰਤ ਕਹਿਣ ਲੱਗੇ ਵੀ ਰਾਜਪਾਕ ਦੀ ਇੱਛਾ ਤਾਂ ਮੇਰੀ ਹੈ ਨਹੀਂ ਜਿਹੜੀਆਂ ਗੱਲਾਂ ਅਸੀਂ ਕਹੀਆਂ ਤੁਹਾਨੂੰ ਤੁਸੀਂ ਉਹ ਮੰਨ ਲਓ ਆਪਣੀ ਕੋਈ ਲੜਾਈ ਨਹੀਂ ਕੋਈ ਕਲੇਸ਼ ਨਹੀਂ ਤੇ ਇਹ ਗੱਲਾਂ ਜਿਹੜੀਆਂ ਤੁਸੀਂ ਮੈਨੂੰ ਕਰਦੇ ਆ ਵਿਅਕਤੀਗਤ ਤੌਰ ਤੇ ਇਹ ਗੱਲਾਂ ਤੁਹਾਨੂੰ ਨਹੀਂ ਕਰਨੀਆਂ ਚਾਹੀਦੀਆਂ ਨਾ ਇਹ ਮੰਨਣੀਆਂ ਤੇ ਨਾ ਮਾਇਰਤੇ ਤੁਹਾਡੀ ਇਹਦੇ ਵਿੱਚ ਮੈਂ ਕੋਈ ਦਿਲਚਸਪੀ ਰੱਖਦਾ ਸੋ ਇਹ ਗੱਲਾਂ ਸੁਣ ਕੇ ਉਹਨਾਂ ਨੇ ਆਪਦੀ ਕਾਰਵਾਈ ਸ਼ੁਰੂ ਕਰਤੀ ਤੇ ਉਧਰ ਸਿੰਘਾਂ ਨੇ ਵੀ ਕਾਰਵਾਈ ਸ਼ੁਰੂ ਕਰਤੀ ਜਨਰਲ ਸ਼ਵੇਕ ਸਿੰਘ ਸੀ ਮਹਾਨ ਯੋਦਾ ਸਾਡੇ ਸਾਡੇ ਹਿੰਦੁਸਤਾਨ ਜਿਹੜੀ ਫੌਜ ਹੈ ਇਹ ਤਾਂ ਇਹ ਲੜਾਈ ਦੇ ਵਿੱਚ ਵੀ ਫੇਰ ਹੁੰਦੀ ਹੈ ਜਿਹੜੇ ਯੋਧੇ ਬੰਦੇ ਆ ਉਹਨਾਂ ਨੂੰ ਇਹ ਬਾਗੀ ਕਰਾਰ ਦੇ ਦਿੰਦੇ ਆ ਜਨਰਲ ਸ਼ਵੇਕ ਸਿੰਘ ਜਿਹਨੂੰ ਦੁਨੀਆਂ ساری ਆਰਮੀ ਮੰਦੀ ਹੈ ਉਹ ਉੱਥੇ ਸੀ ਉਹਦਾ ਵੀ ਪਲਾਨ ਸੀ ਉਧਰ ਮਹਾਨ ਸ਼ਖਸੀਅਤ ਰੋਹਾਨੀ ਤਾਕਤ ਦੇ ਮਾਲਕ ਸੰਤ ਜਨੈਰ ਸਿੰਘ ਪੰਡਰਾਵਾਲੇ ਉਧਰ ਉਹ ਫੌਜ ਜਿਹੜੇ ਸਿਰਲੱਥ ਯੋਧੇ ਜਿਨ੍ਹਾਂ ਨੂੰ ਕੋਈ ਤਨਖਾਹ ਦੀ ਲੋੜ ਨਹੀਂ ਸੀ ਕੋਈ ਪੈਨਸ਼ਨਾਂ ਦੀ ਲੋੜ ਨਹੀਂ ਸੀ ਸਿਰਫ ਚਾਤ ਕੀ ਸੀ ਕਿ ਅਸੀਂ ਪੰਥ ਦੀ ਖਾਤਰ ਆਪਣੀਆਂ ਜਾਨਾਂ ਵਾਰਦੀਏ ਹੁਣ ਉਸ ਫੌਜ ਦਾ ਮੁਕਾਬਲਾ ਤੇ ਉਹ ਲੋਕ ਕਰਨ ਜਿਨ੍ਹਾਂ ਨੂੰ ਕੋਈ ਰਤਬਿਆਂ ਦੀ ਕੋਈ ਹੋਰ ਕੋਈ ਉਦਿਆਂ ਦੀ ਕੋਈ ਗੱਲ ਹੈ ਉਹ ਉਹ ਕਦੇ ਕਾਮਯਾਬ ਨਹੀਂ ਹੋ ਸਕਦੇ ਸੀ ਸੋ ਜਦੋਂ ਇਹ ਗੋਲੀ ਚੱਲੀ ਸਾਰਾ ਕੁਝ ਹੋਇਆ ਇੱਕ ਐਕਸੀਡੈਂਟ ਹੋਈ ਫੋਰਸ ਦੀ ਗੱਲ ਨਹੀਂ ਚੱਲੀ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਕਾਫੀ ਨੁਕਸਾਨ ਹੋ ਗਿਆ ਜਿਹੜਾ ਪਹਿਲਾ ਪਲਾਨ ਸੀ ਉਹ ਜਮੇ ਰੱਦ ਹੋ ਗਿਆ ਇਹਨਾਂ ਨੇ ਉਸ ਤੋਂ ਬਾਅਦ ਵਿੱਚ ਫਿਰ ਹੋਰ ਦੁਬਾਰਾ ਹਮਲੇ ਯਾਨੀ ਕਿਤਾਬਾਂ ਮੁਤਾਬਕ ਜਾਂ ਮੇਰੀ ਜਿਹੜੀ ਗੱਲ ਮੈਂ ਸੁਣੀ ਉਹ ਕਰਦੇ ਰਹੇ ਪਰ ਉਹਦੇ ਵਿੱਚ ਕੋਈ ਕਾਮਯਾਬੀ ਇਹਨਾਂ ਨੂੰ ਨਾ ਮਿਲੀ ਕਾਫੀ ਜ਼ਿਆਦਾ ਇਹ ਨਨ ਮੋਦੀ ਖਾਣੀ ਪਈ ਔਰ ਇਹਨਾਂ ਦਾ ਨੁਕਸਾਨ ਹੋਇਆ ਸੈਕੂ ਵਿੱਚੋਂ ਜਿਹੜੇ ਆਸੇ ਪਾਸੇ ਸੀਗੇ ਮੋਰਚਿਆਂ ਦੇ ਵਿੱਚ ਕਈ ਸ਼ਹੀਦ ਹੋਏ ਕਿਉਂਕਿ ਇਹਨਾਂ ਨੇ ਬਵਾਰਟਮੈਂਟ ਵੀ ਨਾਲ ਦੂਜਿਆਂ ਥਾਰਾਂ ਨਾਲ ਕੀਤੀ ਸੀ ਵੱਡੇ ਵੱਡੇ ਜਿਹੜੇ ਪਾਸੇ ਬੈਂਕਰ ਸੀ ਬਣਾਏ ਬੇਕਰ ਕੇ ਛੋਟੇ ਉੱਤੇ ਬੋਰੇ ਰੱਖੇ ਸੀ ਆਪਣੇ ਦੇ ਭਰ ਕੇ ਰੇਤੇ ਦੇ ਹੋਰ ਬੇਕਰ ਕਿਹੜੇ ਸੀ ਉਹ ਵੀ ਉਦੋਂ ਜਦੋਂ ਪਤਾ ਲੱਗਾ ਵੀ ਇਹਨਾਂ ਨੇ ਹਮੜਾ ਕਾਰ ਹੀ ਦੇਣਾ ਹੈ ਉਦੋਂ ਫਿਰ ਉਹਨਾਂ ਨੇ ਉਹ ਮਿੱਟੀ ਦੇ ਭਰ ਕੇ ਜਿਹੜੇ ਬੋਰੇ ਸੀ ਉਹ ਭਰ-ਭਰ ਕੇ ਉਹਨਾਂ ਨੇ ਉਹ ਮੋਰਚੇ ਬਣਾਏ ਉਹ ਜਿਹੜੇ ਬਾਅਦ ਵਿੱਚ ਵੀ ਦੇਖੇ ਗਏ ਸੋ ਜਦੋਂ ਇਹ ਗੱਲ ਕਾਮਯਾਬ ਨਾ ਹੋਈ ਤੇ ਕਾਫੀ ਜ਼ਿਆਦਾ ਇਹ ਚਿੰਤਾਤ ਵੀ ਹੋਏ ਤੇ ਇਹਨਾਂ ਦੀਆਂ ਮੀਟਿੰਗਾਂ ਵੀ ਹੋਈਆਂ ਤੇ ਉਦੋਂ ਜਿਹੜੀ ਦਿੱਲੀ ਸਰਕਾਰ ਹੈ ਉਹ बार-बार ਪੁੱਛਦੀ ਸੀ ਪੇਸ਼ਾਂਤ ਬੰਨਰਾ ਨੇ ਰੈਸਟ ਨਹੀਂ ਕੀਤਾ ਤੁਸੀਂ ਕੀ ਗੱਲ ਹੈ ਕਿੱਥੇ ਗੱਲ ਖੜੀ ਹੈ ਤੇ ਇਧਰੋਂ ਜਾਂਦੀ ਸੀ ਨਹੀਂ ਜੀ ਇਹਨਾਂ ਨੂੰ ਦੱਸਣਾ ਪੈਂਦਾ ਸੀ ਵੀ ਰੈਸਟ ਨਹੀਂ ਕੀਤਾ ਤੇ ਇਨੀ ਕੈਜ਼ੁਐਲਟੀ ਹੋ ਗਈ ਉਹਨਾਂ ਤਰਾ ਗਾਂਦੀ ਕੁਚੂਸ਼ ਹੋਈ ਬੈਠੀ ਵੀ ਤੁਸੀਂ ਬੰਦੇ ਤਾਂ ਹੋਏ ਇਹ ਮਰੀ ਜਾਂਦੇ ਆ ਤੇ ਉਹ ਉਹਨੂੰ ਕੋਈ ਗੱਲ ਨਹੀਂ ਰਹਿਤੀ ਤੇ ਇਹ ਕਿਵੇਂ ਹੋ ਰਿਆ ਗੱਲ ਫਿਰ ਇਹਨਾਂ ਨੇ ਪਲਾਨ ਕੀਤਾ ਵੀ ਕਿਵੇਂ ਕੀਤਾ ਜਾਏ ਫਿਰ ਇਹਨਾਂ ਨੇ ਹੋਰ ਕੋਈ ਫੋਰਸ ਦਾ ਦੁਬਾਰਾ ਕੀਤਾ ਤੇ ਕਾਮਯਾਬ ਹੋ ਯਾਨੀ ਕਿ ਨੇਵੀ ਇਹਨਾਂ ਨੇ ਅਟੈਕ ਕਰ ਮਰੇ ਕੀਤੇ ਕਾਮਯਾਬ ਨਹੀਂ ਹੋਏ ਫਿਰ ਉਥੇ ਇਹਨਾਂ ਦੀ ਇੱਕ ਮੀਟਿੰਗ ਇਹ ਵੀ ਹੋਈ ਕਿ ਆਪਾਂ ਇੱਥੇ ਲੜਾਈ ਨਾ ਲੜੀਏ ਉਹ ਦੋ ਹਿੱਸੇ ਚ ਇਹ ਜਣੀ ਮੈਂ ਗੱਲ ਸੁਣੀ ਹੈ ਇਹਨਾਂ ਦੇ ਜਿਹੜੇ ਉਹ ਗਰੁੱਪ ਸੀ ਜਾਨੀ ਅਫਸਰ ਉਹ ਵੱਡੇ ਗਏ ਵੀ ਆਪਾਂ ਨੂੰ ਇਹ ਜਿਹੜੀ ਲੜਾਈ ਨਹੀਂ ਲੜਨੀ ਚਾਹੀਦੀ ਨਾਲ ਇੱਥੇ ਕਿਉਂਕਿ ਲੋਕਾਂ ਨੇ ਜਦੋਂ ਪਾਕਿਸਤਾਨ ਨਾਲ ਲੜਾਂਗੇ ਆਪਾਂ ਤੇ ਪੰਜਾਬੀਆਂ ਨੇ ਮਦਦ ਨਹੀਂ ਕਰਨੀ ਆਪਣੀ ਸੇਵਾ ਜਿਵੇਂ ਕਰਦੇ ਲੰਗਰ ਦੀ ਸਾਰੀ ਇਹ ਕਰਨੀ ਨਹੀਂ ਇਹ ਆਪਣੇ ਆਸਤੇ ਘਾਹ ਤੱਕ ਹੈ ਗੱਲ ਪਰ ਕੁਝ ਬੰਦੇ ਕਹਿੰਦੇ ਵੀ ਨਹੀਂ ਹੁਣ ਇਸ 스테ਜ ਤੇ ਇਹ ਛੱਡੀ ਨਹੀਂ ਜਾ ਸਕਦੀ ਚਲੋ ਇਹ ਉਹਨਾਂ ਨੇ ਫੈਸਲਾ ਕਰ ਲਿਆ ਨਹੀਂ ਹੁਣ ਇਹਨੂੰ ਆਪਾਂ ਇਹ ਸਿਰੇ ਚਾੜਨਾ ਹੈ ਤੇ ਇਹ ਲੜਨਾ ਹੈ ਫਿਰ ਉਹਨਾਂ ਨੇ ਉੱਥੇ ਭੇਜਿਆ ਵੀ ਇੱਥੇ ਸਾਨੂੰ ਕੋਈ ਸਪੈਸ਼ਲ ਫੋਰਸ ਭੇਜੋ ਫਿਰ ਅਕਨਰੀ ਸਪੈਸ਼ਲ ਕਮਾਂਡੋ ਆਇਆ ਜਿਹੜੀ ਬਹੁਤ ਜ਼ਿਆਦਾ ਯਾਨੀ ਮੰਨੀ ਪਰਵਾਨੀਆਂ ਵੀ ਪਤਾ ਨਹੀਂ ਜਿੱਥੇ ਜਾਵੇ ਤੂਫਾਨ ਲਿਆ ਦਿੰਦੀ ਹੈ ਤਾਂ ਉਹ ਵੀ ਆਈ ਤੇ ਉਹਨਾਂ ਦਾ ਜਿਹੜਾ ਕੋਈ ਕਮਾਂਡਰ ਨਾਲ ਆਇਆ ਤਾਂ ਉਹਨੇ ਇੱਥੋਂ ਦੇ ਜਰਨਲਾਂ ਨਾਲ ਗੱਲ ਕੀਤੀ ਵੀ ਫਿਕਰ ਨਾ ਕਰੋ ਤੇ ਮੈਂ ਥੋੜੇ ਸਮੇਂ ਦੇ ਵਿੱਚ ਇਹਦਾ ਤੁਹਾਨੂੰ ਚੰਗਾ ਰਿਜ਼ਲਟ ਦੇਵਾਂਗਾ ਉਹ ਭਾਈ ਉਹ ਕਹਿੰਦੇ ਵੀ ਠੀਕ ਆ ਤੂੰ ਵੀ ਟਰਾਈ ਕਰਨਾ ਨਾਲ ਉਹਨਾਂ ਨੇ ਆਪਦੀ ਫੋਰਸ ਵੀ ਲਾਈ ਤਾਂ ਉਹ ਜਦੋਂ ਕਮਾਂਡੋ ਗਈ ਉੱਥੇ ਤਾਂ ਉਹ ਮੇਰਾ ਖਿਆਲ ਵੀ ਥੋੜੇ ਬੰਦੇ ਬਚ ਕੇ ਉਹ ਜਿਹੜੇ ਵਾਪਸ ਆਏ ਤਾਂ ਜਿਹੜੇ ਇਹ ਕੋਈ ਜ਼ਖਮੀ ਹੋ ਗਏ ਕੋਈ ਉਥੇ ਮਾਰ ਮੂਰਤੇ ਤਾਂ ਕਾਫੀ ਉਹ ਜਿਹੜਾ ਬੰਦਾ ਸੀ ਉਹ ਆ ਗਿਆ ਕਮਾਂਡਰ ਪਿੱਛੇ ਸੀ ਉਹਨੇ ਜਾਣਾ ਥੋੜੀ ਇਸ ਨਾਲ ਤਾਂ ਉਹ ਕਹਿੰਦੇ ਵੀ ਇਹ ਉਹ ਵੀ ਬੜਾ ਹਰਾਮ ਉਹ ਕਹਿੰਦੇ ਵੀ ਗੱਲ ਬਣੀ ਨਹੀਂ ਫਿਰ ਉਹਨਾਂ ਨੇ ਦਿੱਲੀ ਨੂੰ ਕਿਹਾ ਵੀ ਇਹ ਹੁਣ ਛੋਟੇ ਥਿਆਰਾਂ ਦੀ ਗੱਲ ਨਹੀਂ ਫਿਰ ਉਹਨਾਂ ਨੇ ਮਨਜ਼ੂਰੀ ਲਈ ਆਰਸੀਐਲ ਲਗਣਾ ਜੀ ਆਰਸੀਐਲ ਲਗਨ ਜਿਹੜੀ ਹੈ ਉਹ ਟੈਂਕ ਨੂੰ ਤੋੜ ਦਿੰਦੀ ਹੈ ਜੀਬ ਤੇ ਲੱਦੀ ਹੁੰਦੀ ਬਾਹਰ ਉਹ ਉਹ ਟੈਂਕ ਨੂੰ ਹੈ ਟੈਂਕ ਦੀ ਦੇਹਤ ਜਿਆਦਾ ਪਰ ਆਰਸੀਐਲ ਗੱਨਾ ਜਿਹੜੀ ਉਹ ਟੈਂਕ ਨੂੰ ਵੀ ਤੋੜਦੀ ਹੈ ਤੇ ਉਹ ਜੀਪਾਂ ਤੇ ਉਹ ਜਿਹੜੀਆਂ ਕਹਿੰਦੇ ਗੱਡੀਆਂ ਲਿਆਂਦੀਆਂ ਛੋਟੀਆਂ ਉਹ ਹੋਈ ਹੁੰਦੀਆਂ ਔਰ ਦੂਜੀ ਗੱਡੀ ਨੂੰ ਅੰਦਰ ਕਦੇ ਹੱਥ ਲੈ ਜਾਣਾ ਹੁੰਦਾ ਤੁਹਾਡੇ ਟੈਂਕ ਹੈ ਉਹ ਟੈਂਕ ਵੀ ਲਿਆਦੇ ਗਏ ਟੈਂਕ ਦੇ ਅੱਗੇ ਜਿਹੜੀਆਂ ਲਾਈਟਾਂ ਆ ਉਹ ਬੜੀਆਂ ਤੇਜ਼ ਲਾਈਟਾਂ ਹੁੰਦੀਆਂ ਉਹਨਾਂ ਦੇ ਲਾਈਟਾਂ ਜਗਾ ਕੇ ਬਗਰ ਆਪਦੀ ਫੋਰਸ ਨੂੰ ਇਹ ਜਿੱਕੇ ਫੇਰਾਨਾ ਦੀ ਟਰੈਂਕ ਦੇ ਗੋੜੇ ਉੱਥੇ ਦਾਗੇ ਤੇ ਤਬਾਈ ਠਾਦੀ ਇੰਨੇ ਗੋੜੇ ਛੱਡੇ ਕਿ ਉਹਦੀ ਜਿਹੜੀ ਛੱਡਣ ਦੀ ਗੱਲ ਮੈਂ ਤਾਂ ਕਹਿਣਾ ਕਿਉਂਕਿ ਮੈਂ ਤਾਂ ਉਸ ਟਾਈਮ ਤੇ ਨਹੀਂ ਸੀ ਪਰ ਮੈਂ ਰੀਸੈਂਟਲੀ 7 ਤਰੀਕ ਨੂੰ ਜੋ ਮੈਂ ਦੇਖਿਆ ਮੈਂ ਦੱਸੂੰਗਾ ਕਿ ਚੱਲ ਕੇ ਕਿ ਉਹ ਬਗਾਰ ਗੋਲੇ ਛੱਡਣ ਤੋਂ ਇੰਨੀ ਆਗੋ ਸਾਰੇ ਕੰਪਲੈਕਸ ਵਿੱਚ ਜਿਹੜੀ ਲੱਗੀ ਸੀ ਉਹ ਦੱਸਦੀ ਸੀ ਕਿ ਇਹਨਾਂ ਨੇ ਗੋਲਿਆਂ ਦਾ ਮੀਂਹ ਵਰਸਾਇਆ ਲਾਇਬ੍ਰੇਰੀ ਗੁਰੂ ਨਾਨਕ ਨਵਾਸ ਸਮੁੰਦਰੀ ਹਾਲ ਘਾਲ ਤੱਕ ਟੋਟਲ ਕੰਪਲੈਕਸ ਜਿਹੜਾ ਹੈ ਉਹ ਜਲ ਰਿਹਾ ਸੀ ਸੋ ਉਹ ਸਾਰਾ ਕੁਝ ਇਹਨਾਂ ਨੇ ਜਦੋਂ ਕੀਤਾ ਤੇ ਫਿਰ ਜਦੋਂ ਆਖਰੀ ਟਾਈਮ ਤੇ ਪਤਾ ਲੱਗਾ ਫਿਰ ਜਿਹੜੀ ਥੱਲੇ ਇਹ ਬਾਹਰ ਨਹੀਂ ਆਏ بار بار ਅਨਾਉਂਸਮੈਂਟ ਹੋ ਰਹੀ ਹੈ ਲੋਕਾਂ ਨੂੰ ਜਿਹੜੇ ਵਿਚਾਰੇ ਸ਼ਰਧਾਲੂ ਸੀ ਇੱਥੇ ਇੱਥੇ ਮੈਂ ਇਹ ਵੀ ਗੱਲ ਦੱਸਣੀ ਚਾਹਣਾ ਹੈ ਵੀ ਇਹ ਗਵਰਨਮੈਂਟ ਵਾਲਿਓ ਬੇਈਮਾਨੋ ਉਹ ਤੁਹਾਨੂੰ ਇਹ ਇਹ ਦਿਨ ਇਹ ਹੀ ਚੋੜਨਾ ਸੀ ਸੰਤ ਨੂੰ ਫੜਨ ਦਾ ਇਹ ਵੇਲਾ ਸੀ ਕਿ ਤੁਸੀਂ ਗੁਰੂ ਅਰਜਨ ਪਾਤਸ਼ਾਹ ਦਾ ਦਿਨ ਚੁਣਿਆ ਤੁਹਾਡੀ ਘਾੜੀ ਕਰਤੂਤ ਇਹ ਦੱਸਦੀ ਹੈ ਸਾਬਤ ਕਰਦੀ ਹੈ ਕਿ ਤੁਸੀਂ ਖੱਲੇ ਸੰਤ ਜਨੈਲ ਸਿੰਘ ਨੂੰ ਨਹੀਂ ਸੀ ਫੜਨਾ ਤੁਸੀਂ ਸਾਡੀ ਕੌਮ ਦੇ ਜਿਹੜੇ ਲੋਕ ਇਸ ਪਾਸੇ ਚੱਲ ਰਹੇ ਹੈ ਸ਼ਰਧਾਲੂ ਹੈ ਤੁਸੀਂ ਸਾਰਿਆਂ ਨੂੰ ਮਾਰਨ ਆਏ ਸੀ ਔਰ ਤੁਹਾਡਾ ਇਰਾਦਾ ਇਹ ਮਾੜਾ ਸੀ ਸੋ ਉਹ ਦਿਨ ਤੁਸੀਂ ਚੁਣ ਲਿਆ ਉਹ ਦਿਨ ਬਾਅਦ ਵਿੱਚ ਉਹਨਾਂ ਨੇ ਬਹੁਤ ਕੁਝ ਕੀਤਾ ਜਦੋਂ ਸਾਰਾ ਕੁਝ ਹੋਇਆ ਤੇ ਪਰ ਸੰਤਾਂ ਨੇ ਉੱਥੇ ਫੈਸਲਾ ਨਾਲ ਦੇ ਸਿੰਘ ਦੱਸਦੇ ਆ ਕੋਈ ਫੌਜੀ ਵੀ ਦੱਸਦੇ ਆ ਕਿ ਅਰਦਾਸ ਕੀਤੀ ਵੀ ਸੰਗ ਉਹਨਾਂ ਆਖਰੀ ਟਾਈਮ ਹੈ ਤੇ ਉਹ ਫਿਰ ਬਾਅਦ ਵਿੱਚ ਵੀ ਐ ਮਾਰਨ ਦੀ ਬਜਾਏ ਫਿਰ ਲਗਾਤਾਰ ਉਹਨੇ ਫਾਇਰ ਸ਼ੁਰੂ ਕਰਤੇ ਨੁਕਸਾਨ ਕੀਤਾ ਆਪਣਾ ਤੇ ਕੁਝ ਬੰਦੇ ਜਿਹੜੇ ਆ ਨੌਜਵਾਨ ਕਿਉਂਕਿ ਮੋਗੇ ਦੀ ਜਿੰਨੀ ਫੈਡਰੇਸ਼ਨ ਸੀ ਇੱਥੇ ਔਰ ਹੋਰ ਜਗ੍ਹਾ ਦੀਆਂ ਫੈਡਰੇਸ਼ਨਾਂ ਦੇ ਨੌਜਵਾਨ ਮੁੰਡੇ ਉਦੋਂ ਉੱਥੇ ਸੱਦੇ ਤੇ ਗਏ ਸੀ ਇਕੱਠੇ ਹੋਏ ਸੀ ਜਿਹੜਾ ਆਹ ਕਾਲ ਤਖਤ ਹੈ ਪੁਰਾਣਾ ਸੀਗਾ ਬਣਿਆ ਉਹ ਜਦੋਂ ਉੱਪਰੋਂ ਪੌੜੀਆਂ ਥੱਲੇ ਉਤਰ ਗਏ ਤਾਂ ਉਤਰਿਆਂ ਦੇ ਸੱਜੇ ਹੱਥ ਇੱਕ ਗੈਲਰੀ ਜੀ ਬਣਦੀ ਹੈ ਤੇ ਉਥੇ ਸੰਤ ਟੇਪਾ ਵਾਲੇ ਨੂੰ ਵੀ ਵਾ ਲੈ ਜਾਂਦੇ ਹੁੰਦੇ ਸੀ ਬੰਦਿਆਂ ਨੂੰ ਉਹ ਗੈਲਰੀ ਪੂਰੀ ਭਰੀ ਹੋਈ ਸੀ ਢੱਡ ਪਾਟੀਆਂ ਦੇ ਨਾਲ ਨੌਜਵਾਨਾਂ ਦੀ ਬਿਲਕੁਲ ਨੌਜਵਾਨ ਸ਼ਰਟਾਂ ਪਾਈਆਂ ਕਮੀਜ਼ ਪਜਾਮੇ ਚੜਦੀ ਉਮਰ ਉਹ ਉਹ ਆਹ ਲੱਗਦਾ ਦੱਸਦੀਆਂ ਗੱਲ ਕਿ ਜਿਵੇਂ ਨੌਜਵਾਨ ਉਥੋਂ ਐਨੇ ਜੋਸ਼ ਵਿੱਚ ਆ ਕੇ ਕਿ ਬਾਹਰ ਉਸ ਜਗ੍ਹਾ ਦੇ ਉੱਤੇ ਲੜ ਲਈ ਬਾਹਰ ਨੂੰ ਆ ਰਹੇ ਤੇ ਜਿਵੇਂ ਜਿਵੇਂ ਉਹ ਬਾਹਰ ਉੱਥੇ ਅੱਗੇ ਆਉਂਦੇ ਆ ਉੱਥੇ ਬਰਾਸ਼ਟ ਵਜਦੇ ਤੁਰੇ ਜਾਂਦੇ ਆ ਉਹ ਸ਼ੀਤ ਤੁਰੇ ਜਾਂਦੇ ਆ ਸੋ ਸਾਰਾ ਕੁਝ ਜਦੋਂ ਹੋ ਗਿਆ ਨਿਪਰੇ ਚੜ ਗਿਆ ਤੇ ਪੰਜ ਤੇ 6 ਦੀ ਰਾਤ ਨੂੰ ਇਹ ਹੱਲਾ ਹੋ ਗਿਆ ਵੀ ਸੰਤ ਪਿੰਡ ਵਾਲਾ ਜਿਹੜਾ ਉਹ ਉਹ ਉਹਨਾਂ ਨੇ ਜਿਹੜਾ ਹਲਾ ਕਰਨਾ ਸੀ ਮਾਰਿਆ ਸਿਕਮਰ ਤਖਸ਼ੀਦ ਹੀ ਹੈ ਔਰ ਉਹ ਕਹਿੰਦੇ ਸੀ ਸੰਤ ਪਿੰਡਾੜੇ ਨੂੰ ਮਾਰ ਲਿਆ ਮਾਰ ਲਿਆ ਮਾਰ ਲਿਆ ਉੱਥੇ ਕੁਝ ਲੋਕ ਜਿਹੜੇ ਸੰਤਾਂ ਨਾਲ ਪਹਿਲਾਂ ਵੀ ਮਿਲਦੇ ਸੀ ਤੇ ਉੱਥੇ ਸੰਤਾਂ ਨਾਲ ਮਿਲਦੇ ਸੀ ਜਿਹੜੇ ਸਰਦਾਰ ਸੀ ਉਹ ਭੱਜ ਕੇ ਅਕਾਲ ਤਖਤ ਵੱਲ ਨੂੰ ਆਏ ਇਹ ਗੱਲ ਮੈਨੂੰ ਟੈਨ ਗਾਰਡ ਦੇ ਨੌਜਵਾਨ ਨੇ ਦੱਸੀ ਸੀ ਜਿਹੜਾ ਉੱਥੇ ਲੜਿਆ ਉਹ ਭੱਜ ਕੇ ਜਦੋਂ ਆਏ ਤੇ ਜਿਹੜੀਆਂ ਫੌਜ ਦੀਆਂ ਲਾਸ਼ਾਂ ਸੀ ਪਈਆਂ ਉਹਨਾਂ ਦੇ ਉੱਤੋਂ ਦੀ ਜਦੋਂ ਭੱਜ ਕੇ ਆਏ ਤੇ ਦੇਖਿਆ ਤਾਂ ਉਹ ਸੰਤ ਸੀ ਦੋਏ ਪਈ ਸੀ ਤਾਂ ਉਹਨਾਂ ਦੇ ਦਰਸ਼ਨ ਮੁਤਾਬਕੇ ਗੱਲ ਮੈਂ ਮਗਰੋਂ ਦੱਸੂਗਾ ਕਲੀਅਰ ਕਰੂੰਗਾ ਉਹ ਮੁੰਡੇ ਦੇ ਦਰਸ਼ਨ ਮੁਤਾਬਕੇ ਸੀ ਕਿ ਉਹ ਸੰਤ ਨਹੀਂ ਸੀ ਉਹ ਕੋਈ ਹੋਰ ਬੰਦਾ ਸੀ ਸੰਤ ਨਹੀਂ ਸੀ ਉਹ ਉਹਦੇ ਆਪ ਦੇ ਮੰਨਦੀ ਹੈ ਗੱਲ ਸੀ ਵੀ ਸੰਤਾਂ ਵਰਗਾ ਸੀ ਜਾਂ ਕੋਈ ਸੀ ਉਹ ਇਹ ਨਹੀਂ ਗੱਲ ਕਰਕੇ ਉਹ ਆਪਦਾ ਚੁੱਪ ਕਰਕੇ ਉਹਦਾ ਉਦੋਂ ਬਾਅਦ ਵਿੱਚ ਉਹਦਾ ਆ ਗੁਰਾਸ਼ਟ ਵੱਜ ਕੇ ਉਹਦੇ ਵਿੱਚ ਗੋਡਾ ਵੀ ਉਹਦਾ ਵੱਢਿਆ ਗਿਆ ਕਿਉਂਕਿ ਗੋੜੀ ਮਗਰੋਂ ਚਲਦੀ ਨਹੀਂ ਫੇਰ ਵੀ ਤਾਂ ਇਹ ਸਾਰਾ ਕਿ ਜਦੋਂ ਸਾਰਾ ਕੁਝ ਹੋ ਗਿਆ ਤੇ ਇਹਨਾਂ ਨੇ ਬਾਅਦ ਵਿੱਚ 5 ਨੂੰ 6 ਨੂੰ ਵੀ ਡਿਕਲੇਅਰ ਨਹੀਂ ਕੀਤਾ 6 ਦੀ ਸ਼ਾਮ ਨੂੰ ਨਹੀਂ ਕੀਤਾ 7 ਤਰੀਕ ਨੂੰ 8 ਵਜੇ 7 ਤਰੀਕ 1947 ਜੂਨ ਨੂੰ 8 ਵਜੇ ਨਿਊਜ਼ ਆਈ ਸੀ ਬੀਬੀਸੀ ਲੰਡਨ ਦੀ 1984 1984 ਵਾਇਗਰੂ ਉਹ ਮੈਂ 1984 ਮੈਂ ਉਦੋਂ ਆਪ ਦੀ ਰੈਜੀਮੈਂਟ ਦੇ ਵੇ ਸੂਬੇਦਾਰ ਮੇਜਰ ਹੋਣ ਦੇ ਕਾਰਨ ਮੇਰਾ ਡੇਰਾ ਜਿਹੜਾ ਹੈ ਕੁਆਟਰ ਉਹ ਰੈਜੀਮੈਂਟ ਦੇ ਨਾਲ ਹੀ ਧਾਰ ਤੋਂ ਬਾਹਰ ਆਊਟਸਾਈਡ ਤੇ ਸੀਗਾ ਤੇ ਮੈਂ 8 ਵਜੇ ਦਫ਼ਤਰ ਵਿੱਚ ਆਉਣਾ ਸੀ ਇਹ ਸੀਕਰਟ ਇਹ ਨਾ ਸੀ ਕਿ ਮੇਜਰ ਤੋਂ ਥੱਲੇ ਰੈਂਕ ਦਾ ਕੋਈ ਪਤਾ ਹੀ ਨਹੀਂ ਸੀ ਪਈ ਕੀ ਹੋਣਾ ਐ ਇਨਾ ਗਵਤੇ ਨੂੰ ਰੱਖਿਆ ਗਿਆ ਤੇ ਜਦੋਂ ਉਹ ਖਬਰ ਆਈ ਤੇ ਹੈਡਿੰਗ ਵਿੱਚ ਕਵਰ ਆਈ ਤਾਂ ਮੈਂ ਬੜਾ ਚੱਕਰ ਨਾ ਹੋ ਗਿਆ ਮੈਂ ਕਿ ਖਬਰ ਕੀ ਆ ਗਈ ਮੈਂ ਦੁਬਾਰਾ ਵਰਦੀ ਪਹਿਨਦਾ ਪਹਿਨਦਾ ਵਿੱਚ ਛੱਡ ਕੇ ਤੇ ਮੈਂ ਸੁਣਿਆ ਤਾਂ ਉਹਦੇ ਚ ਆਇਆ ਕਿ ਸੰਤ ਪਿੰਡਰਾਵਾਲੇ ਦੀ ਦਾ ਸ਼ਵ ਮਿਲ ਗਿਆ ਇਹ ਉਹਦੀ ਇਹ ਖਬਰ ਸੀ ਉਹਦੀ ਤਾਂ ਮੈਂ ਜਲਦੀ ਫਿਰ ਤਿਆਰ ਹੋ ਕੇ ਆਵਦੀ ਰਜiment ਵਿੱਚ ਆਇਆ ਤੇ ਜਿਹੜੇ ਕਰਨਲ ਹੁੰਦਾ ਹੈ ਉਥੇ ਤਾਂ ਉਹਨੂੰ ਰਿਪੋਰਟ ਦੇਣੀ ਪੈਂਦੀ ਹੈ ਸਾਰੀ ਰਾਤ ਦੀ ਵੀ ਕੀ ਆਇਆ ਕੌਣ ਆਇਆ ਕਿੰਨੇ ਆਏ ਕਿੰਨੇ ਗਏ ਇੱਕ ਪ੍ਰੋਸੀਜਰ ਬਣਿਆ ਹੋਇਆ ਸੋ ਮੈਂ ਰਿਪੋਰਟ ਕਾਦੀ ਮੈਂ ਸੂਬੇਦਾਰ ਮੇਜਰ ਸੀ ਮੈਂ ਜਦੋਂ ਗਿਆ ਉਥੇ ਲੈਫਟ ਹੰਡਰ ਇਹ ਵੀ ਸ਼ਰਟੀ ਮੇਰਾ ਕਰਨਲ ਸੀ ਇਹ ਵੀ ਸ਼ਰਟੀ ਤਾਂ ਮੈਂ ਜਦੋਂ ਉਹਦੇ ਕੋਲ ਗਿਆ ਤਾਂ ਉਹ ਮੇਰੇ ਜਾਣ ਤੋਂ ਪਹਿਲਾਂ ਹੀ ਰੋ ਰਿਹਾ ਸੀ ਹੁਣ ਆਪਾਂ ਕਈ ਦਫਾ ਹਿੰਦੂ ਸ਼ਬਦ ਕਰਕੇ ਜਾਂ ਕੁਝ ਗੱਲ ਕਰਕੇ ਕਈ ਆਪਾਂ ਤੋਖਲੇ ਜਾ ਜਾਂਦੇ ਆਂ ਕੌਮਾਂ ਕਦੇ ਮਾੜੀਆਂ ਨਹੀਂ ਹੁੰਦੀਆਂ ਕੌਮ ਦੇ ਵਿੱਚ ਭੇਡਾਂ ਜਿਹੜੀਆਂ ਵਡੀਆਂ ਹੁੰਦੀਆਂ ਆਪਣੇ ਭੇਡਾਂ ਬਹੁਤ ਆ ਉਹ ਮਾੜੀਆਂ ਹੁੰਦੀਆਂ ਤੇ ਉਹ ਕੌਮ ਨੂੰ ਬਦਨਾਮ ਕਰ ਦਿੰਦੀਆਂ ਉਹ ਬੰਦਾ ਮੈਨੂੰ ਕਹਿਣ ਲੱਗਾ ਸਾਬ ਭਾਈ ਸਾਹਿਬ ਤਾਰੇ ਗਏ ਮੋੜੇ ਹੋਰ ਗੱਲ ਤਾਂ ਕੋਈ ਕੀਤੀ ਨਹੀਂ ਤਾਂ ਮੈਂ ਕਿਹਾ ਜੀ ਇਹ ਤਾਂ ਫਿਰ ਐ ਸੀ ਮੈਨੂੰ ਲੱਗਦਾ ਵੀ ਤੁਸੀਂ ਮੈਨੂੰ ਵੀ ਭਲੇਖੇ ਚ ਰੱਖ ਲਿਆ ਮੇਰੇ ਤੇ ਦੋ ਸੰਤਰੀਆ ਜਲਾਏ ਪਏ ਆ ਕਿਉਂਕਿ ਜਦੋਂ ਮੈਂ ਬਾਹਰ ਨਿਕਲਿਆ ਤਾਂ ਦੋ ਗਾਰਡ ਮੁੰਡੇ ਮੇਰੇ ਖੜੇ ਮੈਂ ਕਿਹਾ ਤੁਸੀਂ ਖੜੇ ਰਹੋ ਕਹਿੰਦੇ ਜੀ ਅਰਜੰਟ ਨੇ ਕਿਹਾ ਵੀ ਦੋ ਸਾਹ ਦੇ ਡੇਰੇ ਤੇ ਲੱਗ ਜੋ ਦੋ ਅਲੱਗ-ਅਲੱਗ ਸਾਰੀਆਂ ਪੈਰ ਕੰਚ ਲੱਗੋ ਤਾਂ ਕਿ ਉਹਨੂੰ ਕੋਈ ਭਲੇਖਾ ਨਾ ਪਵੇ ਤਾਂ ਮੈਂ ਚਲੋ ਉਹਨੂੰ ਮੈਂ ਨਾਰਮਲ ਸਮਝ ਕੇ ਮੈਂ ਗੱਲ ਉਹਦੇ ਨਾਲ ਕਰ ਲਈ ਤੇ ਮੈਂ ਇਹਨੀ ਗੱਲ ਕਰਕੇ ਮੈਂ ਆਪਦੇ ਦਫ਼ਤਰ ਚਲਾ ਗਿਆ ਉੱਥੇ ਕੁਝ ਬੰਦੇ ਸਿੰਘ ਜਿਹੜੇ ਸੀ ਹੋਰ ਵੀ ਉਹ ਮੇਰੇ ਕੋਲ ਆ ਕੇ ਕਹਿਣ ਲੱਗੇ ਸਾਹ ਆ ਕੇ ਪਾਣਾ ਵਰਤ ਗਿਆ ਭਾਈ ਸਾਹਿਬ ਕਿਉਂਕਿ ਯੂਨਿਟ ਦੇ ਬੰਦੇ ਸੰਤਾਂ ਨੂੰ ਮਿਲਦੇ ਸੀ ਜਾਂਦੇ ਸੀ ਮੇਰੇ ਨਾਲ ਮੈਂ ਕਿਹਾ ਭਾਈ ਹੁਣ ਤੁਸੀਂ ਉਹ ਕਰੋ ਤੁਸੀਂ ਇਕੱਠੇ ਨਾ ਹੋ ਤੁਸੀਂ ਜਾਓ ਤੁਸੀਂ ਆਪਦਾ ਕੰਮ ਕਰੋ ਜੋ ਕੁਛ ਹੋਣਾ ਸੀ ਉਹ ਹੁਣ ਵੇਖਾਂਗੇ ਵਰਤਾਂਗੇ ਕੀ ਕਰਨਾ ਤਾਂ ਮੈਂ ਦੁਬਾਰਾ ਉਸ ਦੇ ਕੋਲ ਚਲਾ ਗਿਆ ਕਰਨ ਕੋਲੇ ਮੈਂ ਕਿਹਾ ਕਰਨ ਸਾਹਿਬ ਮੈਂ ਉੱਥੇ ਜਾਣਾ ਚਾਹਣਾ ਸੀਹੋ ਸਾਹਿਬ ਅਸੀ ਕਹਿੰਨੇ ਹਣ ਸਾਹਿਬ ਮੈਂ ਤਾਂ ਕਹਿਣਾ ਕਿ ਜਿਹੜਾ ਸਾਹਿਬ ਹਨ ਸਾਹਿਬ ਕਹਿਣਾ ਹੀ ਪੈਂਦਾ ਉਹ ਮੈਨੂੰ ਕਹਿਣ ਲੱਗੇ ਹਰਚਨ ਸਿੰਘ ਸਾਹਿਬ ਤੁਸੀਂ ਉਥੇ ਕਿਵੇਂ ਜਾ ਸਕਦੇ ਹੋ ਉਥੇ ਲੱਖਾਂ ਬੰਦਾ ਉਥੇ ਆਇਆ ਉਥੇ ਗੜਬੜ ਹੋਊਗੀ ਮੈਂ ਕਿਵੇਂ 갈 ਸਕਦਾ ਮੇਰੇ ਉੱਪਰ ਕਿੰਨੇ ਅਫਸਰ ਬੈਠੇ ਆ ਤਾਂ ਮੈਂ ਮੁਸ਼ਕਲ ਹੈ ਉਹਨੇ ਮੇਰੇ ਸਾਹਮਣੇ ਹੀ ਲੈਫਟਨਰ ਲੈਫਟ ਹੰਡਰ ਜਨਰਲ ਗौरी शंकर ਜਿਹੜਾ ਕੋਰ ਕਮਾਂਡਰ ਸੀ ਗौरी शंकर ਲੈਫਟ ਹੰਡਰ ਜਨਰਲ ਉਹ ਕੋਰ ਕਮਾਂਡਰ ਸੀ ਉਹਨੇ ਕਰਨਲ ਨੂੰ ਟੈਲੀਫੋਨ ਕੀਤਾ ਕਿ ਸਾਹਿਬ ਮੇਰਾ ਸੂਬੇਦਾਰ ਮੇਜਰ ਜਿਹੜਾ ਹੈ ਉਹ ਸੰਤਾ ਦਾ ਭਾਈ ਹੈ ਤੇ ਉਹ ਉੱਥੇ ਜਾਣਾ ਚਾਹੁੰਦਾ ਕਿਉਂਕਿ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਹੈ ਤੇ ਉਹਨਾਂ ਦਾ ਭਾਈ ਹੈ ਉਹ ਕਹਿੰਦਾ ਮੈਨੂੰ ਉੱਥੇ ਭੇਜੋ ਤਾਂ ਉਹ ਇਹਨਾ ਗਰਮ ਹੋ ਗਿਆ ਉਹ ਕਹਿੰਦਾ ਬਲੇਡੀ ਹੇਲ ਤੂੰ ਮੈਂ ਕੋਲ ਖੜਾ ਹਾਂ ਕਿਉਂਕਿ ਟੈਲੀਫੋਨ ਜਦੋਂ ਨਜ਼ਦੀਕ ਹੋਈ ਹੈ ਬਾੜੀ ਗੱਲ ਸੁਣਦੀ ਹੈ ਕਿ ਤੂੰ ਇਹਨੂੰ ਇਹ ਕਿੱਥੋਂ ਕਹਿਤਾ ਹੈ ਉੱਥੇ ਜਾ ਕੇ ਗਦਰ ਹੋ ਜੂ ਗਦਰ ਤਾਂ ਪਹਿਲੇ ਨਹੀਂ ਸੰਭਾਲਿਆ ਜਾ ਰਿਹਾ ਤੇ ਜਦੋਂ ਨੇ ਗੱਲ ਕੀਤੀ ਮੈਂ ਕਿਹਾ ਜੀ ਸੀਓ ਸਾਹਿਬ ਤੁਸੀਂ ਆਪ ਜਾਓ ਇਹ ਟੈਲੀਫੋਨ ਵਾਲੀ ਗੱਲ ਨਹੀਂ ਮੇਰੇ ਲਈ ਕੋਈ ਰਾਹ ਹੋਰ ਹੈ ਨਹੀਂ ਗਦਰ ਜਿਹੜਾ ਕਰੂੰਗਾ ਉਹ ਮੇਰੇ ਰਹਿਣਾ ਹੋਊਗਾ जानना नहीं होऊंगा ਤੁਸੀਂ ਹਿਊਮਨ ਰਾਈਟਸ ਨੂੰ ਪੜ੍ਹੋ ਤੁਸੀਂ ਲੰਘਣਾ ਨਾ ਕਰੋ ਇਹ ਗੱਲ ਦੀ ਜਾ ਕੇ ਉਹਨੂੰ ਕਹੋ ਕਿ ਮੇਰਾ ਪਰਿਵਾਰਕ ਮੈਂਬਰ ਜਿਹੜੇ ਉੱਥੇ ਐ ਕੌਮ ਦੇ ਸ਼ਹੀਦ ਲੋਕ ਕਿੰਨੇ ਹੋਏ ਆ ਮੈਨੂੰ ਪਤਾ ਨਹੀਂ ਪਰ ਮੈਨੂੰ ਇਹ ਤਾਂ ਪਤਾ ਲੱਗ ਗਿਆ ਨਾ ਵੀ ਮੇਰਾ ਭਰਾ ਜਿਹੜਾ ਉੱਥੇ ਸ਼ਹੀਦ ਹੋ ਗਿਆ ਤੇ ਮੈਂ ਇਸ ਲਈ ਮੇਰਾ ਰਾਈਟ ਬਣਦਾ ਹੈ ਕਿ ਮੈਂ ਜਾਣਾ ਕੋ ਜਦੋਂ ਗਿਆ ਤੇ ਉਹ ਪਹਿਲਾਂ ਗੋਰੀ ਸ਼ੰਕਰ ਥੋੜਾ ਗਰਮ ਵੀ ਹੋਇਆ ਉਹ ਕਹਿੰਦਾ ਵੀ ਮੈਂ ਜਾਣਦਾ ਆਪਣੇ ਸੁਪਰਡਰ ਮੇਜਰ ਨੂੰ ਜੇ ਤੁਸੀਂ ਆਪਾਂ ਨਹੀਂ ਭੇਜਾਂਗੇ ਤਾਂ ਉਹ ਮੈਨੂੰ ਕਹਿੰਦਾ ਮੈਨੂੰ ਅਰੈਸਟ ਕਰ ਲਓ ਤੇ ਇੱਥੇ ਉਹ ਰੌਲਾ ਪਊ ਲੋਕ ਆਉਣਗੇ ਪਤਾ ਲੱਗ ਜੂ ਤੇ ਬਗਾਵਤ ਇੱਕ ਨੰਬਰ ਦੀ ਹੋਰ ਹੋਊ ਤੇ ਜੇ ਆਪਾਂ ਉਹਨੂੰ ਇੱਥੋਂ ਭੇਜ ਦਿਆਂਗੇ ਮੈਂ ਗਾਰਡ ਭੇਜੂਗਾ ਨਾਲ ਤੇ ਆਪਾਂ ਨੂੰ ਕੀ ਕਰਨਗੇ ਇਕੱਲੇ ਤੇ ਆਪਾਂ ਤਾਂ ਉਹਨੂੰ ਗੁਪਤ ਭੇਜਾਂਗੇ ਤੇ ਫੋਰਸ ਆਪਣੇ ਕੋਲੇ ਜਾਣਾ ਕੋਈ ਸਿਵਲ ਦੇ ਬੰਦੇ ਨਾਲ ਨਹੀਂ ਮਿਲਣਾ ਉਹ ਬੰਨ ਗਿਆ ਲਓ ਜੀ ਮੈਨੂੰ ਉੱਥੋਂ ਉਹਨਾਂ ਨੇ ਕਹਿਤਾ ਵੀ ਤੁਸੀਂ ਜਾ ਸਕਦੇ ਆ ਇੱਕ ਵਨ ਟਨ ਗੱਡੀ ਹੁੰਦੀ ਐ ਜੀਵ ਤੋਂ ਵੱਡੀ ਤੇ ਵੱਡੀ ਗੱਡੀ ਤੇ ਛੋਟੀ ਵਨ ਟਨ ਉਹ ਮੈਂ ਲੈ ਕੇ ਇੱਕ ਮੇਰਾ ਅਡਜੂਨਟ ਨਾਇਬ ਸੂਬੇਦਾਰ ਹਾਂ ਸਰਾਰਸੀ ਉਹਨੂੰ ਮੈਂ ਨਾਲ ਲੈ ਲਿਆ ਤੇ ਕੋਈ ਛੇਕ ਸਪਾਈ ਜਿਹੜੇ ਮੁੰਡੇ ਨੌਜਵਾਨ ਸੀਗੇ ਕੋ ਸਿੱਖ ਸੀ ਕੋ ਹਿੰਦੂ ਸੀ ਉਹ ਲੈ ਲੇ ਹਥਿਆਰ ਲੈ ਲੇ ਮੈਂ ਵੀ ਆਪ ਦੀ ਸਟੈਂਡ ਕਰ ਲੈ ਤੇ ਸਾਨੂੰ ਉਹਨਾਂ ਨੇ ਹੁਕਮ ਦਿੱਤਾ ਵੀ ਤੁਸੀਂ ਖਾਲਸਾ ਕਾਲਜ ਚਲੇ ਜਾਓ ਖਾਲਸਾ ਕਾਲਜ ਤਾਂ ਮੈਂ ਖਾਲਸਾ ਕਾਲਜ ਚਲਾ ਗਿਆ ਜਦੋਂ ਮੈਂ ਖਾਲਸਾ ਕਾਲਜ ਗਿਆ ਤਾਂ ਉੱਥੇ ਅੰਦਰ ਜਦੋਂ ਮੈਂ ਗਿਆ ਤਾਂ ਬੰਦਾ ਤਾਂ ਕੋਈ ਖਾਸ ਨਹੀਂ ਸੀ ਐਵੇਂ ਕੋਈ ਚੌਕੀਦਾਰ ਕੋਈ ਹੋਰ ਪਹਿਰੇਦਾਰ ਕੋਈ ਪਾੜੀ ਤਾਣੀ ਪਲਾਉਣ ਵਾਲਾ ਜਾਂ ਥੋੜੇ ਬੰਦੇ ਆਸੇ ਪਾਸੇ ਚੁੱਪਚਾਪ ਫਿਰਦੇ ਸੀ ਤੇ ਜਦੋਂ ਅੰਦਰ ਗਿਆ ਇੱਕ ਉੱਥੇ ਸੈਂਡ ਮਾਡਲ ਬਣਿਆ ਸੀ ਹੁਣ ਸੈਂਡ ਮਾਡਲ ਹੁੰਦਾ ਹੈ ਕਿ ਜਦੋਂ ਫੌਜ ਨੇ ਹਮਲਾ ਕਰਨਾ ਹੈ ਉਦੋਂ ਪਹਿਲਾਂ ਅਸੀਂ ਇੱਕ ਸੈਂਡ ਮਾਡਲ ਬਣਾਉਨੇ ਹੈ ਨਕਸ਼ਾ ਗਰਾਉਂਡ ਤੇ ਕਿ ਅਣਪੜ ਮੁੰਡਾ ਵੀ ਉਸ ਜਗ੍ਹਾ ਨੂੰ ਸਮਝ ਲੈਂਦਾ ਹੈ ਕਿ ਮੈਂ ਕਿਹੜੇ ਪਾਸੇ ਦੀ ਜਾਣਾ ਹੈ ਕਿੱਥੇ ਹਮਲਾ ਕਰਨਾ ਹੈ ਉੱਥੇ ਅਸੀਂ ਰਾਹ ਬਣਾਉਣੇ ਹੈ ਸੜਕਾਂ ਬਣਾਉਣੇ ਹੈ ਕੋਈ ਨਾਲਾ ਬਣਾਉਣੇ ਹੈ ਉੱਥੇ ਹਰ ਚੀਜ਼ ਨੂੰ ਅਸੀਂ ਸ਼ੋਅ ਕਰਦੇ ਆ ਉਹ ਮਾਡਲ ਤੇ ਔਰ ਇਤੇ ਦਾ ਬਣਾਇਆ ਹੁੰਦਾ ਹੈ ਮਿੱਟੀ ਦਾ ਤੇ ਉਹਨੂੰ ਉਸੇ ਤਰੀਕੇ ਦਾ ਪਹਾੜੀ ਪੂਰੀ ਜੋ ਵੀ ਹੈ ਖੂਬਣਾ ਉਹ ਸਾਰਾ ਕੁਝ ਬਣਾਇਆ ਹੁੰਦਾ ਉੱਥੇ ਬਰੀਫਿੰਗ ਹੁੰਦੀ ਹੈ ਤੇ ਉੱਥੇ ਜਿਹੜਾ ਟੇਬਲ ਸੀ ਵਿਚਾਰੇ ਲਗਾ ਉਹਦੇ ਤੇ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਪਵਿੱਤਰ ਉਹਦਾ ਮਾਡਲ ਉੱਥੇ ਰੱਖਿਆ ਹੋਇਆ ਸੀ ਮੈਂ ਕਿ ਚੈਨਲ ਨੂੰ ਉੱਥੇ ਇਹ ਕਹਿਤਾ ਕਿ ਗੋਲਡਨ ਟੈਂਪਲ ਦੀ ਮਾਡਲ ਸੀ ਮੇ ਤੋਂ ਗਲਤੀ ਹੋ ਗਈ ਉਹ ਮੈਂ ਗੋਲਡਨ ਟੈਂਪਲ ਆ ਤਾਂ 골ਡ ਤਾਂ 골ਡ ਤਾਂ ਖਾਲਸੇ ਗੁਰੂ ਮਹਾਰਾਜ ਇਹਨਾਂ ਲਾਇਕ ਨਹੀਂ ਕਰਦੇ ਸੋਨੇ ਨੂੰ ਉਹ ਤਾਂ ਮਹਾਰਾਜ ਦੀ ਕਿਰਪਾ ਹੋਗੀ ਤੇ ਲੋਕਾਂ ਨੇ ਕਹਿਤਾ ਉੱਤਤ ਸ਼ਕਤੀ ਸੋਨੇ ਤੋਂ ਨਾਵਾ ਸ਼ਕਤੀ ਉੱਤੇ ਹੋ ਰਹਾ। ਸੋ ਉਹ ਜਿਹੜਾ ਹਰਮੰਦਰ ਸਾਹਿਬ ਦਾ ਜਿਹੜਾ ਮਾਡਲ ਸੀ ਉੱਥੇ ਰੱਖਿਆ ਹੋਇਆ ਸੀ। ਮੈਂ ਮੱਥੇ ਤੇ ਹੱਥ ਮਾਰ ਕੇ ਮੈਂ ਸੋਚਿਆ ਕਿੰਨੀ ਘਾੜੀ ਕਰਤੂਤ ਹੈ। ਕਿੰਨਾ ਲੋਕਾਂ ਨੂੰ ਇਹ ਘਵਰਾ ਕੀਤਾ ਜਾ ਰਿਹਾ ਹੈ। ਕਿੰਨੀ ਵੱਡੀ ਬਰੀਫਿੰਗ ਹੋਈ ਹੈ ਇੱਥੇ ਤੇ ਇਹ ਤਾਂ ਸਾਰਾ ਪਲਾਨ ਕੀਤਾ ਹੋਇਆ। ਤਾਂ ਮੈਂ ਅਜੇ ਇਹ ਸੋਚਦਾ ਸੀ ਖੜਾ ਤੇ ਮੇਰੇ ਨਾਲ ਦੇ ਮੁੰਡੇ ਤੇ ਸੁਬੇਦਾਰ ਕਹਿੰ ਲਗਾ ਸਾਹਬ ਇੱਥੇ ਤਾਂ ਕੋਈ ਆਇਆ ਨਹੀਂ ਆਪਾਂ ਆ ਗਏ ਇਹਨੇ ਨੂੰ ਗौरी शंकर ਚਰਨਲ ਉੱਥੇ ਪਹੁੰਚ ਗਿਆ ਉਹ ਮੈਨੂੰ ਕਹਿਣ ਲਗਾ ਸਾਹਬ ਆਪ ਯਹਾਂ ਖੜੇ ਹੈਂ ਕੀ ਬਾਤ ਹੈਂ ਆਪ ਗਏ ਨਹੀਂ ਮੈਂ ਕਹਾਂ ਜੀ ਮੈਂ ਕਿੱਥੇ ਜਾਣਾ ਇੱਥੇ ਬੰਦਾ ਹੀ ਕੋਈ ਨਹੀਂ ਉਹਨੇ ਵੇਖ ਕੇ ਕਰਨਲ ਨੂੰ ਬੁਲਾਇਆ ਨਾਲ ਉਹਨੇ ਇਹ ਦੱਸਿਆ ਵੀ ਇਹ ਕੌਣ ਬੰਦਾ ਹੈ ਇਹ ਉਹਨੂੰ ਕਿਹਾ ਵੀ ਤੂੰ ਇਹਨੂੰ ਜੱਲਿਆਂ ਵਾਲੇ ਬਾਗ ਦੇ ਅੱਗੇ ਲੈ ਜਾ ਉੱਥੇ ਗੱਡੀ ਇਹਦੀ ਕਲੀ ਹਾਰ ਕੇ ਇਹਦੇ ਹਥਿਆਰ ਉੱਥੇ ਰਖਾ ਲਈਂ ਬਾਕੀ ਫੌਜ ਜਿਹੜੀ ਆ ਉਹ ਲੈ ਜੀ ਤੇ ਇਹਨੂੰ ਘੰਟਾ ਕਰਦੇ ਅੱਗੇ ਲੈ ਜਾ ਜੀ ਇਹ ਗੋਵੀ ਸ਼ੰਕਰ ਨੇ ਕਰਨਲ ਨੂੰ ਕਹਤਾ ਹੁਣ ਕਰਨਲ ਜਿ ਮੈਨੂੰ ਪਤਾ ਫੌਜ ਦੇ ਵਿੱਚ ਸੀਨੀਅਰ ਦਾ ਆਗੋ ਨਹੀਂ ਪੁੱਛਦੇ ਹੁੰਦੇ ਵੀ ਇਹ ਜੀ ਕੌਣ ਹੈ ਜੀ ਕੌਣ ਉਹਨੂੰ ਕੋਈ ਮਤਲਬ ਨਹੀਂ ਉਹ ਕਹਿੰਦਾ ਠੀਕ ਸਲੂਟ ਬਾ ਰਿਹਾ ਉਹਨੇ ਲੈ ਗਿਆ ਜੱਲਿਆਂ ਵਾਲੇ ਬਾਗ ਦੇ ਕੋਲੇ ਮੈਨੂੰ ਖਿੜਾਰ ਕੇ ਤੇ ਮੇਰੀ ਸਟੇਨ ਗੰਨ ਰਖਾਤੀ ਤੇ ਮੈਨੂੰ ਗਾਂ ਜਾ ਕੇ ਕਹਤਾ ਜੀ ਉਹ ਘੰਟਾ ਕਰ ਹੈ ਉਸੇ ਤੇਜੋ ਕੰਕ ਫੋਰਸ ਸੀ ਸੀ ਚਾਰ ਸਪਰੇ ਲੱਗੀ ਜਦੋਂ ਮੈਂ ਥੱਲੇ ਉਤਰਿਆ ਉੱਥੇ ਰੋੜੇ ਪੱਥਰ ਸਨਾਟਾ ਸ਼ਾਇਆ ਪਿਆ ਉੱਥੇ ਭਿਆਨ ਖਾਲਤ ਸੀ ਦੇਖਿਆ ਨਹੀਂ ਜਾ ਸਕਦਾ ਜਿਹੜਾ ਉੱਥੇ ਹਾਲਤ ਬਣੀ ਸੀ ਤੇ ਕੋਠਿਆਂ ਤੇ ਉਹ ਕੋਠੀਆਂ ਤੇ ਦੁਕਾਨਾਂ ਤੇ ਕੋਈ ਵਿਰਲਾ ਬੰਦਾ ਜਿਹੜਾ ਉੱਥੇ ਐ ਗੁਪਤ ਵੇਖ ਰਿਆ ਸੀ ਤੇ ਜਦੋਂ ਮੈਂ ਅੱਗੇ ਗਿਆ ਘੰਟਾ ਕਰਦੇ ਜਦੋਂ ਪੈਰ ਆਪਾ ਧੋੜੇ ਐ ਤੇ ਉੱਥੇ ਪਲੇਟਫਾਰਮ ਬਣਿਆ ਹੋਇਆ ਤੇ ਅਸੀਂ ਇਹਦੇ ਬਾਹਰ ਹੀ ਖੜੇ ਸੀ ਐ ਘੰਟਾ ਘਰ ਤੋਂ ਤਾਂ ਮੇਰੇ ਨਾਲ ਦੇ ਮੁੰਡੇ ਕਹਿੰਦੇ ਸਾਬ ਭਾਈ ਸਾਹਿਬ ਤਾਂ ਉਹ ਪਏ ਐ ਸ਼ਹੀਦ ਹੋਏ ਕਿਉਂਕਿ ਉਹਨਾਂ ਦੀ ਡੈਡ ਬਾਡੀਆਂ ਉੱਥੇ ਲਿਆਂਦੀਆਂ ਹੋਈਆਂ ਸੀ ਪਲੇਟਫਾਰਮ ਜੇ ਤੁਸੀਂ ਦਰਬਾਰ ਸਭ ਗਏ ਹੋਵੋਗੇ ਸਾਰੀ ਸਖਤ ਜਾਂਦੀ ਹੈ ਜਦੋਂ ਆਪਾਂ ਪੈਰ ਧੋ ਕੇ ਅੱਗੇ ਪ੍ਰਵੇਸ਼ ਕਰਦੇ ਹਾਂ ਉੱਚੇ ਥਾਂ ਤਾਂ ਉੱਥੇ ਸੱਜੇ ਹੱਥ ਸੰਤ ਮਹਾਪੁਰਸ਼ਾਂ ਦੀ ਜਿਹੜੀ ਡੈਡ ਬਾਡੀ ਸੀ ਵਿਚਾਲੇ ਭਾਈ ਮਰੀਕ ਸਿੰਘ ਦੀ ਤੇ ਖਵੇ ਜਲਨ ਸ਼ਵੇਕ ਸਿੰਘ ਦੀ ਇਹ ਤਿੰਨ ਡੈਡ ਬਾਡੀਆ ਉਹਨਾਂ ਨੇ ਲਿਆ ਕੇ 7 ਤਰੀਕ ਨੂੰ ਸਵੇਰ ਉੱਥੇ ਰੱਖੀਆਂ ਹੋਈਆਂ ਸੀ ਆਈਡੈਂਟੀਫਾਈ ਕਰਕੇ ਸਾਰਾ ਕੁਝ ਕਰਕੇ ਡਿਕਲੇਅਰ ਕਰਕੇ ਟੈਲੀਵਿਜ਼ਨ ਤੇ ਰੇਡੀਓ ਤੇ ਖਬਰ ਦੇ ਕੇ ਸਰਕਾਰ ਵੱਲੋਂ ਪਿਸੰਤ ਪਿੰਡਾਂ ਵਾਲੇ ਦਾ ਸ਼ਬਦ ਮਿਲ ਗਿਆ ਮੈਂ ਉਸ ਗੱਲ ਨੂੰ ਪੜ੍ਹ ਕੇ ਫੇਰ ਮੈਂ ਉੱਥੇ ਉਹਨਾਂ ਨੂੰ ਮਿਲਣ ਗਿਆ ਸੀ ਜਦੋਂ ਮੈਂ ਉੱਥੇ ਖੜਾ ਰਿਹਾ ਕਾਫੀ ਦੇਰ ਤਾਂ ਉਹ ਜਿਹਨੇ ਉਹ ਕਰੋਪਾਈ ਜਨਰਲ ਬਦਿਆ ਜਨਰਲ ਦਿਆਲ ਜਨਰਲ ਬਰਾੜ ਕਰਨਲ ਜਨਰਲ ਗੌਰਿ ਸ਼ੰਕਰ ਇਹ ਸਾਰੇ ਜੈਜਾ ਲੈਣ ਵਾਸਤੇ ਮੇਰੇ ਕੋਲ ਦੀ ਨੰਗੇ ਹੁਣ ਮੈਂ ਖੜਾ ਸੀ ਖਾਲੀ ਹੱਥ ਤੇ ਇਹ ਸਾਰੇ ਜਿਹੜੇ ਆ ਇਹ ਮੇਰੇ ਕੋਲ ਦੀ ਨੰਗੇ ਤੇ ਮੈਂ ਚੁੱਪ ਮੇਰੇ ਵਰਦੀ ਪਾਈ ਸੀ ਉਹਨਾਂ ਨੂੰ ਕੀ ਪਤਾ ਤਾਂ ਮੇਰੇ ਨਾਲ ਦੇ ਜਿਹੜੇ ਮੁੰਡੇ ਸੀ ਉਹ ਹਥਿਆਰ ਲੈ ਕੇ ਆਸੇ-ਪਾਸੇ ਉਹਨਾਂ ਨੇ ਖੜੇ ਕਰਤੇ ਉਹ ਖੜੇ ਰਹੇ ਉਹ ਥੋੜੀ देर ਬਾਅਦ ਉਹ ਅੰਦਰੋਂ ਵੇਖੂ ਕਿ ਆਪਸਰਾ ਨੇ ਜਿਆਦਾ ਟਾਈਮ ਕੀ ਖੜਨਾ ਹੁੰਦਾ ਉਸ ਨੂੰ ਗਾ ਰੋੜ ਪਟਾ ਕੇ ਪੈਂਦੇ ਸੀ ਉਹ ਵਾਪਸ ਆ ਗਏ ਤਾਂ ਮੈਂ ਜਦੋਂ ਖੜਾਈ ਤੇ ਇੱਕ ਮਦਰਾਸੀ ਮੇਜਰ ਕਹਿੰਦਾ ਸਾਹਿਬ ਆਪ ਕੀ ਬਾਤ ਹੈ ਆਪਣੇ ਆਪ ਖੜੇ ਮੈਂ ਕਿਹਾ ਮੈਂ ਅੰਦਰ ਜਾਣਾ ਹੈ ਜਾਈਏ ਕਹਿੰਦਾ ਆਪ ਜਾਈਏ ਅੰਦਰ ਤਾਂ ਮੈਂ ਜਦੋਂ ਅੰਦਰ ਗਿਆ ਥੋੜਾ ਅੱਗੇ ਹੋ ਕੇ ਤੇ ਮੈਂ ਸੱਜੇ ਹੱਥ ਮੁੜ ਕੇ ਤੇ ਜਦੋਂ ਸੰਤਾਂ ਦੇ ਕੋਲੇ ਆ ਕੇ ਮੈਂ ਉਹਨਾਂ ਦੇ ਕੋਲ ਜੋਂ ਬਹਿ ਗਿਆ ਮੈਂ ਫਤਿਹ ਬਲਾਈ ਇਹ ਆਜਾ ਦੀ ਗੱਲ ਹੈ ਇਹ ਮੈਨੂੰ ਬੜਾ ਔਖਾ ਹੈ ਮੈਂ ਕੰਟਰੋਲ ਬਹੁਤ ਕਰਦਾ ਹਰ ਥਾਂ ਤੇ ਕੰਟਰੋਲ ਕਰਦਾ ਤੇ ਕਈ ਦਫਾ ਮੈਂਥੇ ਬੋਲਿਆ ਨਹੀਂ ਜਾਂਦਾ ਤੇ ਰੋਣ ਨਿਕਲਦਾ ਤਾਂ ਸੰਤਾਂ ਦੇ ਕੋਲੇ ਬਹਿ ਕੇ ਮੈਂ ਫਤਿਹ ਬਲਾ ਕੇ ਉਹਨਾਂ ਦੀ ਜਿਹੜੀ ਆ ਅੱਖ ਹੈ ਸੱਜੀ ਇਹ ਥੋੜੀ ਦਬੀ ਸੀ ਤੇ ਜਿਹੜੀ ਉਹਨਾਂ ਦੀ ਦਾੜ੍ਹੀ ਸੀ ਉਹ ਆਏ ਹੋ ਕੇ ਲੋਕ ਦੇ ਨਾਲ ਕੁਝ ਹੋਰ ਵਿਜਮੁਜੀ ਜੋ ਹੈ ਉਹ ਐਸ ਤਰ੍ਹਾਂ ਦਾੜੀ ਹੋਈ ਸੀ ਤੇ ਜਿਹੜੇ ਵਾਲ ਆ ਉਹਨਾਂ ਦੇ ਹਾਲਾਂਕਿ ਉਹਨਾਂ ਦੇ ਸਿਰ ਦੇ ਵਿੱਚ ਜਿਹੜੇ ਵਾਲ ਹੈ ਉਹ ਹੈ ਨਹੀਂ ਸੀ ਜਿਆਦੇ ਕਿਉਂਕਿ ਜਦੋਂ ਉਹਦੋਂ ਖੇਤੀ ਕਰਦੇ ਸੀ ਭਗਤੀ ਕਰਦੇ ਸੀ ਵਿਚਾਲਾ ਜਿਹੜਾ ਉਹਨਾਂ ਦਾ ਸਿਰ ਦੇ ਵਿੱਚ ਵਾਲ ਕੱਟ ਸੀ ਤਾਂ ਉਹ ਜਿਹੜੇ ਦੂਜੇ ਵਾਲ ਆ ਉਹ ਐ ਪਿੱਛੇ ਨੂੰ ਸਿੱਟੇ ਹੋਏ ਸੀ ਐ ਲੱਗਦੇ ਸੀ ਵੀ ਜਿਵੇਂ ਵਾਲ ਹੈਗੇ ਕਈਆਂ ਨੂੰ ਭਲੇਖਾ ਵੀ ਪਿਆ ਬਿਉਨਾਇ ਤਾਂ ਵਾਲ ਸੀਗੇ ਦੂਜੀ ਗੱਲ ਜਿਹੜੀ ਤਫਸੀਲ ਹੈ ਡਿਟੇਲ ਹੈ ਕਿਉਂਕਿ ਜਦੋਂ ਮੈਨੂੰ ਇਹ ਰੇਡੀਓ ਤੇ ਖਬਰ ਮਿਲ ਗਈ ਵੀ ਸੰਤ ਜਰਨੈਲ ਸਿੰਘ ਜੀ ਦਾ ਸ਼ਾਹ ਮਿਲ ਗਿਆ ਤਾਂ ਮੈਨੂੰ ਕੋਈ ਐਡੀ ਮੇਰਾ ਦਿਮਾਗ ਨਹੀਂ ਗਿਆ ਉਸ ਪਾਸੇ ਨੂੰ ਵੀ ਮੈਂ ਨੂੰ ਕੋਈ ਡਿਟੇਲ ਨਾ ਤਫਸੀਲ ਚ ਕਰਾਂ ਕਿਉਂਕਿ ਭਰਾ ਹੈ ਮੈਂ ਤਾਂ ਅੱਖਾਂ ਤੋਂ ਸਰੀਰ ਤੋਂ ਵੇਖ ਕੇ ਹੀ ਉਹਨਾਂ ਦੇ ਜਿਹੜੇ ਆ ਬਾਵੇਂ ਇਹ ਸਾਡੇ ਨਾਲ ਮੇਰੀ ਹੀ ਤਨ ਭਰਾ ਦਾ ਲੰਬੇ ਕੱਦ ਦੇ ਸੀ ਤੇ ਸਾਡੀਆਂ ਬਾਹਾਂ ਗਿੱਟਿਆਂ ਤੋਂ ਇਹ ਥੋੜਾ ਮੋਟਾਪਨ ਬਰਾਬਰ ਸੀਗਾ ਸੋ ਉਹ ਮੈਂ ਦੇਖ ਕੇ ਸਾਰਾ ਮੇਰੇ ਮਨ ਵਿੱਚ ਕੋਈ ਸ਼ੱਕ ਹੀ ਨਹੀਂ ਕਿਉਂਕਿ ਮੇਰੇ ਨਾਲ ਦੇ ਮੁੰਡੇ ਬਾਹਰੋਂ ਖੜੇ ਕਹਿ ਰਹੇ ਆ ਕਿ ਸੰਤ ਸ਼ਹੀਦ ਹੋ ਗਿਆ ਤਾਂ ਇੱਕ ਮੇਰੇ ਮਨ ਜਿਵੇਂ ਇਹ ਸੀ ਵੀ ਉਹ ਸ਼ਹੀਦ ਹੋ ਗਏ ਤਾਂ ਮੈਂ ਕੋਈ ਇਹ ਨਹੀਂ ਸਮਝਿਆ ਨਾ ਹੀ ਉਦੋਂ ਮੇਰੀ ਹੌਸਲਾ ਪਿਆ ਕਿ ਮੈਂ ਉਹਨਾਂ ਨੂੰ ਐਂ ਦੇਖਾਂ ਵੀ ਕਿੱਧਰ ਦੀ ਕੀ ਹੋਇਆ ਉਦੋਂ ਤਾਂ ਮੈਂ ਤੁਹਾਨੂੰ ਦੱਸਿਆ ਮੈਂ ਤਾਂ ਬੋਲਿਆ ਬੰਦ ਹੋ ਜਾਂਦਾ ਬੋਲਣਾ ਤੇ ਉਹ ਇਹ ਮੈਂ ਜਦੋਂ ਵੇਖਿਆ ਤੇ ਵੇਖ ਹੀ ਰਿਹਾ ਸੀ ਤੇ ਉਹਦਾ ਮਦਰਾਸੀ ਮੇਜਰ ਹੈ ਉਹ ਮੈਨੂੰ ਕਹਿੰਦਾ ਸਭ کیا ਬਾਤ ਹੈ ਆਪ ਇੱਥੇ ਬੈਠ ਗਏ ਇਹ ਕੌਣ ਹੈ ਮੈਂ ਕਿਹਾ ਇਹ ਤੁਹਾਨੂੰ ਨਹੀਂ ਪਤਾ ਕੌਣ ਹੈ ਆਪ ਕੋ ਨੂੰ मालूम ਕੌਣ ਹੈ ਹਾਂ ਮੈਂ मालूम ਹੈ ਕਹਿੰਦਾ ਪਿੰਡਾ ਵਾਲਾ ਮੈਂ ਕਿਹਾ ਫਿਰ ਮੇਰਾ ਭਾਈ ਹੈ ਇਹ ਦਮਦਮਿਤਖਸਾਲ ਦੇ ਮੁਖੀ ਹੈ ਆਪਕੇ ਭਾਈ ਹੈ ਆਪਕੇ ਭਾਈ ਕੈਸੇ ਹੈ ਮੈਂ ਕਿਹਾ ਕਿਉਂ ਮੇਰੇ ਭਾਈ ਨਹੀਂ ਹੋ ਸਕਦੇ ਮੈਂ ਇੱਥੇ ਤੁਹਾਡੇ ਨਾਲ ਖੜਾ ਵਰਦੀ ਪਾਈ ਫਿਰਦਾ ਇਹ ਇੱਥੇ ਇਹ ਇਹ ਵੀ ਆਪਣੀ ਜਗ੍ਹਾ ਤੇ ਇਹ ਲੜਾਈ ਲੜ ਰਿਹਾ ਤਾਂ ਇਹ ਕਰਕੇ ਚਲੋ ਮੈਂ ਜ਼ਿਆਦਾ ਗੱਲਾਂ ਕੀ ਕਰਨੇ ਅਸੀਂ ਨਾ ਉਹ ਜੀ ਸੁਣਦਾ ਸੀ ਤਾਂ ਉੱਥੇ ਅਮਰੀਕ ਸੁਣਤਾ ਮੈਂ ਕਿਉਂਕਿ ਉਹਦਾ ਗੋਰਾ ਨਿਸ਼ੋ ਉਹ ਤਾਂ ਦੂਰੋਂ ਹੀ ਜਾਣੀ ਉਹਦੀ ਤਾਂ ਸਰੀਰ ਦੇ ਇੱਕ ਹੀ ਸਾਰਾ ਕੁਝ ਤੇ ਜਿਹੜਾ ਜਨਨ ਸ਼ਵੇਕ ਸਿੰਘ ਹੈ ਉਹਦੀ ਥੋੜੀ ਜੀ ਪਛਾਣ ਮੈਨੂੰ ਬਾਤ ਚ ਲੱਗੀ ਉਹ ਉਹ ਮੈਨੂੰ ਪਹਿਲਾਂ ਨਹੀਂ ਲੱਗਾ ਭਈ ਉਹ ਹੋਣਗੇ ਕਿਉਂਕਿ ਉਹਦੀ ਦਾੜੀ ਮੈਨੂੰ ਐ ਲੱਗਦੀ ਸੀ ਜਿਵੇਂ ਪੂਰੀ ਹਤਕਾ ਬੰਨਖੇ ਤੇ ਉਤਕਾ ਉਹਨਾਂ ਦੀ ਦਾੜ੍ਹੀ ਪਤਲੀ ਜਦੋਂ ਛੱਡੀ ਹੁੰਦੀ ਸੀ ਉਹ ਪਤਲੀ ਦਾੜ੍ਹੀ ਸੀ ਉਹਨਾਂ ਦੀ ਸੋ ਉਹ ਬਾਅਦ ਪਰ ਮੈਨੂੰ ਕਲੀਅਰ ਹੋ ਗਿਆ ਉੱਥੇ ਹੀ ਕਿ ਜਨ ਰਸ਼ਵੀਕ ਸਿੰਘ ਜਦੋਂ ਅਸੀਂ ਇਹ ਸਾਰਾ ਕੁਝ ਦੇਖ ਕੇ ਥੱਲੇ ਉਤਰੇ ਪੌੜੀਆਂ ਤੋਂ ਪ੍ਰਕਰਮੇ ਚ ਤਾਂ ਉੱਥੇ ਢੇਰ ਲੱਗਾ ਸੀ ਸਾਰੇ ਸਮਾਨ ਦਾ ਕੋਈ ਹਥਿਆਰ ਉਹਨਾਂ ਦੇ ਲਾਇਸੈਂਸ ਸੀ ਜਾਂ ਕੋਈ ਹੋਰ ਟਕੂਏ ਗੜਾ ਸੀ ਜੋ ਉੱਥੇ ਸੀਗਾ ਜੋ ਵੀ ਉਹਨਾਂ ਨੇ ਉੱਥੋਂ ਇਕੱਠਾ ਕੀਤਾ ਸੀ ਤੇ ਸਰੋਵਰ ਦੇ ਵਿੱਚ ਲਾਸ਼ਾਂ ਉਹ ਕੁਝ ਤਰ ਰਹੀਆਂ ਸੀ ਤੇ ਜਿਹੜੀਆਂ ਫੌਜੀਆਂ ਦੀ ਡੈਡ ਬਾਡੀਆਂ ਸੀ ਉਹ ਉਹਨਾਂ ਨੇ ਪਹਿਲਾਂ ਹੀ ਚੱਕ ਲਈਆਂ ਸੀ ਉਹ ਉੱਥੇ ਕੋਈ ਨਹੀਂ ਸੀ ਜਦੋਂ ਮੈਂ ਗਿਆ ਕਿਉਂਕਿ ਮੈਂ ਉੱਥੇ ਤਕਰੀਬਨ 3 3:30 ਵਜੇ ਪਹੁੰਚ ਗਿਆ ਸੀ ਤੇ ਜਦੋਂ ਮੈਂ ਪ੍ਰਕਰਮਿਆਂ ਨੂੰ ਐ ਕਿਹਾ ਵੀ ਪ੍ਰਕਰਮਿਆਂ ਹੋ ਕੇ ਚੱਲਦੇ ਆ ਖੱਬੇ ਹੱਥ ਦੀ ਬਾਬੇ ਬੁੱਢੇ ਦੀ ਸਾਫ ਦੀ ਬੇਰ ਦੇ ਕੋਲ ਦੀ ਜਦੋਂ ਮੈਂ ਖੱਬੇ ਨੂੰ ਮੁੜਿਆ ਤੇ ਜਿਹੜੀਆਂ ਕੋਠੜੀਆਂ ਸੀ ਪਹਿਲਾਂ ਉਹਦੇ ਜਿਹੜੇ ਦਰਵਾਜ਼ੇ ਹੁੰਦੇ ਸੀ ਫਿਰ ਉਹਨਾਂ ਦਰਵਾਜ਼ੇ ਲਾਤੇ ਸੀ ਜਦੋਂ ਗੜਬੜ ਹੋਈ ਸੀ ਤਾਂ ਉਹ ਸਾਰੀਆਂ ਹੀ ਸ਼ਰਧਾਲੂਆਂ ਦੀਆਂ ਭਰੀਆਂ ਹੋਈਆਂ ਸੀ ਡੱਡ ਬਾਟੀਆਂ ਦੀਆਂ ਉੱਤੇ ਐਚੀ 36 ਨੰਬਰ ਗਰਨੇਡ ਮਾਰ-ਮਾਰ ਕੇ ਉਹ ਟੋਟਲ ਫੋਲ ਸੀਨਾ ਦੇਖਿਆ ਕਿ ਉਹਨਾਂ ਦੇ ਕਿਸੇ ਦੇ ਮੂੰਹ ਦੇ ਕਲੀ ਜਾਂ ਉਹਨਾਂ ਨੂੰ ਕੋਈ ਉਹ ਪਤਾ ਨਹੀਂ ਪਹਿਲੀ ਤਰੀਕ ਨੂੰ ਜਾਂ ਦੋ ਨੂੰ ਜਾਂ ਤਿੰਨ ਨੂੰ ਪੰਜ ਤੋਂ ਲੈ ਕੇ ਛੇ ਤੱਕ ਉਹ ਮਾਰਦੇ ਰਹੇ ਕੋਈ ਬੰਦਾ ਉੱਥੇ ਜੀਵਤ ਨਹੀਂ ਸੀ ਲਾਜੋ ਦੇਖਿਆ ਫੇਰ ਮਾ ਗੁਰੂ ਰਾਮਦਾਸ ਰਾਜ ਚਲਾ ਗਿਆ ਉੱਥੇ ਕਣਕ ਬੜੀ ਇਕੱਠੀ ਕੀਤੀ ਸੀ ਲੋਕਾਂ ਦੀ ਉਦੋਂ ਤਾਂ ਉੱਥੇ ਇੱਕ ਬੰਦਾ ਐ ਆ ਬੈਠਾ ਸੀ ਥਮ ਜਿਹਦੇ ਨਾਲ ਤੇ ਮੈਂ ਕਿਹਾ ਵੀ ਆ ਬੰਦਾ ਬੈਠਾ ਹੈ ਤਾਂ ਤੇ ਉਹ ਸ਼ੀਰ ਹੋਇਆ ਸੀ ਉੱਥੇ ਵੀ ਖੂਨ ਵਗ ਰਿਆ ਸੀ ਤਾਂ ਫੇਰ ਉੱਥੋਂ ਦੀ ਚੱਲ ਕੇ ਮੈਂ ਬਾਬਾ ਦੀਪ ਸਿੰਘ ਜੀ ਅਸ਼ੀਰ ਮਹਾਪੁਰਸ਼ ਉਹਨਾਂ ਦੇ ਇਹ ਉਧਰ ਦੀ ਹੋ ਕੇ ਪਰਕਰਮੇ ਚ ਗਿਆ ਤਾਂ ਹਾਲਾਤ ਬਹੁਤ ਭਿਆਨਕ ਤੇ ਬਾੜੇ ਸੀ ਉੱਥੇ ਮੇਰੀ ਯੂਨਿਟ ਦੇ ਨਹੀਂ ਮੇਰੇ ਗਰੁੱਪ ਦੇ ਇੰਜੀਨੀਅਰ ਗਰੁੱਪ ਦੇ ਕੁਝ ਨੌਜਵਾਨ ਮਲਵਾ ਇਕੱਠਾ ਕਰ ਲਈ ਡੋਜਰਾਂ ਨੂੰ ਲੈ ਕੇ ਉੱਥੇ ਕਿਉਂਕਿ ਕਾਲ ਤੱਕ ਦਾ ਮਲਵਾ ਹੋ ਰੇ ਇਧਰ ਉਧਰ ਉਹਨੂੰ ਠੀਕ ਕਰਨ ਵਾਸਤੇ ਉਹਨੇ ਡਿਊਟੀ ਲੱਗੀ ਸੀ ਉਹ ਜਦੋਂ ਮੈਂ ਕਾਲ ਤੱਕਸਵਲ ਨੂੰ ਜਾ ਰਿਹਾ ਸੀ ਤਾਂ ਕੁਝ ਮੁੰਡੇ ਜਿ ਮੈਨੂੰ ਕਹਿੰਦੇ ਸਾਬ ਤੁਸੀਂ ਇਧਰ ਕੀ ਲੈਣ ਜਾਂਦੇ ਆ ਇਧਰ ਤਾਂ ਅਜੇ ਵੀ ਵਿੱਚੋਂ ਵਿੱਚੋਂ ਫੈਰ ਆਉਂਦਾ ਹੈ ਪਟਾਕੇ ਚੱਲਦੇ ਆ ਪਤਾ ਨਹੀਂ ਕੀ ਆ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿਉਂਕਿ ਉਹ ਉਹ ਉਹਨਾਂ ਜੋ ਉਹਨਾਂ ਜੋ ਇਹਨਾਂ ਨੂੰ ਕੀ ਪਤਾ ਵੀ ਮੈਂ ਕੌਣ ਆ ਸੁਬੇਦਾਰ ਮੇਜਰ ਆ ਬਸ ਉਹ ਸਾਫ਼ ਕਹੀ ਜਾਂਦੇ ਆ ਤਾਂ ਮੈਂ ਕਹਾ ਕੋਈ ਨਹੀਂ ਕਾਕਾ ਨੌਜਵਾਨੋ ਤੁਸੀਂ ਕੰਮ ਕਰੋ ਤੇ ਜਦੋਂ ਮੈਂ ਅੱਗੇ ਵਧਿਆ ਜਿਹੜੀ 베ਰੀ ਹੈ ਹਰਮੰਦਰ ਸਾਹਿਬ ਜਿੱਥੇ ਬਸੇ ਰੰਗੜ ਦਾ ਘੋੜਾ ਸਿਰ ਵਡਣ ਦੇ ਘੋੜੇ ਵਧੇ ਸੀ ਉਹ 베ਰੀ ਦੇ ਉੱਤੇ ਬੰਬ ਮਾਰ ਕੇ ਇਹ ਕਹਿੰਦੇ ਨਾ ਕੁਛ ਨਹੀਂ ਕੀਤਾ ਬੰਬ ਮਾਰ ਕੇ ਉਹਦਾ ਉਤਨਾ ਐਸਾ ਬਿਲਕੁਲ ਕੱਟ ਹੋਇਆ ਸੀ ਤੇ ਥੱਲੇ ਟੁੰਡ ਖੜਾ ਸੀ ਮੁੱਢ ਖੜਾ ਸੀ ਉਹ ਮੈਂ ਦੇਖਿਆ ਇਹ ਮਗਰੋਂ ਫੁੱਟੀ ਐ ਤੇ ਫੇਰ ਜਦੋਂ ਅਕਾਲਤ ਮੇਰੀ ਹੁਣ ਇੱਛਾ ਸੀ ਵੀ ਅਕਾਲ ਤਖਤ ਵੱਲ ਨੂੰ ਜਾਵਾਂ ਉੱਥੇ ਧੂੰਘਾਂ ਤੇ ਕਾਫੀ ਹੀਟ ਅਪ ਸੀ ਹੋ ਰਿਆ ਪਰ ਫੇਰ ਵੀ ਮੈਂ ਇਹ ਫੈਰਤਾ ਨਹੀਂ ਸੀ ਕਿ ਜਿਹੜਾ ਧੂਆ ਉਹ ਨਿਕਲ ਰਿਹਾ ਸੀ ਤੇ ਮੈਂ ਥੋੜਾ ਜਿਹਾ ਪਿੱਛੇ ਖੜ ਕੇ ਜਦੋਂ ਮੈਂ ਉਧਰ ਨੂੰ ਨਿਗਾਹ ਮਾਰੀ ਉਹ ਗੈਲਰੀ ਦੇ ਵਿੱਚ ਨੂੰ ਤਾਂ ਉਹ ਗੈਲਰੀ ਭਰੀ ਸੀ ਜਿਹੜੀ ਮੈਂ ਪਹਿਲਾਂ ਗੱਲ ਦੱਸ ਚੁੱਕਿਆ ਉਹ ਮਾਖੀ ਦੇਖੀ ਐ ਤੇ ਉਹ ਦੇਖ ਕੇ ਤੇ ਬਾਅਦ ਵਿੱਚ ਮੈਂ ਜਦੋਂ ਇਹ ਇਧਰ ਮੁੜਿਆ ਵੀ ਚਲੋ ਹੁਣ ਚੱਲਦੇ ਆ ਇਹਨਾਂ ਨੇ ਉੱਥੇ ਪੰਗੀਆਂ ਨੂੰ ਜਾਂ ਜਿਹੜੇ ਮਜ਼ਦੂਰ ਸੀ ਰੇੜੀਆਂ ਵਾਲੇ ਉਹਨਾਂ ਨੂੰ ਸੱਦਿਆ ਵੀ ਇਹ ਜਿਹੜੇ ਸ਼ਹੀਦ ਹੋਏ ਸਿੰਘ ਉਹ ਤੇ ਇਹਨਾਂ ਨੂੰ ਤੁਸੀਂ ਰੇੜੀਆਂ ਤੇ ਪਾ ਕੇ ਇਕੱਠਾ ਕਰੋ ਤੇ ਰਾਂਡੀਆਂ ਧਕੜੀਆਂ ਜਾਂ ਇਹਨਾਂ ਦਾ ਕੋਈ ਜੀਵ ਦਾ ਸਮਾਨ ਆ ਉਹ ਤੁਸੀਂ ਰੱਖ ਲਿਓ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰੋ ਇਹ ਹੁਕਮ ਉਹਨਾਂ ਨੇ ਚਾੜਤਾ ਸੀ ਫੇਰ ਇਹਨਾਂ ਨੇ ਸਿਰਫ ਗੋਲ ਆਵਾਹ ਰੂ ਦਰਬਾਰ ਸਾਹਿਬ ਦੇ ਅੰਦਰ ਹੀ ਬਾਹਰ ਨਹੀਂ वैसे एक यूनिट बूट लाके सफाई ਕਰਨ ਵਾਸਤੇ ਉਥੇ ਆ ਗਈ ਸੀ ਉਹ ਕਰਨ ਵਾਸਤੇ ਪਰ ਉਹਨਾਂ ਨੇ ਆ ਕੇ ਅੰਦਰਲੀ ਸਫਾਈ ਹੀ ਕੀਤੀ ਸੀ ਦਰਬਾਰ ਸਾਹਿਬ ਦੀ ਬਾਹਰ ਨਹੀਂ ਸੀ ਹੋਈ ਉਥੇ ਇਹਨਾਂ ਨੇ ਥੋੜੇ ਬੰਦੇ ਲਿਆ ਕੇ ਉਸ ਦਿਨ ਇਹਨਾਂ ਨੇ ਪ੍ਰਕਾਸ਼ ਕੀਤਾ ਮਹਾਰਾਜ ਸਾਹਿਬ ਦਾ ਤੇ ਉਥੇ ਗ੍ਰੰਥੀ ਸਾਹਿਬ ਜਾਂ ਹੋਰ ਕੋਈ ਬੰਦੇ ਕਿਉਂਕਿ ਮੈਂ ਕਿੰਨੇ ਬੰਦੇ ਸੀ ਕੌਣ ਸੀ ਉਥੇ ਤਾਂ ਮੇਰਾ خیال ਹੈ ਜੇ ਕੋਈ ਹੋਰ ਵੀ ਬੰਦਾ ਹੁੰਦਾ ਤਾਂ ਇਹ ਗੱਲ ਸੋਚ ਤੇ ਉਹਦੇ ਮਨ ਕਿ ਕੀ ਉੱਥੇ ਵਾਪਰੀ ਉਹ ਤਾਂ ਮੈਨੂੰ ਪਤਾ ਹੈ ਤਾਂ ਉਹ ਮੈਂ ਉੱਥੋਂ ਵਾਪਸ ਆ ਕੇ ਤੇ ਜਦੋਂ ਮੈਂ ਮੱਥਾ ਟੇਕ ਕੇ ਤੇ ਪਿੱਛੋਂ ਦੀ ਰੰਗਣ ਲੱਗਾ ਤਾਂ ਉਥੋਂ ਮੀਡੀਆ ਵਾਲੇ ਟੀਵੀ ਵਾਲੇ ਨੇ ਉਹ ਤੇ ਸਨੈਪ ਲੈ ਰਿਆ ਕਿ ਅੱਜ ਪ੍ਰਕਾਸ਼ ਕਰਦਾ ਮਹਾਰਾਜ ਦਾ ਮਹਾਰਾਜ ਸਾਹਿਬ ਦਾ ਤਾਂ ਉਹ ਮੇਰੀ ਜਿਹੜੀ ਫੋਟੋ ਅਕਸਰ ਆਉਣੀ ਸੀ ਉਹ ਜਲੰਧਰ ਜਦੋਂ ਮੁੰਡਿਆਂ ਨੇ ਦੇਖੀ ਅਫਸਰਾਂ ਦੇ ਖਾਸ ਕਰਕੇ ਕਹਿੰਦੇ ਅੰਕਲ ਜੀ ਤੁਸੀਂ ਉੱਥੇ ਸੀ ਉਹ ਉਹ ਵੀ ਉਹਦੇ ਵਿੱਚ ਆਈ ਰਹੀ ਐ ਤਾਂ ਮੈਂ ਉਥੋਂ ਉਥੋਂ ਚਲਾ ਗਿਆ ਪਰ ਜਦੋਂ ਮੈਂ ਬਾਹਰ ਨਿਕਲਿਆ ਤਾਂ ਉੱਥੇ ਹੀ ਹੰਨਾ ਹੋਣ ਲੱਗ ਪਿਆ ਕਿ ਸੰਤ ਜਿਹੜੇ ਐ ਉਹ ਚਲੇ ਗਏ ਸੰਤ ਉਥੋਂ ਚਲੇ ਗਏ ਸੰਤ ਉਥੋਂ ਨਿਕਲ ਗਏ ਮੈਂ بڑا ਜਿਸ ਬੰਦੇ ਦੇ ਉੱਤੇ ਵਾਪਰਦੀ ਆ ਨਾ ਉਹਨੂੰ ਪਤਾ ਹੁੰਦਾ ਤੇ ਮੈਂ ਸੋਚਿਆ ਵੀ ਮੈਂ ਤਾਂ ਅਜੇ ਕਿਸੇ ਨੂੰ ਦੱਸਿਆ ਤੱਕ ਵੀ ਨਹੀਂ ਤੇ ਨਾ ਹੀ ਮੈਥੋਂ ਪੁੱਛਿਆ ਮੈਂ ਦਾਅਵੇ ਨਾ ਕਰ ਸਕਦਾ ਕੋਈ ਵੀ ਫੌਜ ਦਾ ਅਫਸਰ ਜਰਨਲ ਹੋਵੇ ਕਰਨਲ ਹੋਵੇ ਮੇਜਰ ਹੋਵੇ ਕਿਸੇ ਨੇ ਮੈਥੋਂ ਜਿੰਨੀਆਂ ਮੈਂ ਗੱਲਾਂ ਦੱਸੀਆਂ ਇਹ ਹੀ ਉਹਨਾਂ ਨੇ ਪੁੱਛੀਆਂ ਹੋਰ ਕੋਈ ਮੇਰੇ ਨਾਲ ਉਹਨਾਂ ਨੇ ਗੱਲ ਨਹੀਂ ਕੀਤੀ ਵੀ ਇਹ ਕਿਉਂਕਿ ਉਹ ਗੱਲ ਕਿਉਂ ਕਰਨਗੇ ਪਛਾਣ ਤਾਂ ਉਹਨਾਂ ਨੇ ਪਹਿਲਾਂ ਕਰ ਲਈ ਉਹਦੇ ਵਿੱਚ ਤਾਂ ਉਹਨਾਂ ਨੂੰ ਕੋਈ ਸ਼ੱਕ ਹੀ ਨਹੀਂ ਸੀ ਵੀ ਸੰਜਨੈਰਸ ਉਹ ਨਹੀਂ ਸੀ ਮੈਂ ਜਦੋਂ ਗਿਆ ਤੇ ਅਗਲੇ ਦਿਨਾਂ ਸ਼ਿਸ਼ਕਾਰ ਸੀ ਤੁਹਾਨੂੰ ਯਾਦ ਹੋ 7 ਤਰੀਕ ਨੂੰ 8 ਵਜੇ ਹੋਇਆ 8 ਤਰੀਕ ਨੂੰ ਗਿਆਨੀ ਜੈਲ ਸਿੰਘ ਮੈਨੂੰ ਤਾਂ ਤਾਰੀਖਾਂ ਵੀ ਯਾਦ ਹੈ ਕਿ 8 ਤਰੀਕ ਨੂੰ ਗਿਆਨੀ ਜੈਲ ਸਿੰਘ ਵੀ ਉੱਥੇ ਆਏ ਜਿੱਥੇ ਸ਼ਿਸ਼ਕਾਰ ਹੋਣਾ ਸੀ ਪਰ ਉਹਦੀ ਉਹਦੀ ਪੇਸ਼ ਨਹੀਂ ਸੀ ਗਈ ਕਿਉਂਕਿ ਜਦੋਂ ਇਹ ਇਹ ਬਾਣੇ ਵਰਤੇ ਸੀ ਉਹਦੇ ਟੈਲੀਫੋਨ ਵੀ ਕੱਟ ਕਰਤੇ ਸੀ ਇਹਨਾਂ ਨੇ ਉਹਦੀ ਕੋਈ ਗੱਲ ਨਹੀਂ ਸੀ ਕੋਈ ਸੁਣ ਰਿਹਾ ਕੁਝ ਨਹੀਂ ਸੀ ਕਰ ਰਿਹਾ ਤਾਂ ਉਹ ਉੱਥੇ ਆਏ ਸੀ ਤੇ ਮੈਂ ਦੁਬਾਰਾ ਜਾ ਕੇ ਆਪਦੀ ਯੂਨਿਟ ਵਿੱਚ ਫਿਰ ਕਹਤਾ ਪਹਿਲਾਂ ਮੈਂ ਜਾ ਕੇ ਆਪਦੇ ਭਾਈ ਨੂੰ ਬੁਲਾਇਆ ਮੈਂ ਕਿਹਾ ਵੀ ਸੰਤ ਸ਼ੀਰ ਹੋ ਗਿਆ ਗੁਰਦੁਆਰੇ ਵਾਲੇ ਨੂੰ ਤੇ ਮੈਂ ਕਿਹਾ ਵੀ ਤੂੰ ਪਾਠ ਸ਼ੁਰੂ ਕਰ ਦੇ ਤੇ ਸੰਤਾਂ ਦੀ ਜਿਹੜੀ ਹੈ ਆਪਾਂ ਪਾਠ ਕਰਕੇ ਅਰਦਾਸ ਕਰਦੇ ਆਂਗੇ ਤੇ ਸੰਤ ਸ਼ੀਰ ਹੋਗੇ ਉਹ ਬੁੱਢੇ ਥੋੜੇ ਜਿਹਾ ਬੜੀ ਮਜੂਸੀ ਨਾਲ ਵੀ ਕਹਿੰਦੇ ਸਾਬ ਇਹ ਕਿਵੇਂ ਆ ਸੰਤ ਸ਼ੀਰ ਕਿਵੇਂ ਹੋਗੇ ਨਹੀਂ ਲੋ ਕਹਿ ਰਿਹਾ ਮੈਂ ਕਿਹਾ ਤੁਸੀਂ ਉਹ ਕਰੋ ਜੋ ਮੈਂ ਦੇਖਿਆ ਉਹ ਮੈਂ ਤੁਹਾਨੂੰ ਕਹਿਣਾ ਹੈ ਪਾਠ ਕਰਨਾ ਤਾਂ ਕੋਈ ਮਾੜਾ ਨਹੀਂ ਹੁੰਦਾ ਪਾਠ ਕਰੋ ਅਰਦਾਸ ਕਰਦੇ ਆਂਗੇ ਆਪਾਂ ਕਿਹੜਾ ਬੰਦੇ ਬੁਲਾਉਣੇ ਆ ਸਰ ਉਹ ਵਿਚਾਰੇ ਉਹ ਪਾਇਨੇ ਤੋਂ ਸ਼ੁਰੂ ਕਰਤਾ ਪਾਠ ਬਾਅਦ ਵਿੱਚ ਮੈਂ ਰਿਪੋਰਟ ਕੀਤੀ ਕਿ ਮੈਂ ਫਿਰ ਜਾਣਾ ਹੈ ਉਹ ਹੁਣ ਉਹਨਾਂ ਨੂੰ ਜਦੋਂ ਕੋਈ ਮੇਰੀ ਗੱਲ ਤੋਂ ਰਿਪੋਰਟ ਨਹੀਂ ਮਿਲੀ ਪਹਿਲਾਂ ਉਹਨਾਂ ਨੇ ਮੈਨੂੰ ਫਿਰ ਮਨਜ਼ੂਰੀ ਦੇ ਦਿੱਤੀ ਪੀ ਠੀਕ ਆ ਤੁਸੀਂ ਸ਼ਿਸ਼ਕਾਰ ਤੇ ਜਾਵੜੋ ਤਾਂ ਮੈਂ ਜਦੋਂ ਉਹੀ ਗਾੜ ਲੈ ਕੇ ਮੈਂ ਸ਼ਿਸ਼ਕਤ ਤੁਰਿਆ ਤੇ ਬਿਆਸ ਤੋਂ ਪਹਿਲਾਂ ਮੇਰੀ ਗੱਡੀ ਥੋੜੀ ਜਿਹੀ ਖਰਾਬ ਹੋ ਗਈ ਬਿਆਸ ਪੌੜਾ ਜਿਹੜਾ ਤਾਂ ਉਹਨੇ ਤੇ ਦਿੱਤੇ ਟਾਈਮ ਤੋਂ ਦੇ ਮੁਤਾਬਕ ਉਹ ਉਹ ਮੈਂ ਕਰਾਸ ਨਹੀਂ ਕਰ ਸਕਿਆ ਉਹਨਾਂ ਨੇ ਉੱਥੇ ਕਰਫੂ ਲਾਤਾ ਉਦੋਂ ਖਰੀਦੇ ਪਤਨ ਜਿੰਨੇ ਵੀ ਇਹ ਕਾਂ ਵਾਲਾ ਪਤਨ ਦੇ ਸਾਰੇ ਉਹਨਾਂ ਨੇ ਰੋਕਤੇ ਤੇ ਆڈر ਇਹ ਕਰਤਾ ਵੀ ਕੋਈ ਵੀ ਬੰਦਾ ਉੱਥੇ ਕਰਨਲ ਆਵੇ ਜਨਰਲ ਆਵੇ ਉਹਨੂੰ ਉੱਥੇ ਰੋਕ ਦਿਓ ਹੁਣ ਕੋਈ ਨਹੀਂ ਆ ਸਕਦਾ ਤਾਂ ਮੈਨੂੰ ਜਦੋਂ ਰੋਕਤਾ ਮੈਂ ਉਹਨਾਂ ਨੂੰ ਕਿਹਾ ਵੀ ਮੇਰੀ ਟੈਲੀਫੋਨ ਤੇ ਗੱਲ ਕਰਾਓ ਮੈਂ ਸੰਤਾ ਦਾ ਭਾਈ ਆ ਤੁਸੀਂ ਰਾਸ਼ਟਰਪਤੀ ਨਾਲ ਕਰਾ ਦਿਓ ਜਨਰਲ ਨਾਲ ਕਰਾ ਦਿਓ ਉਹ ਛੋਟੇ ਰੈਂਕ ਦੇ ਕਿੱਥੇ ਤੁਹਾਨੂੰ ਪਤਾ ਵੀ ਇੱਥੋਂ ਤੇ ਕਰੋ ਉਹ ਕਹਿੰਦੇ ਜੀ ਨਹੀਂ ਅਸੀਂ ਕੁਝ ਨਹੀਂ ਕਰ ਸਕਦੇ ਮੇਰੇ ਖੜਾ ਖੜਾ ਇੱਕ ਹਰਿੰਦਰ ਸਿੰਘ ਕਰਨ ਲੱਗ ਇੱਕ ਦੋ ਹੋਰ ਕਰਨ ਉੱਥੇ ਆ ਗਏ ਉਹ ਉਹ ਵੀ ਵਿਚਾਰੇ ਉੱਥੇ ਰੋਕ ਗਏ ਮੇਰੇ ਨਾਲ ਹੀ ਤਾਂ ਅਸੀਂ ਉੱਥੇ ਥੱਲੇ ਪੜ ਦੇ ਛਾਵੇਂ ਅਸੀਂ ਬੈਠ ਗਏ ਕਾਫੀ ਦੇਰ ਬਾਅਦ ਤਕਰੀਬਨ ਜਦੋਂ ਦਿਨ ਢਲ ਗਿਆ ਸ਼ਾਮ ਹੋ ਗਈ ਸ਼ਿਸ਼ਕਾਰ ਤੋਂ ਮਕਰੂ ਇੱਕ ਉਹ ਮੇਜਰ ਜਿਹੜਾ ਉੱਥੇ ਇੱਕ ਸਰਦਾਰ ਸੀ ਜਿਹੜਾ ਮੈਨੂੰ ਉਹ ਮਿਲਿਆ ਉਹ ਕਹਿਣ ਲੱਗਾ ਜੀ ਸੰਤਨ ਦਾ ਸ਼ਿਸ਼ਕਾਰ ਮਰਜ਼ਾਦਾ ਨਾ ਕਰਤਾ ਉਹ ਮੈਂ ਕਿਹਾ ਮਰਜ਼ਾਦਾ ਤਾਂ ਜੋ ਹੋਈ ਹੈ ਮੇਜਰ ਸਾਹਿਬ ਤੁਸੀਂ ਦੇਖ ਹੀ ਲਈ ਹੈ ਚਲੋ ਠੀਕ ਹੈ ਤੁਹਾਨੂੰ ਮੈਂ ਕੀ ਕਹਿਣਾ ਤਾਂ ਅਸੀਂ ਉੱਪਰ ਆਇਆ ਜਦੋਂ ਮੈਂ ਪੁੜਤੇ ਚੜਿਆ ਗੱਡੀ ਦੇ ਕੋਲੇ ਆਇਆ ਆਪਦੀ ਦੇ ਤਾਂ ਉਦੋਂ ਇੱਕ ਸੂਬੇਦਾਰ ਸੀ ਹਰਿਆਣੇ ਦਾ ਉਹ ਖਾਣਾ ਕਰ ਰਿਹਾ ਸੀ ਅਰੇ ਬਿੰਦਰੀ ਵਾਲਾ ਤੇ ਚਲਾ ਗਿਆ ਉਸ ਕੋ ਕੌਣ ਫੜ ਸਕਦਾ ਹੈ ਉਹ ਤੋਂ ਬਾਰੇ ਆਦਮੀ ਲੈਗੇ ਉਸ ਕੋ ਉਹ ਮੈਂ ਉਹਨੂੰ ਬੜਾ ਸ਼ਕਤੀ ਦੇ ਨਾਲ ਥੋੜਾ ਜਿਹਾ ਬੋਲਿਆ ਮੈਂ ਕਹਿ ਦਰਾਉ ਕਿਉਂਕਿ ਮੇਰਾ ਜੂਨੀਅਰ ਉਹ ਸੁਵੇਦਾਰ ਸੀ ਮੈਂ ਸੁਵੇਦਾਰ ਮੇਜਰ ਸੀ ਤੇ ਮੈਨੂੰ ਕਹਿੰਦਾ ਹਾਂ ਸਾਫ ਕੀ ਗੱਲ ਹੈ ਮੈਂ ਕਹਾ ਤੂੰ ਇਹ ਕਿੱਥੋਂ ਗੱਲ ਕਰ ਰਿਹਾ ਹੈ ਆ ਐਲਾਨ ਆਇਆ ਪਿਆ ਕਿ ਸੰਤਾਂ ਦਾ ਸ਼ਬ ਮਿਲ ਗਿਆ ਤੇ ਇਹ ਤੂੰ ਹੁਣ ਇਹ ਗੱਲ ਕਰੀ ਜਾਣਾ ਇਹ ਕਿੱਥੋਂ ਗੱਲ ਸੁਣੀ ਹੈ ਤੂੰ ਉਹ ਮੈਨੂੰ ਆਦਾ ਤੁਸੀਂ ਸਰਦਾਰ ਹੋ ਕੇ ਵੀ ਜੀ ਤੁਹਾਨੂੰ ਸੰਤਾ ਚਲੇ ਗਏ ਉਹਨੇ ਜਾਣੇ ਮੈਨੂੰ ਐਸੇ ਭੁਲੇਖੇ ਵਿੱਚ ਪਾਤਾ ਜਾਂ ਮੈਨੂੰ ਐਸੀ ਚਿੰਤਾ ਵਿੱਚ ਖੜਾ ਕਰਤਾ ਕਿ ਮੈਨੂੰ ਉੱਥੋਂ ਤੁਰਨਾ ਹੀ ਮੁਸ਼ਕਲ ਹੋ ਗਿਆ ਤਾਂ ਮੈਂ ਆਪਦੀ ਗੱਡੀ ਲਈ ਤੇ ਮੈਂ ਉੱਥੋਂ ਸਿੱਧਾ ਆਪਦੀ ਯੂਨਿਟ ਵਿੱਚ ਆ ਕੇ ਆਪਦੇ ਡੇਰੇ 'ਚ ਆ ਗਿਆ ਆਥਣ ਹੋ ਗਿਆ ਸੀ ਤੇ ਉੱਥੇ ਆ ਕੇ ਮੈਂ ਮੇਰਾ ਸੇਵਾਦਾਰ ਸੀ ਇੱਕ ਬਿਹਾਰੀ ਉਹਨੇ ਮੈਂ ਕਿਹਾ ਵੀ ਯਾਰ ਸਾਲੇ ਪਾਇਆ ਮੇਰੇ ਕੋਲ ਸੰਥਾਂ ਦੇ ਪੁਰਾਣੀਆਂ ਜਿਹੜੀਆਂ ਫੋਟੋ ਹੋਰ ਵੀ ਰੱਖੀਆਂ ਸੀ ਉਹ ਮੈਂ ਪਿਆ ਤੇ ਫੋਟੋ ਦੇਖ ਰਿਹਾ ਕਿ ਉਹਨਾਂ ਦੀ ਇੰਜੀਨੀਅਰ ਪਾਦੀਆਂ ਸੇਲੀਆਂ ਕਿਵੇਂ ਸੀ ਦਾੜੀ ਕਿਵੇਂ ਸੀ ਉਹ ਮੈਨੂੰ ਕਹਿੰਦਾ ਵੀ ਸਾਹਿਬ ਕੀ ਗੱਲ ਆ ਤੁਸੀਂ ਮੈਂ ਕਿਹਾ ਕੁਛ ਨਹੀਂ ਸੋ ਮੈਨੂੰ ਹੋੜੇ ਹੋਇਆ ਕਿ ਜੇ ਬਾਈ ਚਾਂਸ ਡੈਡ ਬਾਡੀਆਂ ਤਾਂ ਮਿਲ ਵੀ ਸਕਦੀਆਂ ਆਹੜਾ ਮੇਰਾ ਪ੍ਰਹਾਜਕ ਰਾਸ ਤੋਂ ਹੈ ਉਹ ਤਾਂ ਹੁਣ ਚੜ੍ਹਾਈ ਕਰ ਗਿਆ ਸਾਡਾ ਦੋਨਾਂ ਦਾ ਭਲੇਖਾ ਪਾਇਆ ਜਾਂਦਾ ਸੀ ਕਿ ਇਹ ਮਾਸਟਰ ਹੈ ਜਾਂ ਕੈਪਟਨ ਹੈ ਤੇ ਮੈਂ ਸੋਚਿਆ ਵੀ ਕਿਤੇ ਜੇ ਸੰਤ ਚਲੇ ਗਏ ਹੋਏ ਤਾਂ ਮੇਰਾ ਫਿਰ ਕੀ ਹਾਲ ਬਣੂ ਮੈਂ ਤਾਂ ਦੱਸਿਆ ਤਾਂ ਹੈ ਨਹੀਂ ਪਰ ਮੈਂ ਤਾਂ ਘਰ ਵੀ ਸੁਨੇਹਾ ਕਰਤਾ ਤੇ ਬਾਬੇ ਠਾਕੁਰ ਸਿੰਘ ਨੂੰ ਵੀ ਦੱਸਤਾ ਪਿਆਗਨ ਹੋ ਗਈ ਤੇ ਹੁਣ ਵੀ ਮੈਂ ਕਹਿੰਦਾ ਵੀ ਸੰਤ ਸ਼ਹੀਦ ਹੋ ਗਏ ਤੇ ਪਾਠ ਵੀ ਰਖਾਤਾ ਚਲੋ ਮੈਂ ਇਸ ਦੋਨਾਂ ਪੜਾਵਾਂ ਤੇ ਕੰਮ ਸ਼ੁਰੂ ਕਰਤਾ ਆਪਦੇ عقیده ਨੂੰ ਨਹੀਂ ਬਦਲਿਆ ਕਿਉਂਕਿ ਜੇ ਮੈਂ عقیدہ ਬਦਲਦਾ ਸੀ ਭੰਬਲ ਪੂਸਾ ਹੋਰ ਹੁੰਦਾ ਸੀ ਬਾਹਰੋਂ ਟੈਲੀਫੋਨ ਆ ਰਹੇ ਸੀ ਜਾ ਕੋਈ ਸੰਦੇਸ਼ ਆ ਰਿਹਾ ਸੀ ਮੈਨੂੰ ਕੋਈ ਮੁੰਡਾ ਆਉਂਦਾ ਸੀ ਵੀ ਸਭ ਦੱਸੋ ਤਾਂ ਮੈਂ ਕਹਾਂ ਜੀ ਮੇਰੇ ਮੈਂ ਤਾਂ ਕਹਿਣਾ ਵੀ ਸੰਤ ਸ਼ੀਰ ਹੋ ਗਿਆ ਉਹ ਉਸ ਤੋਂ ਮਗਰੋਂ ਮੈਂ ਉੱਥੇ ਹਸਪੀਟਲ ਜਾਂਦੀ ਸਾਡੀ ਡਿਊਟੀ ਹੁੰਦੀ ਸੀ ਸੀਨੀਅਰ ਬੰਦਿਆਂ ਦੀ ਵੀ ਸ਼ਾਮ ਨੂੰ ਜਾ ਕੇ ਪਤਾ ਲਉ ਜ਼ਖਮੀਆਂ ਦਾ ਦੂਜਿਆਂ ਤੀਜਿਆਂ ਦਾ ਤਾਂ ਜਦੋਂ ਮੈਂ ਸ਼ਾਮ ਨੂੰ ਹਸਪੀਟਲ ਗਿਆ ਤਾਂ ਉਹ ਜਿਹੜੇ ਬੰਦੇ ਸੀ ਕੋਈ ਜ਼ਖਮੀ ਛੁਕਮੀ ਉਹਨਾਂ ਨੂੰ ਪਤਾ ਲੱਗਾ ਤਾਂ ਉੱਥੇ ਇੱਕ ਮੁੰਡਾ ਜਿਹਦਾ ਗੋਡਾ ਵਢਿਆ ਹੋਇਆ ਸੀ ਜਿਹਦੀ ਮੈਂ ਗੱਲ ਪਹਿਲਾਂ ਦੱਸ ਗਿਆ ਉਹ ਟੈਨ ਗਾਰਡ ਦਾ ਮੁੰਡਾ ਸੀ ਟੈਨ ਗਾ ਜਿਹੜਾ ਕਿ ਲੜਾਈ ਲੜਿਆ ਉਹਦਾ ਗੋਡਾ ਵਢਿਆ ਸੀ ਉਹਦੇ ਕੋਲੇ ਮੈਂ ਬਹਿ ਗਿਆ ਤੇ ਮੈਂ ਕਿਹਾ ਨੌਜਵਾਨਾ ਤੇਰਾ ਗੋਡਾ ਵਢਿਆ ਗਿਆ ਤੇ ਤੈਨੂੰ ਹੇ ਹੁਣ ਜਿਹੜੀ ਹੈ ਸਰਕਾਰ ਸਾਡੀ ਕੀ ਦੇਊਗੀ ਕੀ ਬੈਨੀਫਿਟ ਮਿਲਣਗੇ ਤਾਂ ਉਹਦੇ ਲਫ਼ਜ਼ੇ ਸੀ ਕਿ ਇਹ ਇਹ ਗੰਦੀ ਸਰਕਾਰ ਨੇ ਸਾਨੂੰ ਕੀ ਦੇਣਾ ਸਾਡਾ ਜਰਨਲ ਜਰਨੈਲ ਸੀ ਜਿਹੜਾ ਉਹਦਾ ਚਲਾ ਗਿਆ ਅਸੀਂ ਬਾਕੀ ਦਾ ਸਰੀਰ ਉਹਦੇ ਨਾਲ ਲਾਵਾਂਗੇ ਤੇ ਨਾਰਦੀ ਨਾਲ ਕਹਿੰਦਾ ਮੈਂ ਉਹਨੂੰ ਕਿਹਾ ਮਖ ਕਿਹੜਾ ਜਰਨਾ ਹੈ ਨਾ ਅਗੇ ਸੰਤ ਜਨਾਰ ਸਿੰਘ ਪਿੰਡਰਾਣੇ ਤੇ ਮੈਂ ਕਿਹਾ ਉਹ ਉਹ ਕੋ ਕਹਿੰਦੇ ਸ਼ਹੀਦ ਹੋ ਗਿਆ ਨਹੀਂ ਮੈਂ ਕਿਹਾ ਤੂੰ ਕਿਵੇਂ ਕਿਉਂਕਿ ਮੈਂ ਤਾਂ ਉਹਨੂੰ ਦੱਸਿਆ ਨਹੀਂ ਸੀ ਅਜੇ ਮੈਂ ਉਹ ਗੱਲ ਕਢਣੀ ਚਾਹੁੰਦਾ ਜਿਹੜੇ ਮੇਰੇ ਦਿਰਚ ਦਿਮਾਗ ਚ ਆਈ ਸੀ ਦਾੜੀ ਵਾਲੀ ਤਾਂ ਉਹ ਮੈਨੂੰ ਕਹਿੰਦਾ ਆ ਬਿਆਨ ਆ ਗਿਆ ਕੋਈ ਸੰਤੋ ਸ਼ੀਤ ਹੋ ਗਏ ਤੇ ਇਹ ਉਹਦੇ ਭਰਾ ਦਾ ਇਹ ਐਵੇਂ ਬਿਆਨ ਕੇ ਨਾ ਦੇਤਾ ਮੈਂ ਕਿਹਾ ਵੀ ਇਹ ਬੰਦਾ ਪੱਕਾ ਹੈ ਤੇ ਮੈਂ ਛੇਤੀ ਦੇਣੇ ਉਹਨੂੰ ਦੱਸਤਾ ਵੀ ਮੈਂ ਸੰਤਾਂ ਦਾ ਭਰਾ ਆ ਹੁਣ ਤੂੰ ਮੈਨੂੰ ਸਚਾਈ ਵਾਲੀ ਗੱਲ ਦੱਸ ਬੀ ਉਹ ਤੂੰ ਜਦੋਂ ਉਹ ਕਹਿੰਦਾ ਜੀ ਪੰਜ ਦੀ 6 ਦੀ ਰਾਤ ਨੂੰ ਜਦੋਂ ਹੱਲਾ ਹੋ ਗਿਆ ਵੀ ਸੰਤ ਸ਼ੀਤ ਹੋ ਗਏ ਅਸੀਂ ਭੱਜ ਕੇ ਗਏ ਹੋਰ ਵੀ ਬੰਦੇ ਸੀ ਮੇਰੇ ਨਾਲ ਤੇ ਉਹ ਜਿਹੜਾ ਸਿੰਘ ਸੀ ਉਹ ਹੋਰ ਸਿੰਘ ਸੀ ਸੰਤ ਨਹੀਂ ਸੀ ਮੈਂ ਕਿਹਾ ਕਿਵੇਂ ਕਿਸ ਕਾਰਨ ਕਿਹੜਾ ਪੁਆਇੰਟ ਸੀ ਜਿਹੜਾ ਤੂੰ ਕਹਿ ਰਿਹਾ ਵੀ ਸੰਤ ਉਹ ਮੈਨੂੰ ਕਹਿੰਦਾ ਵੀ ਸੰਤਾਂ ਦਾ ਦਾੜਾ ਪਾਰਾ ਸੀ ਤੇ ਜੋ ਉਹਦੇ ਸ਼ਬਦ ਹੈ ਲੰਬਾ ਸੀ ਇਹੋ ਜੀ ਗੱਲ ਉਹ ਫਿਰ ਮੇਰੇ ਮਨ ਦੇ ਵਿੱਚ ਜਿਹੜੀ ਗੱਲ ਬੈਠੀ ਸੀ ਵੀ ਜਿਵੇਂ ਸੰਤਾਂ ਦੀ ਦਾੜੀ ਆ ਲੱਗਦੀ ਸੀ ਜਿਵੇਂ ਹੋੜੀ ਹੁੰਦੀ ਹੈ ਉਹ ਕੁਦਰਤੀ ਹੋ ਤਾਂ ਲੋਹ ਦੇ ਨਾਲ ਜਾਂ ਕੁਝ ਦਾੜੀ ਸੁੱਕੜ ਵੀ ਸਕਦੀ ਹੈ ਤਾਂ ਮੇਰੇ ਮਨ 'ਚ ਇਹ ਗੱਲ ਹੋਰ ਘਰ ਕਰ ਗਈ ਕਿ ਨਹੀਂ ਇਹ ਹੋ ਸਕਦਾ ਜਿਹੜੀ ਇਹ ਗੱਲ ਕਹਿੰਦਾ ਇਹ ਹੋ ਗਈ ਹੋਵੇ ਇੰਨੇ ਨੂੰ ਉੱਥੇ ਆਮ ਹੀ ਪ੍ਰਪਗੈਂਡਾ ਜਲੰਧਰ ਸ਼ਹਿਰ ਚੱਲ ਪਿਆ ਕਿ ਸੰਤ ਚਲੇਗੇ ਸੰਤ ਚਲੇਗੇ ਸੰਤ ਚਲੇਗੇ ਤਾਂ ਇਸੇ ਪੀਰੀਅਡ ਵਿੱਚ ਮੈਂ ਬਾਬਾ ਠਾਕੁਰ ਸਿੰਘ ਨੂੰ ਜਾ ਕੇ ਮੈਥੇ ਚੌਕ ਵੀ ਮਿਲਿਆ ਤੇ ਜਾ ਕੇ ਉਹ ਭੋਰਾ ਬਣਿਆ ਉੱਥੇ ਥੱਲੇ ਅਸੀਂ ਚਲੇ ਗਏ ਤੇ ਬਾਬਾ ਜੀ ਨੂੰ ਮੈਂ ਗੱਲ ਦੱਸੀ ਬਾਬਾ ਜੀ ਸੰਤ ਮਹਾਪੁਰਖ ਤਖਸ਼ੀਦ ਹੋਗੇ ਉਹਨਾਂ ਨੇ ਮੈਨੂੰ ਕਿਹਾ ਵੇ ਤੂ ਜਾਬ ਤੇ ਚ ਰਹਾ ਸੰਤ ਚੜ੍ਹਦੀ ਕਲਾ ਜਾਂ ਸੰਤ ਸ਼ੀਤ ਨਹੀਂ ਹੋਏ ਹੁਣ ਇੱਥੇ ਮੈਂ ਗੱਲ ਕਿਉਂ ਕਿ ਫਿਰ ਮੈਂ ਗੱਲ ਪੁਰਨਾ ਜਾਵਾਂ ਮੈਂ ਕਲੀਅਰ ਕਰਨੀ ਚਾਹੁੰਦਾ ਕਿ ਇੱਕ ਸ਼ਰਧਾ ਹੁੰਦੀ ਭਾਵਨਾ ਜਿਹੜੀ ਸ਼ਰਧਾ ਭਾਵਨਾ ਉਹ ਕਦੇ ਖਤਮ ਨਹੀਂ ਹੁੰਦੀ ਉਹ ਜ਼ਿੰਦਗੀ ਚਲੀ ਜਾਂਦੀ ਹੈ ਖਤਮ ਨਹੀਂ ਹੁੰਦੀ ਜਿਹੜਾ ਸੁਭਾਸ਼ ਚੰਦਰ ਬੋਸ਼ ਹੈ ਉਹ ਤਾਂ ਕਾਮਪੰਦਾ ਸੀ ਉਹਦੇ ਨਿਆਈਆਂ ਨੇ ਉਹਨੂੰ ਨਹੀਂ ਮੰਨਿਆ ਵੀ ਉਹ ਸੀਧ ਹੋ ਗਿਆ ਮਰ ਗਿਆ ਇਹ ਜਿਹੜੀ ਸ਼ਰਤ ਹੈ ਜਿਵੇਂ ਬਾਬਾ ਬੁੱਢਾ ਜੀ ਦੀ ਸਾਭ ਜੀ ਦੀ 베ਰ ਹੈ ਉਹ ਹੁਣ ਅਸੀਂ ਫੜ ਕੇ ਘੁੱਟਦੇ ਹਾਂ ਹੁਣ ਉਹ 베ਰ ਨੂੰ ਘੁੱਟ ਕੇ ਤਾਂ ਇੱਕ ਸ਼ਰਤ ਹੈ ਸਾਡੇ ਮਨ 'ਚ ਕਿ ਸਾਡਾ ਇਹ ਜਿਹੜੀ ਘੁੱਟਦੇ ਹਾਂ ਸ਼ਰ ਬਾਬਾ ਜੀ ਦੀ ਸੇਵਾ ਹੋ ਰਹੀ ਹੈ ਤੋਂ ਸੰਤਾਂ ਬਾਰੇ ਲੋਕਾਂ ਦੇ ਮਨ 'ਚ ਇਹ ਹੋ ਗਿਆ ਸੀ ਕਿ ਸੰਤਾਂ ਨੂੰ ਕੋਈ ਸ਼ਹੀਦ ਨਹੀਂ ਕਰ ਸਕਦਾ ਸੰਤਾਂ ਕੋਲੇ ਬੜੀ ਤਾਕਤ ਹੈ ਕਿਉਂਕਿ ਸੰਤ ਮਿੱਤੇ ਚਲੇ ਗਏ ਸੰਤ ਚੰਦੋਕਰਾਂ ਤੋਂ ਇੱਧਰ ਆ ਗਏ ਇਹੋ ਜੀਆਂ ਗੱਲਾਂ ਸੁਣ ਕੇ ਉਹ ਸੀ ਫਿਰ ਬਜ਼ੁਰਗਾਂ ਨੂੰ ਵੀ ਪਤਾ ਲੱਗਾ ਸੋ ਮੈਂ ਹੁਣ ਲੋਕਾਂ ਨੂੰ ਯਾ ਮੀਟ ਕੇ ਇਹ ਕਹਿਣਾ ਚਾਹਣਾ ਹੈ ਕਿ ਜਿਹੜੇ ਬੰਦੇ ਨੇ ਸੰਤ ਦੇਖੇ ਹੀ ਨਹੀਂ ਉਹਨਾਂ ਦੀ ਬਾਣੀ ਨਹੀਂ ਦੇਖੀ ਉਹ ਭਾਵਨਾ ਮੁਤਾਬਕ ਇਹ ਕਹਿ ਸਕਦੇ ਆ ਕਿ ਉਹ ਸ਼ਹੀਦ ਨਹੀਂ ਹੋਏ ਆਪਾਂ ਉਹਨਾਂ ਗੱਲਾਂ ਨੂੰ ਕਿਉਂ ਪੱਕਾ ਮੰਨ ਲਿਆ ਤੇ ਜਿੰਨੀ ਦੇਰ ਤੱਕ ਦਮਦਮੇ ਟਕਸਾਲ ਦਾ ਬੁਖੀ ਡਕਲੇਅਰ ਨਹੀਂ ਕਰਦਾ ਉਨੀ ਦੇਰ ਤੱਕ ਉਹਦਾ ਭਰਾ ਉਹਦਾ ਪਿਤਾ ਉਹਦਾ ਕੋਈ ਹੋਰ ਸਾਥੀ ਕਵੇ ਜੇ ਸੰਤ ਸ਼ਹੀਦ ਹੋ ਗਿਆ ਤੇ ਦੁਬਦਾ ਨਹੀਂ ਨਿਕਲ ਸਕਦੀ ਜਿਹੜੀ ਕਿ ਕੌਮ ਵਿੱਚੋਂ ਦੁਬਦਾ ਨਹੀਂ ਨਿਕਣੀ ਇਹ ਗੱਲ غور ਨਾਲ ਸੁਣੋ ਕਿ ਮੈਂ ਸਟੇਜਾਂ ਤੇ ਕਹਿੰਦਾ ਰਿਹਾ ਕਿ ਸੰਤ ਸ਼ਹੀਦ ਹੋ ਗਿਆ ਪਰ ਦੁਬਦਾ ਖਤਮ ਨਹੀਂ ਹੋਈ ਕਿਉਂਕਿ ਜਿਹੜੇ ਬਾਬਾ ਜੀ ਨੇ ਕਿਹਾ ਸੀ ਕਿ ਸੰਤ ਚੜ੍ਹਦੀ ਕਲਾ ਚ ਹੈ ਤੇ ਕਲੀਰੇਸ਼ਨ ਜਿਹੜੀ ਹੈ ਉਹ ਦਮਦਮੇ ਟਕਸਾਲ ਦੇ ਬੁਖੀ ਨੇ ਕਰਨੀ ਸੀ ਉਹ ਇਸ ਲਈ ਦੀ ਕਰ ਰਹੇ ਉਹਨਾਂ ਦੀ ਕੀ ਸਮਰੱਥਾ ਸੀ ਉਹ ਕੀ ਕਰਨਾ ਚਾਹੁੰਦੇ ਸੀ ਉਹਦੇ ਵਿੱਚ ਕਈ ਚੰਗੇ ਪ੍ਰਰਾਮ ਵੀ ਆਏ ਉਹਨਾਂ ਦੇ ਨਾਂ ਦੱਸਾਂ ਦੇ ਨਾਲ ਘਟਨਾਵਾਂ ਵੱਡੀਆਂ ਘਟੀਆਂ ਸੋ ਉਹ ਜਿਹੜੀ ਆ ਉਹਦੇ ਤੇ ਆਪਾਂ ਨੂੰ ਜਿਆਦਾ ਗੌਰ ਨਹੀਂ ਕਰਨੀ ਚਾਹੀਦੀ ਤੇ ਜੇ ਤੁਸੀਂ ਮੰਨਣਾ ਸੀ ਤਾਂ ਮੇਰੀ ਗੱਲ ਨੂੰ ਮੰਨ ਲੈਂਦੀ ਕਈ ਕਹਿੰਦੇ ਜੀ ਕੁਰਬਾਨੀ ਰੋਲਤੀ ਇੰਨੇ ਸਾਲ ਹੋ ਗਏ ਮੈਂ ਪੁੱਛਣਾ ਚਾਹਣਾ ਆਪਣੇ ਸਤਕਾਰਯੋਗ ਸਾਰੇ ਬਾਹਰ ਲਿਆਂ ਦੇਸ਼ਾਂ ਦੇਸ਼ਾਂ ਵਾਲਿਆਂ ਨੂੰ ਕਿ ਮੇਰਾ ਕਦੇ ਬਿਆਨ ਇਹ ਆਇਆ ਸੀ ਕਿ ਸੰਤ ਸ਼ਹੀਦ ਨਹੀਂ ਹੋਏ ਜਾਂ ਮੇਰੇ ਮੂੰਹੋਂ ਕਿਸੇ ਨੇ ਗੱਲ ਸੁਣੀ ਯਾ ਮੇਰਾ ਟੈਲੀਫੋਨ ਕਿਸੇ ਨੇ ਸੁਣਿਆ ਜੇ ਨਹੀਂ ਸੁਣਿਆ ਤਾਂ ਚਾਹੇ ਮੈਨੂੰ ਆਇਡੈਂਟੀਫਾਈਡ ਵਾਸਤੇ ਫੌਜ ਨਹੀਂ ਲੈ ਕੇ ਗਈ ਪਰ ਕਿਤਾਬਾਂ ਵਿੱਚ ਮੀਡੀਆ ਵਿੱਚ ਮੇਰਾ ਹੀ ਨਾਂ ਆਇਆ ਕਿ ਉਹਨਾਂ ਤੋਂ ਆਇਡੈਂਟੀਫਾਈ ਕਰਾ ਲਿਆ ਜਦੋਂ ਕਿ ਮੈਂ ਇਸ ਗੱਲ ਨੂੰ ਕੰਡਮ ਤਾਂ ਨਹੀਂ ਕੀਤਾ ਕਿ ਮੈਂ ਜਾ ਆ ਤੇ ਮੈਥੋਂ ਕਿਸੇ ਨੇ ਆਇਡੈਂਟੀਫਾਈ ਨਹੀਂ ਕਰਾਇਆ ਪਰ ਜੇ ਨਹੀਂ ਵੀ ਕਰਾਇਆ ਤੇ ਮੈਂ ਕਹਤਾ ਸੀ ਤੇ ਫਿਰ ਤੁਸੀਂ ਉਸ ਗੱਲ ਨੂੰ ਮੰਨਣਾ ਸੀ ਤੇ ਤੁਸੀਂ ਇਹ ਗੱਲ ਸ਼ੁਰੂ ਕਰ ਲਈ ਕਿ ਕੁਰਬਾਨੀ ਰੋੜਦੀ ਆ ਕੁਛ ਕਰਤਾ ਤੁਸੀਂ ਉਸ ਗੱਲ ਤੇ ਪੈਰਾ ਕਿਉਂ ਨਾ ਦਿੱਤਾ ਜਿਹੜੀ ਗੱਲ ਮੈਂ ਕਹੀ ਸੀ ਸੋ ਇਹ ਤੁਹਾਡੇ ਵਸਵ ਨਹੀਂ ਕਿ ਜਦੋਂ ਤੱਕ ਦਮਦਮੀ ਟਕਸਾਲ ਦਾ ਮੁਖੀ ਐਲਾਨ ਨਹੀਂ ਸੀ ਕਰਦਾ ਉਦੋਂ ਤੱਕ ਤੁਸੀਂ ਇਹ ਗੱਲ ਨਹੀਂ ਸੀ ਕਰ ਸਕਦੇ ਔਰ ਇਹ ਇਹ ਗੱਲ ਪੰਬੜ ਪੂਸੇ ਵਿੱਚ ਤਾਂ ਰਹੀ ਤੇ ਹੁਣ ਆ ਕੇ ਜਦੋਂ ਡਿਕਲੇਅਰ ਕੀਤਾ ਤੇ ਉਹ ਗੱਲ ਲੋਕਾਂ ਨੇ ਮੰਨੀ ਤੇ ਤੁਸੀਂ ਵੀ ਮੰਨ ਲਈ ਨਾ ਤੁਹਾਡੀ ਗਲਤੀ ਸੀ ਨਾ ਮੇਰੀ ਗਲਤੀ ਸੀ ਇਹ ਗੁਰੂ ਨੂੰ ਪਾਉਂਦਾ ਹੀ ਐਵੇਂ ਸੀ ਸੋ ਇਹ ਸਾਰਾ ਕੁਝ ਕਰਨ ਤੋਂ ਮਗਰੋਂ ਜਦੋਂ ਫਿਰ ਇਹ ਮੈਂ ਸਾਰਾ ਕੁਝ ਦੇਖਿਆ ਇੱਕ ਦਿਨ ਕਹਿੰਦੇ ਜੀ ਟੈਲੀਵਿਜ਼ਨ ਤੇ ਸੰਤਾਂ ਨੂੰ ਦਿਖਾਇਆ ਜਾਊਗਾ ਰੌਲਾ ਪੈ ਗਿਆ ਪਾਕਿਸਤਾਨ ਦਿਖਾਊਗਾ ਟੈਲੀਵਿਜ਼ਨ ਜਲੰਧਰ ਦੇ ਵਿੱਚ ਲਾਏ ਬਹੁਤ ਕੁਝ ਹੋਇਆ ਉਹ ਲਾਈਟ ਚਲੀ ਗਈ ਕਹਿੰਦੇ ਜਦੋਂ ਲਾਈਟ ਚਲੀ ਗਈ ਉਦੋਂ ਸੰਤ ਦਿਖਾਏ ਸੀ ਸੋ ਮੇਰਾ ਮਤਲਬ ਕਾਫੀ ਦੇਰ ਤੱਕ ਮੈਂ ਸਟੈਂਡ ਨਾ ਜਦੋਂ ਮੈਂ ਘਰੇ ਆਇਆ ਮੇਰੇ ਨਾਲ ਫੌਜ ਆਈ ਇੱਥੇ ਡਾਕਟਰ ਆਏ ਸਰਦ ਭਾਵਨਾ ਕਰਨ ਵਾਸਤੇ ਉਦੋਂ ਪਹਿਰਾ ਲੱਗਾ ਸੀ ਬੀਐਸਐਫ ਸੀਆਰਪੀ ਰਾਸ਼ਨ ਨਹੀਂ ਸੀ ਕਰੇ ਔਣ ਦਿੰਦੇ ਪਸ਼ੂ ਖੋਲ ਕੇ ਬਾਹਰ ਛੱਡਦੇ ਸੀ ਜੋ ਹਾਲਤਾ ਉਹ ਉਹ ਕੋਈ ਦੱਸਣ ਦੀ ਲੋੜ ਨਹੀਂ ਜਿੱਥੇ ਸਿਰ ਤੇ ਜਾਣ ਉੱਥੇ ਉਹੋ ਜਿਹੀਆਂ ਤਸ਼ੱਦਦਾਂ ਨੂੰ ਮੈਂ ਕੋਈ ਵਰਣਨ ਕਰਨ ਦੀ ਕੋਈ ਖਾਸ ਗੱਲ ਨਹੀਂ ਸਮਝਦਾ ਤਾਂ ਉਹ ਸਾਰਾ ਕੁਝ ਹੋਇਆ ਸੋ ਜਦੋਂ ਮੈਂ ਵਾਪਸ ਉਥੇ ਉਥੋਂ ਆਇਆ ਸੀ ਆਪਦੇ ਘਰ ਨੂੰ ਜਾਣੀ ਮਿਲਣ ਵਾਸਤੇ ਤਾਂ ਮੈਨੂੰ ਕਿਸ ਤਰੀਕੇ ਨਾਲ ਭੇਜਿਆ ਮੇਰੇ ਤੇ ਇੱਕ ਕਰਨ ਰਿਟੇਲ ਕੀਤਾ ਗਿਆ ਉਹਦੀ ਗੱਡੀ ਵੱਖਰੀ ਸੀ ਮੇਰੀ ਵੱਖਰੀ ਸੀ ਤੇ ਉਥੇ ਮੋਗੇ ਦੇ ਵਿੱਚ ਇੱਕ ਜਿਹੜਾ ਫਿਰੋਜ਼ਪੁਰ ਨੂੰ ਸੜਕ ਜਾਂਦੀ ਹੈ ਇਧਰ ਜਲੰਧਰ ਨੂੰ ਉੱਥੇ ਭਾਈ ਉੱਥੇ ਬਣਿਆ ਗੋਲ ਉੱਥੇ ਰੱਖ ਇੱਕ ਰੱਖ ਉੱਥੇ ਦਰਾਖਤ ਖੜੇ ਹੈ ਉੱਥੇ ਇੱਕ ਬਰਗੇਡ ਕਮਾਂਡਰ ਬਟਾਲੀਅਨ ਲੈ ਕੇ ਉੱਥੇ ਬੈਠਾ ਸੀ ਉਸ ਰਖਦੇ ਵਿੱਚ ਔਰ ਹਰ ਗੁਰਦੁਆਰੇ ਦੇ ਜਿੱਥੇ ਵੱਡੇ ਗੁਰਦੁਆਰੇ ਆ ਉੱਥੇ ਇੱਕ ਇੱਕ ਬਟਾਲੀਆਂ ਨੇ ਇਹਨਾਂ ਦੀ ਲਾਈ ਸੀ ਇੱਕ ਇੱਕ ਬਟਾਲੀਅਨ ਮੁਕਸਰ ਦੂਖ ਨਵਾਰਨ ਤੇ ਹੋਰ ਵੱਡੇ ਵੱਡੇ ਗੁਰਦੁਆਰਿਆਂ ਦੇ ਵਿੱਚ ਇਹਨਾਂ ਦੀ ਫੌਜ ਲਾਈ ਹੋਈ ਸੀ ਔਰ ਮੈਂ ਇੱਥੇ ਹੁਣ ਗਾਂਹ ਗੱਲ ਕਰਨ ਤੋਂ ਪਹਿਲਾਂ ਪੁੱਛਣਾ ਚਾਹਣਾ ਹੈ ਉਹ ਸਰਕਾਰ ਵਾਲਿਓ ਉਹ ਬੇਈਮਾਨੋ ਤੁਸੀਂ ਸੰਤ ਪਿੰਡ ਵਾਲੇ ਨੂੰ ਫੜਨਾ ਸੀ ਅੰਬਰਸਰ ਫੜਦੇ ਤੁਸੀਂ ਉਹਦਾ ਰਾਸ਼ਨ ਬੰਦ ਕਰ ਦਿੰਦੇ ਤੁਸੀਂ ਆ ਹੁਣ ਕਰੋਨਾ ਦੇ ਵਿੱਚ ਸਾਨੂੰ ਬੰਦ ਕਰਤਾ ਤੁਸੀਂ ਸਾਨੂੰ ਬੰਦ ਕਰ ਦਿੰਦੇ ਜਾਣੋ ਤੁਸੀਂ ਰਾਸ਼ਨ ਬੰਦ ਕਰ ਦਿੰਦੇ ਉੱਥੇ ਕੋਈ ਪਾਣੀ ਨਹੀਂ ਜਾਂਦਾ ਕੋਈ ਲੈਟਰਨ ਬਾਥਰੂਮ ਨਹੀਂ ਉੱਥੇ ਤੇ ਉਹਦਾ ਬੰਦ ਕਰਕੇ ਰਾਸ਼ਨ ਤੁਸੀਂ ਉਹਦੀ ਤਾਕਤ ਦੇਖ ਲੈਂਦੇ ਕਿਉਂ ਹੱਥ ਖੜੇ ਕਰਦਾ ਹੈ ਕਿ ਤੁਹਾਨੂੰ ਕੀ ਕਰਦਾ ਹੈ ਤੁਸੀਂ ਉਹਨੂੰ ਫੜ ਲੈਂਦੇ ਤੁਸੀਂ ਇੰਨੇ ਹਜ਼ਾਰਾਂ ਬੰਦਿਆਂ ਨੂੰ ਮਾਰ ਕੇ ਸ਼ਹੀਦ ਕਰਕੇ ਉਹ ਤੁਸੀਂ ਬੇਈਮਾਨੋ ਬੌਕਸਰ ਕੌਣ ਸੀ ਸੰਤ? ਦੂਖ ਨਿਵਾਰਨ ਕੌਣ ਸੀ? ਹੋਰ ਵੱਡੇ ਵੱਡੇ ਗਮਸਾੜੇ ਗੁਰਦਾਰਾਂ ਵਿੱਚ ਤੁਸੀਂ ਕੋੜੀ ਮਾਰ ਮਾਰ ਬੁੰਦੇ ਮਾਰਤੇ ਮੈਨੂੰ ਤੋ ਤ ਪੁੱਛਣਾ ਚਾਹਣਾ ਕੌਣ ਸੀ ਉੱਥੇ? ਫੇਰ ਤੁਸੀਂ ਏਡੀ ਸ਼ਰਮਨਾਕ ਇੱਕ ਜਰਨਲ ਨੇ ਲਿਖਿਆ ਕਿਤਾਬ ਵਿੱਚ ਚਾਹੇ ਉਹ ਜਿਉਂਦਾ ਹੋਵੇ ਜਾਂ ਮਰ ਗਿਆ ਹੋਵੇ ਮੈਨੂੰ ਇਸ ਗੱਲ ਦੀ ਨਹੀਂ ਕਿ ਉਹਨਾਂ ਦੇ ਭਾਈ ਤੋਂ ਅਸੀਂ ਪਛਾਣ ਕਰਾਈ। ਉਹ ਬੇਸ਼ਰਮਾ ਤੂੰ ਮੈਨੂੰ ਕਦੋਂ ਪਛਾਣ ਕਰਾਈ? ਤੁਹਾਡੀ ਤੁਹਾਡੀ ਖਬਰ ਸੁਣ ਕੇ ਤਾਂ ਮੈਂ ਉੱਥੇ ਸੰਤਾਂ ਦੀ ਪਛਾਣ ਕਰਨ ਵਾਸਤੇ ਗਿਆ ਤੁਹਾਡੇ ਜਰਨਲ ਤੱਕ ਨੇ ਤਾਂ ਕੋਈ ਅਫਸਰ ਨੂੰ ਨਹੀਂ ਦੱਸਿਆ ਨਾ ਮੈਨੂੰ ਕਿਸੇ ਨੇ ਪੁੱਛਿਆ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਅਸੀਂ ਉਹ ਤਾਂ ਪਛਾਣ ਕਰਾਈ ਕੀ ਤੁਸੀਂ ਮੇਰੀ ਪਛਾਣ ਤੇ ਭਰੋਸਾ ਕਰਦੇ ਸੀ ਕੀ ਸੰਤ ਪਿੰਡਾਂ ਵਾਲੇ ਦਾ ਭਰਾ ਦੇ ਕਹਿਣ ਤੇ ਤੁਸੀਂ ਇਹ ਗੱਲ ਮੰਨ ਸਕਦੇ ਸੀ ਇਹ ਤੁਸੀਂ ਆਪ ਦੀਆਂ ਜਰਸੀਆਂ ਜਿੱਨੇ ਤੁਹਾਡੇ ਡਾਕਟਰ ਸੀ ਉੱਥੇ ਡਾਕਟਰ ਸੀ ਵੱਡੇ ਅਫਸਰ ਸੀ ਮੈਨੂੰ ਪਤਾ ਹੈ ਉਹਨਾਂ ਤੋਂ ਜਿਹੜੇ ਸੰਸਥਾ ਕੋਲੇ ਡਾਕਟਰ ਪਹਿਲਾਂ ਜਾਂਦਾ ਸੀ ਕੋਈ ਤੁਸੀਂ ਸਾਰਿਆਂ ਤੋਂ ਪਛਾਣ ਕਰਾ ਕੇ ਫਿਰ ਤੁਸੀਂ ਇੰਦਰਾ ਗਾਂਧੀ ਨੂੰ ਖੁਸ਼ ਕੀਤਾ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਹੋਈਆਂ ਇਹ ਬਹੁਤ ਹੀ ਭਿਆਨਕ ਤੇ ਮਾੜੀਆਂ ਹੁਣ ਗੱਲ ਕੀ ਹੋਈ ਹੁਣ ਮੈਂ ਕੌਮ ਨੂੰ ਤੇ ਆਹ ਮੇਰੇ ਵੀਰਾਂ ਨੂੰ ਬਾਹਰ ਲਿਆ ਨੂੰ ਬੇਨਤੀ ਕਰਨੀ ਚਾਹੁੰਦਾ ਤੇ ਹੌਸਲੇ ਭਰੀ ਗੱਲ ਇਹ ਦੱਸਦਾ ਕਿ ਜਦੋਂ ਲੜਾਈ ਹੁੰਦੀ ਹੈ ਉਹਦੇ ਤਿੰਨ ਪਹਿਲੂ ਹੁੰਦੇ ਆ ਉਹਦਾ ਕਾਰਨ ਘਟਣਾਵਾ ਤੇ ਪਰਿਨਾਮ ਇਹ ਸੰਤ ਚਰਨਾਰ ਸਿੰਘ ਪਿੰਡਾਂ ਵਾਲਿਆ ਲੜਨ ਦੀ ਕੋਈ ਇੱਛਾ ਨਹੀਂ ਸੀ ਰੱਖਦਾ ਇਹਦਾ ਕਾਰਨ ਬਣਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਲੈ ਕੇ ਗੁਰੂ ਨਾਨਕਨਵਾਸ ਵਿੱਚ ਲੈ ਗਈ ਉੱਥੇ ਧਰਮ ਯੁੱਧ ਮੋਰਚਾ ਲਾਇਆ ਬੇਈਮਾਨ ਸਰਕਾਰ ਨੇ ਉਸ ਚੜਤ ਨੂੰ ਸਵੀਕਾਰ ਨਹੀਂ ਕੀਤਾ ਉਹਨਾਂ ਦੇ ਜਿਹੜੇ ਅਸਲੀ ਕਾਲੀਆਂ ਦੇ ਪੰਥਕ ਮੁੱਦੇ ਸੀ ਉਹ ਨਹੀਂ ਮੰਨੇ ਜਿਵੇਂ ਫਰਸ ਰੂਪ ਉਹਨਾਂ ਨੇ ਬਹਾਨਾ ਬਣਾ ਕੇ ਤੇ ਕਾਲੀਆਂ ਨੂੰ ਹੱਥ ਟੋਕਾ ਬਣਾ ਕੇ ਉਹਨਾਂ ਦੀ ਹੈਲਪ ਲੈ ਕੇ ਇਹ ਜਿਹੜਾ ਉਹਨਾਂ ਨੇ ਉੱਥੇ ਹਮਲਾ ਕੀਤਾ ਇਹ ਕਾੜੀ ਕਰਤੂਤ ਤੇ ਇਹ ਕਾਲਾ ਜਿਹੜਾ ਇਤਿਹਾਸ ਹੈ ਇਹ ਸਾਡੀ ਹਿੰਦੁਸਤਾਨ ਦੀ ਫੌਜ ਦਾ ਵਿਸ਼ਵ ਦੇ ਵਿੱਚ ਕਾਲਾ ਧੱਬਾ ਜਿਹੜਾ ਲੈ ਨਹੀਂ ਸਕਦਾ ਇਹ ਆਪਦੇ ਆਪ ਤਾਂ ਖੁਸ਼ ਹੋਏ ਐ ਤੇ ਦੂਜੀ ਗੱਲ ਸਾਡੇ ਨੌਜਵਾਨ ਸ਼ਹੀਦ ਹੋ ਗਏ ਦਰਬਾਰ ਸਾਹਿਬ ਦੀ ਅਗਨ ਨਾਲ ਲਟਾ ਲਟ ਮਲ ਗਿਆ ਅਕਾਲ ਤਖਤ ਤੈ ਗਿਆ ਮੈਂ ਸਰਕਾਰ ਨੂੰ ਹੁਣ ਵੀ ਇਹ ਗੱਲ ਕਹਿਣਾ ਹੈ ਕਿ ਸਰਕਾਰ ਅਕਾਲ ਤਖਤ ਦਾ ਪ੍ਰਿੰਸੀਪਲ ਮਰਜਾਦਾ ਅਸੂਲ ਕਦੇ ਕਤਲ ਨਹੀਂ ਹੁੰਦੇ ਜੇ ਕਤਲ ਹੁੰਦੇ ਤਾਂ ਮੱਸੇ ਰੰਗਣ ਵਰਗੇ ਜੋ ਲੋਕ ਇੱਥੇ ਰਾਜ ਭਾਗ ਕਰਦੇ ਉਹਨਾਂ ਦੇ ਸਿਰ ਨਾ ਵੱਢੇ ਜਾਂਦੇ ਇਹ ਸਾਡਾ ਇਤਿਹਾਸ ਪੜੋ ਕਿ ਅਕਾਲ ਤਖਤ ਦੀ ਸਿਰਜਣਾ ਕਿਉਂ ਕੀਤੀ ਗਈ ਹੈ ਗੋਲਡਨ ਵਾਇਰ ਹਰਮੰਦਰ ਸਾਹਿਬ ਤਾਂ ਪਹਿਲਾਂ ਬਣਿਆ ਸੀ ਭਗਤੀ ਪੂਜਾ ਤਾਂ ਅਸੀਂ ਉੱਥੇ ਕਰੀ ਜਾਂਦੇ ਸੀ ਤੇ ਅਕਾਲ ਤਖਤ ਬਣਾਉਣ ਦੀ ਲੋੜ ਕੀ ਪਈ ਤੁਸੀਂ ਕਦੇ ਵਿਚਾਰ ਕਰੋ 6ਵੇਂ ਪਾਤਸ਼ਾਹ ਨੇ ਅਕਾਲ ਤਖਤ ਦੀ ਸਿਰਜਣਾ ਕੀਤੀ ਰਾਜ ਭਾਗ ਲਈ ਤੇ ਕੀਤੀ ਕਿੱਥੇ ਬਹੁਤੀ ਕਿਲੋਮੀਟਰ ਦੂਰ ਨਹੀਂ ਕੀਤੀ ਹਰਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਤਾਂ ਕਿ ਮੇਰਾ ਖਾਲਸਾ ਜ਼ੁਲਮ ਦਾ ਟਾਕਰਾ ਕਰੇ ਗਰੀਬ ਦੀ ਰੱਖਿਆ ਕਰੇ ਬਹੁ ਪੇਟੀ ਦੀ ਇੱਜ਼ਤ ਮਰਜ਼ਾਦਾ ਮੁਤਾਬਕ ਚੱਲੇ ਗੁਰੂ ਨਾਨਕ ਮਿਸ਼ਨ ਤੇ ਮੁਤਾਬਕ ਚੱਲੇ ਫਿਰਕਾ ਪਰਸਤੀ ਨਾ ਕਰੇ ਤੇ ਮੇਰਾ ਖਾਲਸਾ ਹਲੀਮੀ ਰਾਜ ਕਰੇ ਇਹ ਇਹ ਜਿਹੜਾ ਜਿਹੜਾ ਮੇਰਾ ਜਥੇਦਾਰ ਕਾਲ ਤਖਤੋਂ ਉਹ ਜਦੋਂ ਹੁਕਮਨਾਮਾ ਪੜ ਕੇ ਸੁਣਾਉ ਉਹ ਹਰਿਮੰਦਰ ਸਾਹਿਬਾਂ ਨਿਗਾਹ ਰੱਖੇ ਕਿ ਹਰਿਮੰਦਰ ਸਾਹਿਬ ਦੀ ਮਰਜ਼ਾਦਾ ਕੀ ਕਹਿੰਦੀ ਹੈ ਉਹ ਸਰਕਾਰ ਦੇ ਦਬਾਅ ਦੇ ਥੱਲੇ ਆ ਕੇ ਹੁਕਮਨਾਮੇ ਜਾਰੀ ਨਾ ਕਰੇ ਇਹ ਮਾ ਹਣ ਵਾਲੇ ਲੋਕਾਂ ਨੂੰ ਵੀ ਕਹਿਣਾ ਹੈ ਇਹ ਇਸ ਕਰਕੇ ਬਣਾਇਆ ਨੇੜੇ ਕਿ ਅਥਾਨ ਤੱਕ ਦੇ ਜਥੇਦਾਰ ਸਹਿਬਾਨ ਜਦੋਂ ਤੁਸੀਂ ਹੁਕਮਨਾਮੇ ਜਾਰੀ ਕੌਮ ਲਈ ਕਰਨਾ ਹੈ ਉਦੋਂ ਹਰਮੰਦਰ ਸਾਹਿਬ ਨੂੰ ਦੇਖੋ ਕਿ ਮਰਜਾਦਾ ਕੀ ਕਹਿੰਦੀ ਹੈ ਤੁਸੀਂ ਉਦੋਂ ਮਾਫੀਆਂ ਨਾ ਕਿਸੇ ਨੂੰ ਦਿਓ ਕਿਸੇ ਗੱਲ ਤੋਂ ਬਗੈਰ ਮਰਜਾਦਾ ਦੀ ਲੰਘਣਾ ਕਰੋ ਨਾ ਕਿਉਂਕਿ ਇੱਥੇ ਤਾਂ ਕੋੜੜੇ ਖਾਦੇ ਆ ਇਹ ਤਾਂ ਮਰਜ਼ਾਦਾ ਦੇ ਮੁਤਾਬਕ ਇੱਥੇ ਤਾਂ ਸਜਾਵਾਂ ਕੱਟੀਆਂ ਇੱਥੇ ਤਾਂ ਲੇਥ ਚੱਕੀ ਆ ਮਰਜ਼ਾਦਾ ਨੂੰ ਕਾਇਮ ਰੱਖਣ ਲਈ ਮਹਾਰਾਜ ਰঞ্জੀਤ ਸਿੰਘ ਨੇ ਮਰਜ਼ਾਦਾ ਨੂੰ ਕਾਇਮ ਰੱਖਿਆ ਸੋ ਕੁਝ ਬੰਦਿਆਂ ਤੋਂ ਗਲਤੀਆਂ ਹੋਈਆਂ ਇਹ ਮੈਂ ਗੱਲ ਥਾਂ ਦੱਸੀ ਕਿ ਅੱਗੇ ਵਾਸਤੇ ਗਲਤੀ ਨਾ ਕਰੋ ਸੰਤ ਪਿੰਡਰਾਂ ਵਾਲਾ ਇਹੋ ਜੀ ਗੱਲ ਗਲਤੀ ਨਾ ਕਰ ਸਕਦਾ ਸੀ ਨਾ ਕਿਸੇ ਕੀਲ ਵਿੱਚ ਆਇਆ ਬੜੀ ਕੋਸ਼ਿਸ਼ ਕੀਤੀ ਗਈ ਕਿ ਤੁਸੀਂ ਐ ਕਰ ਲਓ ਤੁਸੀਂ ਐ ਕਰ ਲਓ ਤੇ ਇਹਨਾਂ ਨੇ ਸੋਚਿਆ ਕਿ ਇਦੋਂ ਪਹਿਲਾਂ ਸਾਡੀਆਂ ਪਾਲਸੀਆਂ ਕਾਮਯਾਬ ਰਹੀਆਂ ਡਰ ਦੇ ਕੇ ਕਾਮਯਾਬ ਅਸਿਕ ਬਣਦੇ ਰਹੇ ਲਾਲਚ ਦਿੰਦੇ ਰਹੇ ਪਰ ਹੁਣ ਕਾਮਯਾਬੀ ਨਹੀਂ ਮਿਲੀ ਤੇ ਹਮਲਾ ਹੋ ਗਿਆ ਇਹ ਵੀ ਵੱਡਾ ਕਾਰਨ ਸੀ ਘਟਨਾਵਾਂ ਘਟੀਆਂ ਤੇ ਪ੍ਰਨਾਮ ਕੀ ਨਿਕਲਿਆ ਪ੍ਰਨਾਮ ਇਹ ਨਿਕਲਿਆ ਜਿਸ ਬੇਈਮਾਨ ਦਰਾਗਾਂਦੀ ਨੇ ਦਰਬਾਰ ਤੇ ਹਮਲਾ ਕੀਤਾ ਉਹ ਸਾਡੇ ਵੇਂਦਿਆਂ ਸਾਡੇ ਨੌਜਵਾਨ ਦੇ ਵੇਂਦਿਆਂ ਉਹਦੇ ਘਰ ਵਿੱਚ ਜਾ ਕੇ ਮਾਰਿਆ ਕਿ ਉਹ ਇਹ ਨਾ ਕਵੇ ਕਿ ਕੋਈ ਸਾਡ ਨਾਲ ਧੋਖਾ ਕੀਤਾ ਸਾਨੂੰ ਧੋਖੇ ਨਾਲ ਮਾਰਤਾ ਉਹਦੇ ਘਰ ਵਿੱਚ ਜਾ ਕੇ ਉਹਨੂੰ ਮਾਰਿਆ ਤੇ ਜਰਨਲ ਵੈਦਿਆ ਜਿਹਦੇ ਨਾਲ ਜੈਡ ਕਾਰਡ ਲੱਗੀ ਹੈ ਪ੍ਰੋਟੈਕਸ਼ਨ ਲੱਗੀ ਹੈ ਪੂਨੇ ਦੇ ਵਿੱਚ ਜਾ ਕੇ ਉਹਨੂੰ ਜਾ ਕੇ ਮਾਰਿਆ ਜੇ ਸਬਕ ਨਹੀਂ ਅਜੇ ਸਿੱਖੋਗੇ ਤਾਂ ਗਾਂ ਫਿਰ ਜ਼ਿੰਦਗੀ ਬੜੀ ਲੰਬੀ ਹੈ ਬੱਚੇ ਗਾਨ ਤੁਹਾਡੇ ਵੀ ਸਾਰਿਆਂ ਦੇ ਆਪਣੇ ਸਾਂਝੇ ਆ ਦੇਸ਼ ਦੇ ਇਹ ਗੱਲਾਂ ਨੂੰ ਸਮਝੋ ਕਿ ਇਹ ਜਿਹੜੇ ਨੌਜਵਾਨ ਐ ਪੀ ਐਚ ਡੀ ਪੜ੍ਹੇ ਲਿਖੇ ਨੌਜਵਾਨਾਂ ਨੇ ਸਾਲਟਾਂ ਕਿਉਂ ਚੱਕੀਆਂ ਮੈਂ ਹਰ ਸਟੇਜਾਂ ਤੇ ਕਹਿਣਾ ਕਦੇ ਤੁਸੀਂ ਇਹ ਸੋਚਿਆ ਹੀ ਨਹੀਂ ਕਿ ਇਹ ਨੌਜਵਾਨ ਇਹ ਸਰਾਹ ਤੇ ਕਿਉਂ ਪੈ ਗਏ ਇਹਨਾਂ ਨਾਲ ਟੇਬਲ ਤੇ ਗੱਲ ਕਰੋ ਬਹਿ ਕੇ ਗੱਲ ਕਰੋ ਕੀ ਚਾਹੁੰਦੇ ਐ ਤੁਸੀਂ ਜੇ ਨਹੀਂ ਕੁਝ ਦੇ ਸਕਦੇ ਵੀ ਆ ਅਸੀਂ ਦੇ ਸਕਦੇ ਐ ਆਹ ਦੇ ਸਕਦੇ ਆ ਨਹੀਂ ਦੇ ਸਕਦੇ ਕੋਈ ਡਿਸਕਸ ਕਰੋ ਤੁਸੀਂ ਪਾਪਿਓ ਇੱਕੋ ਗੱਲ ਕਰ ਲਈ ਕਿ ਇਹਨਾਂ ਨੂੰ ਵੱਢ ਦਿਓ ਮਾਰ ਦਿਓ ਕਿੰਨੇ ਮਾਰੋਗੇ ਕੀ ਕੰਨ ਖਤਮ ਹੋ ਗਈ ਕਿੰਨੇ ਸਾਲ ਹੋ ਗਏ ਆ ਜਸੰਤ ਜਮਾਲ ਸਿੰਘ ਪਿੰਡਰਾਲੇ ਨੂੰ ਤੁਸੀਂ ਦੇਖੋਗੇ ਜਿਵੇਂ ਜਿਵੇਂ ਸਮਾਂ ਵਧੂਗਾ ਉਹਦੀਆਂ ਜੜਾਂ ਪਤਾਲ ਵਿੱਚ ਚਲੀਆਂ ਗਈਆਂ ਕਿਉਂਕਿ ਗੁਰੂ ਮਹਾਰਾਜ ਦੇ ਗੁਰਸਿੱਖ ਤਾਂ ਗੁਰੂ ਦੇ ਹੁੰਦੇ ਆ ਉਹਦੀਆਂ ਜੜਾਂ ਦਾ ਤਾਂ ਕੋਈ ਅੰਤ ਹੀ ਨਹੀਂ ਉਹਨੂੰ ਕੌਣ ਪੜ ਸਕਦਾ ਸੋ ਇਹਸ ਕਰਕੇ ਅੱਗੇ ਵਾਸਤੇ ਮੈਨੂੰ ਦੱਸਣਾ ਕੋਈ ਜਜ਼ਬਾਤੀ ਗੱਲ ਨਹੀਂ ਅੱਗੇ ਵਾਸਤੇ ਇਹ ਰਾਇਆ ਕਿ ਤੁਸੀਂ ਆਪ ਦੇ ਦੇਸ਼ ਨੂੰ ਬਚਾਉਣ ਲਈ ਇਸ ਕੌਮ ਨੂੰ ਭਰੋਸੇ ਵਿੱਚ ਲਾ ਲਓ ਇਸ ਕੌਮ ਨੂੰ ਅੰਗਰੇਜ਼ਾਂ ਨੇ ਭਰੋਸੇ 'ਚ ਲਿਆ ਤੇ ਜੰਗਾਂ ਜਿੱਤੀਆਂ ਉਹ ਦਾੜੀ ਨਹੀਂ ਕਟਾਉਣ ਦਿੰਦੇ ਸੀ ਇਹਨਾਂ ਦੀ ਦਾੜੀ ਰਖਾਉਂਦੇ ਸੀ ਅੰਮ੍ਰਿਤ ਛਕਾਉਂਦੇ ਸੀ ਸਰਕਾਰ ਵਾਲਿਓ ਤੁਸੀਂ ਅੰਮ੍ਰਿਤ ਛਕਾਉਣਾ ਬੰਦ ਕਰਤਾ ਸਾਡੇ ਲੀਡਰ ਨੂੰ ਤਾਂ ਪਤਾ ਹੀ ਨਹੀਂ ਕਿ ਸਾਡੀ ਫੌਜ ਨੂੰ ਅੰਮ੍ਰਿਤ ਨਹੀਂ ਛਕਾਇਆ ਜਾਂਦਾ ਤੁਸੀਂ ਉੱਥੇ ਵਾਗੇ ਬਾਡਰ ਤੇ ਜਕਾਰਾ ਨਹੀਂ ਛੱਡਣ ਦਿੰਦੇ ਜਕਾਰਾ ਕੀ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਿ ਜਿਹੜਾ ਬੋਲੂ ਉਹ ਨਿਹਾਲ ਹੋ ਉਹ ਕਿਹੜੀ ਕੌਮ ਦਾ ਹੈ ਉਹ ਕੀ ਦਾ ਹੈ ਕਿਹੜੇ ਫਿਰਕੇ ਦਾ ਹੈ ਉੱਥੇ ਬੰਦੇ ਮਾਤਰਮ ਕਹਿੰਦੇ ਆ ਅਸੀਂ ਨਹੀਂ ਕਹਿੰਦੇ ਨਾ ਕਹੋ ਜੈ ਮਾਤਾ ਦੀ ਕਹੋ ਉਹ ਤੁਸੀਂ ਜਕਾਰਾ ਛੱਡਣ ਨੂੰ ਸਾਨੂੰ ਬੰਦ ਕਰਦੇ ਆ ਮੈਂ ਉਸ ਬਾਰਡਰ ਤੇ ਲੜਾਈ ਲੜੀ ਕਤਰ ਦੇ ਮੋਰਚੇ ਮੇਰੇ ਬਣਾਏ ਉੱਥੇ ਉੱਥੇ ਕੌਣ ਸੀ ਸੋਇਸ ਕਰਕੇ ਇਹਨਾਂ ਨੂੰ ਭਰੋਸੇ ਵਿੱਚ ਲੈ ਕੇ ਅੱਗੇ ਵਾਸਤੇ ਆਪਾਂ ਦੇਸ਼ ਨੂੰ ਬਚਾਉਣਾ ਹੈ ਚੰਗੀ ਗੱਲ ਬਣੂਗੀ ਪੁੱਛ ਲੋ ਹੁਣ ਮੈਂ ਬਾਹਰਲੇ ਦੇਸ਼ ਵਿਦੇਸ਼ਾਂਾਂ ਮੇਂ ਬੇਰਤੀ ਕਰਾਂ ਇਹਨੂੰ ਗੌਰ ਨਾਲ ਸੁਣ ਲੋ ਨੌਜਵਾਨੋ ਕਿ ਜਦੋਂ ਕੋਈ ਲੜਾਈ ਖਤਮ ਹੁੰਦੀ ਹੈ ਜਾਂ ਕੋਈ ਘਰ ਦਾ ਕੰਮ ਜਾਂ ਕੋਈ ਸੰਘਰਸ਼ ਖਤ ਹੁੰਦਾ ਹੈ ਉਹਦਾ ਲੇਖਾ ਜੋਖਾ ਕਰੀਦਾ ਹੈ ਕਿ ਇਹਦੇ ਵਿੱਚ ਕੀ ਗਲਤੀਆਂ ਹੋਣ ਤਾਈਆਂ ਸੀ ਕੀ ਚੰਗੇ ਨੁਕਤੇ ਸੀ ਕਿਸ ਕਾਰਨਕ ਸੰਘਰਸ਼ ਵਿੱਚ ਜਿੱਤ ਹੋਈ ਕਿਸ ਕਾਰਨ ਹਾਰ ਹੋਈ ਕਿੰਨੇ ਘਾਟੇ ਪਏ ਕਿੰਨੇ ਵਾਅਦੇ ਹੋਏ ਇਹ ਸਿਆਣੇ ਬੁੱਧੀਜੀਵੀ ਲੋਕ ਇਸ ਦੀ ਅਨਾਲਿਸਿਸ ਕਰਦੇ ਆ ਸੈਮੀਨਾਰ ਕਰਦੇ ਆ ਮੀਟਿੰਗਾਂ ਕਰਦੇ ਆ ਮੈਂ ਪਰੇਮਾਨ ਨਾਲ ਤੁਹਾਨੂੰ ਕਹਿਣਾ ਮੈਨੂੰ ਇਸ ਹਿਸਟਰੀ ਦਾ ਬਹੁਤ ਪਤਾ ਹੈ ਆਪਾਂ ਇਸ ਤੇ ਵਿਚਾਰ ਨਹੀਂ ਕੀਤੀ ਤੇ ਜੇ ਵਿਚਾਰ ਕੀਤੀ ਤੇਰੇ ਤੇ ਪਹਿਰਾ ਨਹੀਂ ਕੀਤਾ ਸਾਨੂੰ ਦੁਸ਼ਮਣ ਨੇ ਤਾਂ ਮਾਰਨਾ ਸੀ ਦਸ਼ਮਣ ਤੋਂ ਵੱਧ ਮੈਂ ਤੁਹਾਨੂੰ ਪੱਕੇ ਭਰੋਸੇ ਨਾਲ ਕਹਿ ਸਕਦਾ ਕਿ ਆਪਾਂ ਆਪਸ ਵਿੱਚ ਮਰੇ ਆ ਇਹ ਸੰਘਰਸ਼ ਸਰਕਾਰ ਕਦੇ ਫੇਲ ਨਹੀਂ ਸੀ ਕਰ ਸਕਦੀ ਸੰਤ ਚਰਨੈਲ ਸਿੰਘ ਪਿੰਡਰਾਵਲੇ ਨੂੰ ਸ਼ਹੀਦ ਕਰਨ ਤੋਂ ਮਗਰੋਂ ਇਹ ਸੰਘਰਸ਼ ਸ਼ਿਖਰਾਂ ਤੇ ਫਿਰ ਪਹੁੰਚ ਗਿਆ ਸੀ ਇਹ ਸੰਘਰਸ਼ ਨੇ ਯੋਧਿਆਂ ਨੇ ਆਪਣੀਆਂ ਕੁਰਬਾਨੀਆਂ ਕਰਕੇ ਸਰਕਾਰ ਦੇ ਨੱਕ ਵਿੱਚ ਧਮ ਕਰਤਾ ਸੀ ਸਰਕਾਰ ਫੇਰ ਤੁਹਾਡੀਆਂ ਮੰਗਾ ਮੰਨਣ ਨੂੰ ਤਿਆਰ ਹੋਈ ਬੈਠੀ ਸੀ ਪਰ ਤੁਹਾਡੀ ਫਿੱਟ ਫੁੱਟ ਦੇ ਕਾਰਨ ਸਰਕਾਰ ਕੇਸਲ ਮਾਰੀ ਬੈਠੀ ਸੀ ਮੈਨਾਂ ਟਾਈਮ ਨਹੀਂ ਕਰਦਾ ਗੱਲਾਂ ਦੱਸ ਸਕਾਂ ਕਿ ਸਰਕਾਰ ਕੋਲ ਕਿਹੜੇ ਕਿਹੜੇ ਬੰਦੇ ਸਾਰੀਆਂ ਜਥੇਬੰਦੀਆਂ ਦੇ ਜਾ ਕੇ ਅਲੱਗ-ਨਾਕ ਮਿਲਦੇ ਸੀ ਸਰਕਾਰ ਨੂੰ ਤੁਹਾਡੇ ਪੋਲਾਂ ਦਾ ਪਤਾ ਲੱਗਿਆ ਤੇ ਸਰਕਾਰ ਚੁੱਪ ਕਰਕੇ ਕੇਸਲ ਵੱਟ ਕੇ ਰਹੀ ਤਾਂ ਉਸ ਤੋਂ ਮਗਰੋਂ ਭਰਾ ਮਾਰੂ ਜੰਗ ਕਰਤੀ ਉਹ ਤੁਸੀਂ ਜਿਹੜੇ ਅਮਰਤਾਰੀ ਸੇਖੋ ਚਿਨਾ ਦੇ ਨਾਲ ਲੋਕ ਇੱਥੋਂ ਦੇ ਅਮਰਤਾਰੀ ਲੋਕ ਚੱਲ ਰਿਹਾ ਹੈ ਉਹਨਾਂ ਨੂੰ ਮਾਰ ਕੇ ਤੁਸੀਂ ਉਹਨਾਂ ਦੀ ਜ਼ਿੰਮੇਵਾਰੀ ਕਬੂਲੀ ਤੁਸੀਂ ਵੱਡੇ ਉੱਥੋਂ ਦੇ ਜਰਨਲ ਬਣੇ ਅੱਜ ਤੁਸੀਂ ਆ ਕੇ ਸਾਰੇ ਦੇ ਸਾਰਿਆਂ ਜਰਨਲ ਕੋਈ ਮਰ ਗਿਆ ਤੇ ਕੋਈ ਇੱਥੇ ਹੈਗਾ ਤੁਹਾਡੀ ਬੋਲੀ ਹੋ ਗਈ ਬੰਦੋ ਇਹ ਵਾ ਭਰੇ ਮਾਰਨਾ ਤਾਂ ਗੱਲਾਂ ਕਰਦਾ ਜੇ ਤੁਸੀਂ ਇਹੀ ਕੰਮ ਕਰਨਾ ਸੀ ਮੁੰਡੇ ਕਿਉਂ ਮਾਰਤੇ ਤੁਸੀਂ ਵਿਰੋਧ ਨਾ ਕਰਦੇ ਸਾਡੇ ਲੋਕ ਭੋਲੇ ਮੀਰੇ ਦੀਆਂ ਗੱਲਾਂ ਸੁਣ ਕੇ ਸਾਨੂੰ ਕਿਸੇ ਨੇ ਕਹਤਾ ਤੁਸੀਂ ਰਾਹ ਦੇ ਰੋੜੇ ਨਾ ਬਣੋ ਸਾਡੇ ਮੁੰਡਿਆਂ ਨੇ ਕਹਤਾ ਤੁਸੀਂ ਘਰ ਬਹਿ ਜਾਓ ਅਸੀਂ ਚੁੱਪ ਕਰਕੇ ਬਹਿ ਗਏ ਕਿ ਲਓ ਹੁਣ ਤੁਸੀਂ ਅੱਗੇ ਵਧੋ ਜੋ ਕੁਝ ਕਰਨਾ ਕਰੋ ਅਗਵਾਈ ਕਰੋ ਕੌਮ ਦੀ ਜਿਸ ਦਿਨ ਇਹ ਚੜ੍ਹਤ ਸਾਡੀ ਆਈ 98 ਵਿੱਚ ਅਸੀਂ ਸਾਰੀਆਂ ਸੀਟਾਂ ਜਿੱਤੀਆਂ ਹਿੰਦੁਸਤਾਨ ਦੀ ਪੰਜਾਬ ਪਾਰਲੀਮੈਂਟ ਦੀਆਂ ਪੰਜਾਬ ਦੀਆਂ 11 ਸੀਟਾਂ ਅਸੀਂ ਜਿੱਤੀਆਂ ਤੇ ਦੂਜੀਆਂ ਬੰਦਿਆਂ ਨੂੰ ਅਸੀਂ ਹੈਲਪ ਕੀਤੀ ਲਾਖੇ ਦੀ ਤੇ ਅੰਮ੍ਰਿਤਸਰ ਕਿਉਂਕਿ ਮੈਂ ਮੇਰੇ ਹੱਥਾਂ ਨਾਲ ਇਹ ਸਾਰਾ ਕੰਮ ਹੋਇਆ ਮੇਰੇ ਪਿਤਾ ਜੀ ਹੋਰ ਗੁਰਦੀਪ ਸਿੰਘ ਪਟੰਡਾ ਹੋਰ ਲੋਕ ਸੀਗੇ ਸਾਡੇ ਨਾਲ ਇਹ ਜਿੱਤ ਕੇ ਤੇ ਮੇਰੇ ਪਿਤਾ ਜੀ ਦਾ ਸਾਡੇ ਨਾਲ ਵਾਦਾ ਸੀ ਪੰਥ ਨਾਲ ਕਿ ਮੈਂ ਸਿਮਰਨਜੀਤ ਸਿੰਘ ਬਾਦ ਨੂੰ ਬਾਹਰ ਲਿਆਉਣਾ ਹੈ ਸਾਡੇ ਨਾਲ ਮੀਟਿੰਗਾਂ ਹੋਈਆਂ ਕਿ ਅਸੀਂ ਉਹਨੂੰ ਮੰਨ ਲਾਂਗੇ ਤੇ ਇੱਕ ਪਰਚੀ ਡਿਊ ਬਣਾ ਦਿਓ ਤੇ ਮੇਰੀ ਤੇ ਮੇਰੇ ਪਿਤਾ ਜੀ ਦੋਨਾਂ ਦੀ ਮੀਟਿੰਗ ਹੋਈ ਤਾਂ ਮੈਂ ਇਹਨੂੰ ਬਾਪੂ ਜੀ ਕਹਿੰਨ ਲੱਗੇ ਅਰਚਨ ਸਿਆ ਇਹ ਪਰਚੀ ਡਿਊ ਬਣਾ ਕੇ ਬਾਹਰ ਕਰਨਾ ਚਾਹੁੰਦੇ ਆ ਮੈਨੂੰ ਤੇ ਬਾਣ ਨੂੰ ਅੰਦਰ ਰੋਲ ਦੇਣਗੇ ਤੇ ਪਰਚੀ ਡਿਊ ਬਣਾ ਕੇ ਬਾਣ ਅੰਦਰ ਹੈ ਤੇ ਉਹਨੇ ਬਾਹਰ ਨਹੀਂ ਆਉਣਾ ਤੇ ਇਹ ਖਤਮ ਕਰ ਦੇਣਗੇ ਕੰਮ ਨੂੰ ਤੇ ਮੈਂ ਤੈਨੂੰ ਇਹ ਕਹਿਣਾ ਜਦੋਂ ਤੱਕ ਮਾਨ ਬਾਹਰ ਨਹੀਂ ਆਉਂਦਾ ਮੈਂ ਕਿਸੇ ਨੂੰ ਨਹੀਂ ਮੰਨਦਾ ਉਹ ਨਹੀਂ ਦੇਰ ਤੱਕ ਮੈਂ ਇਸ ਘਾਰੇ ਚਲਾਉਂਗਾ ਮਾਨ ਸਾਹਿਬ ਇਹ ਮੇਰੀਆਂ ਗੱਲਾਂ ਤੇਰੇ ਕੋਲ ਹੋਣਗੀਆਂ ਸੁਣ ਲੈ ਤਾਂ ਉਹ ਮੈਂ ਕਹਾ ਬਾਪੂ ਜੀ ਠੀਕ ਹੈ ਤਾਂ ਬਾਅਦ ਵਿੱਚ ਸਾਰਾ ਕੁਝ ਜਦੋਂ ਹੋ ਗਿਆ ਇਹ ਫਿਰ ਮਾਨ ਸਾਹਿਬ ਦੀ ਮੈਂ ਮੁਲਾਕਾਤ ਕੀਤੀ ਚਰਨ ਸਿੰਘ 누ਹਾਰਾ ਕਮਿਕਰ ਸਿੰਘ ਰਾਮ ਸਿੰਘ ਜਿਹੜੇ ਹੁਣ ਮਾਨ ਸਾਹਿਬ ਦੇ ਨਾਲ ਨਹੀਂ ਮੈਂ ਮਾਨ ਸਾਹਿਬ ਦੀਆਂ ਜਾਦਾ ਕੰਨਾ ਬਰਖਲਾਫੀਆਂ ਇਸ ਕਰਕੇ ਨਹੀਂ ਕਦੇ ਕੀਤੀਆਂ ਕਿ ਮੈਂ ਉਹਦੇ ਨਾਲ ਰਿਆ ਮੇਰੀ ਅਜੇ ਵੀ ਉਹ ਇੱਜ਼ਤ ਕਰਦਾ ਹੈ ਮੇਰਾ ਢਿੱਡ ਨਗਾ ਹੁੰਦਾ ਪਰ ਸੰਘਰਸ਼ ਵਿੱਚ ਜੋ ਕਾਟ ਆਈ ਉਹ ਮੈਨੂੰ ਰੋਣੇ ਰੋ ਪੈ ਰਿਹਾ ਮੈਂ ਉੱਥੇ ਭਾਗੜਪੁਰ ਜਾ ਕੇ ਦੀ ਮੁਲਾਕਾਤ ਵੀ ਕੀਤੀ ਸੀ ਉਹ ਕਈ ਉੱਥੇ ਵੀਕ ਪੁਆਇੰਟ ਵੀ ਸੀ ਇਹਦੇ ਪਰ ਉਹ ਚਲੋ ਜੋ ਕੁਝ ਕਰਦਾ ਇਹਨੇ ਕੀਤਾ ਜੋ ਕੁਝ ਕਰਨਾ ਸੀ ਉਕਮੇ ਕਰ ਹੁਣੀ ਕਿਮੇ ਕਰ ਸਿੰਘ ਹੁਣੀ ਚਰ ਸਿੰਘ ਲੋਹਾਰਾ ਆਰਾਮ ਸਿੰਘ ਉੜੀ ਜਾਣਦੇ ਆ ਜੋ ਉੱਥੇ ਕੁਛ ਹੋਇਆ ਇਹਨਾਂ ਨੂੰ ਜਦੋਂ ਇੱਥੇ ਬਾਹਰ ਆ ਗਏ ਬਾਹਰ ਆ ਕੇ ਇਹ ਆ ਗਏ ਇੱਥੇ ਤਾਂ ਇਹ ਆਉਣ ਤੇ ਪਿੰਡ ਰੋਡੇ ਵਿੱਚ ਆਏ ਤਾਂ ਉੱਥੇ ਗੁਰਦੇਵ ਸਿੰਘ ਜੀ ਕੌਂਕੇ ਤੇ ਬਾਬਾ ਜਗਿੰਦਰ ਸਿੰਘ ਜੀ ਤੇ ਮਾਨ ਸਾਹਿਬ ਇਹ ਬੈਠੇ ਥਿੰਨੇ ਗੱਲਾਂ ਬਾਤਾਂ ਚੱਲ ਪਈਆਂ ਕੌਂਕੇ ਸਾਹਿਬ ਯੋਧੇ ਸੰਤ ਚਨਹਰ ਸਿੰਘ ਯੋਧੇ ਤੋਂ ਮਗਰੋਂ ਜੇ 2 ਨੰਬਰ ਦੇ ਮੈਂ ਸਮਝਦਾ ਤਾਂ ਕੌਕੇ ਸਾਹਿਬ ਨੂੰ ਸਮਝਦਾ ਜਿਹੜਾ ਯੋਧਾ ਬੰਦਾ ਸੀ ਉਹ ਗੱਲਾਂ ਕਰਦੇ ਕਰਦੇ ਹਲੀਮੀਨਾ ਕਹਿੰਦੇ ਮਾਨ ਸਾਹਿਬ ਤੁਸੀਂ ਰਜੀਵ ਨਾਲ ਹੱਥ ਮਿਲਾ ਰਹੇ ਹਾਂ ਜਦੋਂ ਆਏ ਇਹ ਫੋਟੋ ਆਈ ਹੈ ਇਹ ਕਿਉਂ ਮਿਲਾਇਆ ਇਹ ਤੁਹਾਨੂੰ ਕੀ ਸੀ ਉਹ ਉੱਥੇ ਮਾਨ ਸਾਹਿਬ ਨੇ ਕਿਹਾ ਕਿ ਹਾਂ ਜੀ ਹਾਂ ਮਾਨ ਸਾਹਿਬ ਦੇ ਵਿੱਚ ਇਹ ਗੱਲ ਸੀਗੀ ਹਾਂ ਜੀ ਪਰ ਜਦੋਂ ਆਏ ਜੀ ਹੁਣ ਅਚਾਨਕ ਬੰਦਾ ਕੋਈ ਇੱਕਦਮ ਆਉਂਦਾ ਹੈ ਤਾਂ ਬੰਦਾ ਅਚਾਨਕ ਉੱਠ ਕੇ ਸਡਨਲੀ ਹੱਥ ਹੱਥ ਮੜਾ ਲੈਂਦਾ ਇਹ ਗੱਲ ਤਾਂ ਮੈਂ ਵੀ ਕੋਈ ਨਹੀਂ ਕੀਤਾ ਪਰ ਉਹ ਉਹ ਕਹਿੰਦਾ ਠੀਕ ਹੈ ਉਸ ਤੋਂ ਮਗਰੋਂ ਗੱਲਾਂ ਹੋਰ ਸ਼ੁਰੂ ਹੋ ਗਈਆਂ ਕਾਫੀ ਚਲੋ ਉਹ ਗੱਲਾਂ ਮੈਂ ਜ਼ਿਆਦਾ ਨਹੀਂ ਦੱਸਦਾ ਤਾਂ ਫੇਰ ਬਾਪੂ ਜੀ ਕਹਿਣ ਲੱਗੇ ਵੀ ਨੌਜਵਾਨਾ ਹੁਣ ਤੂੰ ਬਾਹਰ ਆ ਗਿਆ ਹੁਣ ਤੈਨੂੰ ਮੈਂ ਇਹ ਜ਼ਿੰਮੇਵਾਰੀ ਸੌਂਪਣੀ ਹੈ ਤੇ ਤੂੰ ਅਮਰਤ ਸ਼ਕਲਾ ਤੇ ਨਾਲ ਸਿੰਘ ਨੂੰ ਵੀ ਸ਼ਕਲਾ ਤੇ ਮਾਨ ਸਾਫ ਕੁਝ ਖੇਵੀਆਂ ਗੱਲਾਂ ਕਰ ਦਿੰਦੇ ਆ ਕਹਿੰਦੇ ਜੀ ਜੇ ਉਹ ਸ਼ਕੇ ਨਾ ਸ਼ਕੇ ਤਾਂ ਮੈਂ ਫਿਰ ਕੀ ਕਰੂੰਗਾ ਜੀ ਮੈਂ ਹੁਣ ਘਟੂੰਗਾ ਯਾਨੀ ਕਿਉਂਕਿ ਉਹ ਬੜੇ ਇਸ ਟੰਗੂ ਕੁਝ ਬੜੇ ਸਿੰਪਲ ਬੰਦੇ ਆ ਤੇ ਬਾਪੂ ਜੀ ਕਹਿੰਦੇ ਹੱਸ ਕੇ ਵੀ ਉਹ ਵੀ ਕਰੀਦਾ ਹੁੰਦਾ ਤੁਸੀਂ ਪ੍ਰਧਾਨ ਐ ਉਹ ਸ਼ੱਕ ਲੈਣਗੇ ਹੁਣ ਅਮਰਤ ਛੱਕੇ ਮਾਨ ਸਾਹਿਬ ਜਦੋਂ ਆਏ ਕੁਝ ਦਿਨਾਂ ਬਾਅਦ ਮੰਜੀ ਸਾਹਿਬ ਕੱਠ ਹੋਇਆ ਸਾਰੇ ਪੰਜਾਬ ਨੂੰ ਤੇ ਜਿਹੜੇ ਮਾਨ ਸਾਹਿਬ ਦੇ ਨਾਲ ਬੰਦ ਪਹਿਲੀ ਗੱਲ ਤਾਂ ਉਹਦੇ ਨਾਲ ਦੇ ਬੰਦੇ ਹੈ ਨਹੀਂ ਜਿਹੜੇ ਹੁਣ ਨੌਜਵਾਨ ਹੈ ਉਹ ਉਹਨਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਔਰ ਜਦੋਂ ਉੱਥੇ ਇਕੱਠ ਹੋਇਆ ਬਹੁਤ ਵੱਡਾ ਔਰ ਮੇਰੇ ਪਿਤਾ ਜੀ ਨੇ ਉੱਥੇ ਅਰਦਾਸ ਕਰਕੇ ਤੇ ਮਾਨ ਸਾਹਿਬ ਦੀ ਉੱਠ ਕੇ ਕਿਹਾ ਲਓ ਮਾਨ ਸਾਹਿਬ ਅੱਜ ਤੋਂ ਤੁਸੀਂ ਕੌਮ ਦੇ ਪ੍ਰਧਾਨ ਤੁਹਾਡੀਆਂ ਸੇਵਾਵਾਂ ਮੈਂ ਸਾਰੀਆਂ ਤੁਹਾਡੀ ਝੋੜੀ ਵਿੱਚ ਪਾਉਣਾ ਤੇ ਜਿਹੜੀ ਇਹਨੇ ਐਮਪੀ ਹੈ ਇਹ ਤੁਹਾਡੇ ਐਮਪੀ ਐ ਸ਼ਰੋਮਣੀ ਅਕਾਲੀ ਦਲ ਦਾ ਦਫ਼ਤਰ ਜਿਹੜਾ ਮਜੀਦੀ ਸਾਹਿਬ ਦੇ ਮਗਰ ਉਹ ਸਾਡੇ ਕੋਲ ਆ ਤੁਹਾਡਾ ਆ ਮੇਰੀ ਗੱਡੀ ਜਿਹੜੀ ਉਸ ਟਾਈਮ ਤੇ ਸੀ ਚਾਬੀਆਂ ਵੀ ਲੈ ਲਾ ਇਹ ਗੱਲ ਉੱਥੇ ਮਜੀਦੀ ਸਾਹਿਬ ਹੋਈ ਤੇ ਲੋਕਾਂ ਦੇ ਅੱਖਾਂ ਚੋਂ ਅੱਥੂ ਆ ਗਏ ਤੇ ਇਹ ਗੱਲ ਕਰਕੇ ਬਾਪੂ ਜੀ ਘਰੇ ਚਲੇ ਗਏ ਮਾਨ ਸਾਹਿਬ ਦਾ ਫਰਜ਼ ਇੱਥੇ ਸੀ ਕਿ ਉੱਥੇ ਕਹਿੰਦਾ ਕਿ ਬਾਬਾ ਜੀ ਮੈਂ ਤਾਂ ਅੰਦਰੋਂ ਆਇਆ ਜੇਲ੍ਹ ਚੋਂ ਮੈਨੂੰ ਕੀ ਪਤਾ ਤੁਸੀਂ ਸੰਘਰਸ਼ ਚਲਾਇਆ ਇੱਥੇ ਮੈਂ ਇਹ ਵੀ ਕਹਿਣਾ ਚਾਹਣਾ ਮਾਨ ਸਾਹਿਬ ਤੁਸੀਂ ਅੰਦਰ ਸੀ ਇਹ ਇਹ ਤੁਹਾਨੂੰ ਪਤਾ ਹੀ ਨਹੀਂ ਸੰਘਰਸ਼ ਕਿਵੇਂ ਚੱਲਿਆ ਕੀ ਹਜ਼ਾਰਾਂ ਬੰਦੇ ਸਾਡੇ ਨਾਲ ਮੁੰਡੇ ਆਪ ਮੁਹਾਰੇ ਚੰਡੀਗੜ੍ਹ ਨੂੰ ਆਪ ਮੁਹਾਰੇ ਸਾਡੇ ਸੰਘਰਸ਼ ਵਿੱਚ ਚਲਦੇ ਸੀ ਪੰਜਾਬ ਮਾਰਚ ਕੀਤਾ ਦੁਨੀਆ ਦੀ ਨੁਹਾਰ ਬਦਲਦੀ ਸੀ ਕਿੰਨਾ ਕੁਸ਼ ਕੀਤਾ ਉਹਦਾ ਪਤਾ ਨਹੀਂ ਕਿਉਂਕਿ ਤੁਸੀਂ ਅੱਖਾਂ ਨਾਲ ਦੇਖਿਆ ਨਹੀਂ ਔਰ ਉਹਦੇ ਕਾਰਨ ਜਿਹੜੀਆਂ ਸਾਰੀਆਂ ਸੀਟਾਂ ਜਿੱਤੀਆਂ ਤੁਹਾਡਾ ਫਰਜ਼ ਬਣਦਾ ਸੀ ਥੋੜੇ ਦੇਰ ਬਾਅਦ ਮਾਨ ਸਾਹਿਬ ਨੇ ਇੱਕ ਕਮੇਟੀ ਗਠਤ ਕਰ ਲਈ ਕਿ ਬਾਪੇ ਜੀ ਦੀਆਂ ਗਤੀਵਿਧੀਆਂ ਨੂੰ ਚੈੱਕ ਕਰੇ ਮੈਂ ਹੈਰਾਨ ਹੋ ਗਿਆ ਸਾਡੀ ਇੱਕ ਮੋਗੇ ਮੀਟਿੰਗ ਹੋਈ ਜਿਹਦੇ ਵਿੱਚ ਖਾਲੜਾ ਜਿਹੜਾ ਸੀ ਆਇਆ ਆਈਐਸ ਗੁਰਤੇਜ ਸਿੰਘ ਹੋਰ ਬੜੇ ਉਸ ਟਾਈਮ ਤੇ ਜਿਹੜੇ ਬੰਦੇ ਪੜ੍ਹੇ ਲਿਖੇ ਸਾਡੇ ਨਾਲ ਹੁੰਦੇ ਸੀ ਤੇ ਖਾਲੜਾ ਨੇ ਉੱਥੇ ਮੀਟਿੰਗ ਵਿੱਚ ਕਿਹਾ ਕਿਉਂਕਿ ਖਾਲੜਾ ਦਾ ਪਰਿਵਾਰ ਵੀ ਸੁਣਦੀ ਹੈ ਗੱਲ ਕਿ ਜਦੋਂ ਉੱਠ ਕੇ ਬੋਲਣ ਲੱਗਾ ਕਹਿੰਦਾ ਮੈਂ ਹਜ਼ਾਰਾਂ ਆਇਡੈਂਟੀਫਾਈ ਕਰਤੀਆਂ ਡੈਡ ਬਾਡੀਆਂ ਸਰੀਆਂ ਤੋਂ ਪਤਾ ਲੈ ਕੇ ਪਰ ਮੈਂ ਹੋ ਸਕਦਾ ਮੇਰੀ ਡੈਡ ਬਾਡੀ ਆਇਡੈਂਟੀਫਾਈ ਨਾ ਹੋਵੇ ਇਹ ਗੱਲ ਉਹ ਤੇ ਮੋਗੇ ਮਾਉ ਦੇ ਬੱਚਿਆਂ ਨੂੰ ਵੀ ਦੱਸੀ ਇਹ ਉਹਨੇ ਕਹੀ ਕਿ ਹੋ ਸਕਦਾ ਮੇਰੀ ਡੈਡ ਬਾਡੀ ਦੀ ਆਇਡੈਂਟੀਫਾਈ ਤੋਂ ਤੋ ਨਾ ਹੋਵੇ ਉਹ ਇਹ ਗੱਲ ਇੱਥੇ ਇੱਕ ਜਿਹੜੀ ਇਹ ਗੱਲ ਕਰਦਾ ਹੈ ਇਸੇ ਗੱਲ ਨੂੰ ਮੁਖਰਾ ਕੇ ਧਰਮੀ ਫੌਜੀ ਜਿਨ੍ਹਾਂ ਦੇ ਕੋਈ ਅੱਜ ਗੱਲ ਨਹੀਂ ਕਰਦਾ ਉਹ ਵੇਖੋ ਜੋ ਦੇ ਡਿਸਪਲਨ ਨੂੰ ਕੈਮਰਾ ਕੇ ਭੱਜੇ ਔਰ ਸਰਕਾਰ ਵਾਲਿਓ ਕੋਈ ਬੰਦਾ ਰਾਤ ਨਹੀਂ ਮਾਰਿਆ ਉਹਨਾਂ ਨੇ ਕੋਈ ਬੰਦਾ ਰਾਤ ਦੇ ਵਿੱਚ ਨਹੀਂ ਮਾਰਿਆ ਔਰ ਜੇ ਉਹ ਚਾਹੁੰਦੇ ਤਾਂ ਗੈਰ ਸਿੱਖ ਲੋਕਾਂ ਨੂੰ ਪਤਾ ਨੂੰ ਕਿੰਨੇ ਨੂੰ ਮਾਰ ਦਿੰਦੇ ਉਹਨਾਂ ਕੋਲੇ بڑا ਹਥਿਆਰ ਅਸਲਾ ਸੀ ਆ ਸਾਡੇ ਸੁਖੀਏ ਦੇ ਕੋਟ ਆ ਕੇ ਉਹਨਾਂ ਨੂੰ ਫੌਜ ਨੇ ਘੇਰਿਆ ਸੀ ਉਧਰ ਰਾஞ்சி ਚੋਂ ਚੱਲੇ ਮੈਂ ਪਟਿਆਲੇ ਜੇਲ੍ਹ ਉੱਥੇ 3 ਸਾਲ ਮੈਂ ਨਸੇ ਵੀ ਕੱਟ ਕੇ ਆਇਆ ਮੇਰੇ ਨਾਲ ਰਹੇ ਮੁੰਡੇ ਇੱਕ ਕਰਨਲ ਜਿਹੜਾ ਕਿ ਉਥੋਂ ਰਾਜੀ ਉਧਰੋਂ ਮਾਰਤਾ ਸੀਗਾ ਉਹ ਮੁੰਡਿਆਂ ਨੇ ਕਿਹਾ ਉਹ ਗਲਤ ਹੋ ਗਿਆ ਕਿ ਉਹ ਬੰਦਾ ਚੰਗਾ ਸੀ ਸਾਡੇ ਸਿੱਖ ਤਾਂ ਇਹ ਜਿਹੜੇ ਆ ਉਹ ਰਿਅਲਾਈਜ਼ ਕਰਦੇ ਆ ਪਰ ਇਹ ਕੋਈ ਵੀ ਬੰਦਾ ਉੱਥੇ ਨਹੀਂ ਮਾਰਿਆ ਤੇ ਫੌਜ ਦੇ ਜਰ ਲੋ ਤੁਹਾਨੂੰ ਉਹਨਾਂ ਨੂੰ ਬਹਾਲ ਕਰਨਾ ਚਾਹੀਦਾ ਸੀ ਤੁਹਾਨੂੰ ਉਹਨਾਂ ਨੂੰ ਕੋਈ ਰਾਹਤ ਦੇਣੀ ਚਾਹੀਦੀ ਸੀ ਕੋਰਟ ਮਾਰਸ਼ਲ ਨਹੀਂ ਸੀ ਕਰਨੇ ਚਾਹੀਦੇ ਉਹਨਾਂ ਨੇ ਫੌਜ ਦੇ ਵਿੱਚ ਲੜਾਈ ਝੋਣੀ ਸੀ ਭੱਜੇ ਬਾਰਡਰ ਤੋਂ ਨਹੀਂ ਸੀ ਭੱਜੇ ਉਹ ਤਾਂ ਕਾਲ ਤੱਕ ਦੀ ਉੱਤੇ ਟੈ ਟੇਰੀ ਹੋ ਗਿਆ ਤੇ ਖਬਰ ਸੁਣ ਕੇ ਆਏ ਸੀ ਕੋਈ ਉਹਨਾਂ ਨੇ ਬੰਦਾ ਨਹੀਂ ਮਾਰਿਆ ਤੁਸੀਂ ਉਹਨਾਂ ਨੂੰ ਤਸੀਹੇ ਦਿੱਤੇ ਤੇ ਉਹਨਾਂ ਨੂੰ ਕੋਰਟ ਮਾਰਸ਼ਲ ਦੇ ਕੇ ਬੰਦ ਕੀਤਾ ਕਿਹੜੀ ਕਰਤੂਤ ਨਾ ਕੀਤਾ ਕੋਈ ਜਵਾਬ ਹੈ ਦੇਸ਼ ਵਿਦੇਸ਼ ਦੀਆਂ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਹੁਣ ਆਉਣ ਵਾਲਿਆ ਜਿਹੜਾ ਪਵੈਖਾ ਹੈ ਉਹਦੇ ਬਾਰੇ ਸੋਚੀਏ ਅ ਮਰਜ਼ਾਦਾ ਮੁਤਾਬਕ ਚੱਲਗੇ ਬਾਣੀ ਪੜੋ ਜਥੇਬੰਦ ਖੋਵੋ ਬੜੀਆਂ ਜਥੇਬੰਦੀਆਂ ਜਿਹੜਾ ਕੋਈ ਜਿੰਨਾ ਕੰਮ ਕਰਦਾ ਹੈ ਉਹ 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 ਨੂੰ ਦੋਨਾ ਜਿੰਨੀ ਕੇ ਦੀ ਹਿੰਮਤ ਹੈ ਉਹ ਉਹ ਨੂੰ ਕੰਮ ਕਰਦੇ ਹੋ ਤੇ ਇੱਕ ਦੂਜੇ ਦੀ ਬਹੁਤ ਹੀ ਜ਼ਿਆਦਾ ਕਨਟਰਡੈਕਸ਼ਨ ਉਹ ਜਥੇਦਾਰ ਦੇ ਉੱਤੇ ਟਿੱਪਣੀਆਂ ਇਹ ਨਾ ਕਰੋ ਹੁਣ ਦਾ ਜਿਹੜਾ ਜਥੇਦਾਰ ਸਾਡਾ ਹੈ ਸਾਡੇ ਬਣੇ ਹੈ ਜਥੇਦਾਰ ਰਹਿ ਕੇ ਚੰਗਾ ਹੁੰਦਾ ਹੈ ਉਹ ਨੂੰ ਜੇ ਮੰਨਾਂਗੇ ਤਾਂ ਜਥੇਦਾਰ ਹੈ ਜੇ ਨਹੀਂ ਮੰਨਾਂਗੇ ਕਾਹਦਾ ਜਥੇਦਾਰ ਹੈ ਇਸ ਕਰਕੇ ਮਰਜ਼ਾਦਾ ਮੁਤਾਬਕ ਚੱਲੋ ਬਾਣੀ ਪੜੋ ਤੇ ਆਵਦੀ ਜਿਹੜਾ ਕੋਈ ਉਥੇ ਤੁਸੀਂ ਜਥੇਬੰਦੀ ਆ ਪਹਿਲਾਂ ਤਾਂ ਇਥੋਂ ਨਾਲੋਂ ਜ਼ਿਆਦਾ ਜਥੇਬੰਦੀਆਂ ਉਥੇ ਐ ਉਥੇ ਤੁਸੀਂ ਯੂਨਿਟੀ ਬਣਾਓ ਤੇ ਜਥੇਬੰਦਕ ਬਣ ਕੇ ਤੇ ਪੰਥ ਦੀ ਗੱਲ ਕਰੋ ਗੁਰੂ ਨਾਨਕ ਮਿਸ਼ਨ ਦੀ ਗੱਲ ਕਰੋ ਪੰਡਨ ਦੀ ਗੱਲ ਘੱਟ ਕਰੋ ਵਿਅਕਤ ਦੀ ਕੋਈ ਸੋਚੋ ਵਿਚਾਰੋ ਆਪਾਂ ਕੀ ਕਰਨਾ ਹੈ ਆਪਾਂ ਕਿਵੇਂ ਕਾਮਯਾਬ ਹੋ ਸਕਦੇ ਆ ਪੰਥ ਵਿੱਚ ਸਿੱਖੀ ਸਰੂਪ ਕਿਵੇਂ ਵਾ ਸਕਦਾ ਹੈ ਗੁਰੂ ਨਾਨਕ ਮਿਸ਼ਨ ਦੀ ਪਰਫੁੱਲਤਾ ਕਿਵੇਂ ਹੋ ਸਕਦੀ ਹੈ ਤੁਸੀਂ ਬਾਹਰ ਵੀ ਕਰ ਰਹੇ ਆ ਤੇ ਤੁਹਾਡੇ ਬੜੀ ਯੋਗਦਾਨ ਤੁਸੀਂ ਇੱਥੇ ਪਾ ਰਹੇ ਆ ਮੈਨੂੰ ਉਮੀਦ ਆ ਕਿ ਤੁਸੀਂ ਜਰੂਰ ਇਸ ਗੱਲ ਤੇ ਪਹਿਰਾ ਦਿਓਗੇ ਬਾਣੀ ਪੜੋ ਗੁਰੂ ਦੀ ਕਿਰਪਾ ਮਹਾਰਾਜੀ ਆਪਣੇ ਤੇ ਹੋਵੇ ਲੰਗਰ ਪਾਣੀ ਤੁਸੀਂ ਬਹੁਤ ਕਰ ਰਹੇ ਆਂ ਸੇਵਾ ਕਰ ਰਹੇ ਆਂ ਪੈਸੇ ਵੀ ਕਲ ਰਹੇ ਆਂ ਪਰ ਇਕਤਾ ਕਰਕੇ ਯੂਨਿਟ ਬਣਾ ਕੇ ਚੱਲੋ ਤਾਂ ਦਰਸ਼ਕੋ ਇਸ ਹੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਪਿੰਡਰਾ ਵਾਲਿਆਂ ਦੇ ਵੱਡੇ ਭਰਾਤਾ ਕੈਪਟਨ ਹਰਚਰਨ ਸਿੰਘ ਜੀ ਜਿਨ੍ਹਾਂ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਦੀ ਜੀਵਨੀ ਸਾਰੀ ਦੱਸੀ ਕਿਸ ਤਰ੍ਹਾਂ ਉਹਨਾਂ ਦਾ ਇੱਥੇ ਬਚਪਨ ਪਿੰਡ ਰੋਡੇ ਦੇ ਵਿੱਚ ਗੁਜ਼ਰਿਆ ਔਰ ਇਸ ਤੋਂ ਬਾਅਦ ਉਹ ਪਿੰਡਰ ਕਲਾਂ ਕਿਸ ਤਰ੍ਹਾਂ ਚਲੇ ਗਏ ਉਹਨਾਂ ਨੂੰ ਪਿੰਡਰਾਂ ਵਾਲੇ ਕਿਉਂ ਕਿਹਾ ਜਾਂਦਾ ਸੀ ਇਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਕਿਸ ਤਰ੍ਹਾਂ ਗਏ ਐਸਵਾਈਐਲ ਨਹਿਰ ਦਾ ਮੁੱਦਾ ਜੋ ਅੱਜ ਵੀ ਪਖਿਆ ਰਹਿੰਦਾ ਉਹ ਕਿਸ ਤਰ੍ਹਾਂ ਉਸ ਲਹਿਰ ਦੇ ਵਿੱਚ ਗਏ ਕਿਹੜੇ ਕਿਹੜੇ ਮੁੱਦੇ ਉਹਨਾਂ ਨੇ ਚੁੱਕੇ ਕਿਉਂ ਇਹ ਵੱਡਾ ਹਾਦਸਾ ਵਾਪਰਿਆ ਸੋ ਦਰਸ਼ਕੋ ਅੱਜ ਦੀ ਸਾਰੀ ਸੰਤ ਬੱਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਦੀ ਜੀਵਨੀ ਤੁਸੀਂ ਸਾਰੀ ਜ਼ਰੂਰ ਸੁਣੀ ਹੋਵੇਗੀ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਅਜਿਹਾ ਹਾਦਸਾ ਕਦੇ ਵੀ ਘੱਟ ਗਿਣਤੀਆਂ ਦੇ ਨਾਲ ਨਾ ਵਾਪਰੇ ਕਦੇ ਵੀ ਨਾ ਹੱਥੇ ਲੋਕਾਂ ਤੇ ਅਤਿਆਚਾਰ ਨਾ ਹੋਵੇ ਸੋ ਅੱਜ ਲਈ ਬਸ ਇੰਨਾ ਹੀ ਮੈਨੂੰ ਤੇ ਮੇਰੇ ਸਹਿਯੋਗੀ ਸਵਰਨਜੀਤ ਸਿੰਘ ਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਹਮਦਰ ਟੀਵੀ ਧੰਨਵਾਦ